ਸਿਗਰਟ ਤੇ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਇਹ ਹੈ ਸਾਡਾ ਲਾਡੀ ਉਰਫ ਫੱਟੂ। ਇਹ ਕਿੰਨਾ ਬਹਾਦਰ ਹੈ, ਇਹ ਤਾਂ ਤੁਸੀਂ ਆਪਣੀ ਅੱਖੀ ਵੇਖ ਹੀ ਲਿਆ। ਇਹ ਹੈ ਸਾਡਾ ਫੁਕਰਾ ਯਾਨੀ ਹੈਰੀ। ਇਸ ਦੀਆਂ ਫੁਕਰੀਆਂ ਹੁਣ ਆਪੇ ਹੀ ਵੇਖ ਲਓ। ਨੋ ਮਰਸੇਡੀਜ਼ ਪਾਪਾ, ਯੂ ਨੋ ਨਾ ਮਰਸੀਡੀਜ਼ ਨਾਲ ਮੇਰੀ ਪਿੱਠ 'ਚ ਦਰਦ ਹੁੰਦੀ ਹੈ ਪਾਪਾ। ਓਨਲੀ ਬੈਂਟਲੇ ਪਾਪਾ, ਓਨਲੀ ਬੈਂਟਲੇ। ਬੈਂਟਲੇ? ਮੈਂ ਬੈਲਟਾਂ ਮਾਰ ਮਾਰ ਕੇ ਤੇਰੀ ਪਿੱਠ ਤੋੜ ਦੇਣੀ ਹੈ ਸਾਲਾ ਬੈਂਟਲੇ ਦਾ। ਇਹ ਹੈ ਸਾਡਾ ਜਿਗਰ। ਅਮੀਰ ਬਾਪ ਦੀ ਵਿਗੜੀ ਔਲਾਦ, ਦੋਨਾਂ ਦੇ ਪਿਆਰ ਨੂੰ ਵੇਖ ਕੇ ਜੇ ਤੁਹਾਡੀ ਅੱਖਾਂ ਭਿੱਜਣਾ ਜਾਣ ਤਾਂ ਕਹਿਣਾ। ਪੁੱਤਰ ਜੀ, ਇੰਨਾ ਪੈਸਾ, ਇੰਨੀ ਦੌਲਤ, ਸਭ ਤੁਹਾਡੀ ਤਾਂ ਹੈ। ਹਰ ਸਾਲ ਜਿੱਦਾਂ ਤੁਸੀਂ ਫਕਰ ਨਾਲ ਮੇਰਾ ਨਾਂ ਰੋਸ਼ਨ ਕਰਦੇ ਹੋ ਨਾ, ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ, ਪਰ ਦਿਖਾ ਜ਼ਰੂਰ ਸਕਦਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ। ਕੰਜਰਾ, ਫੇਰ ਫੇਲ ਹੋ ਕੇ ਆ ਗਿਆ।
ਟੈਨਸ਼ਨ ਲੋਕਾਂ ਨੂੰ ਲਾ ਜੀ ਆ ਹੁੰਦੇ ਨੇ ਸੱਚੇ ਦੋਸਤ ਜਿਨ੍ਹਾਂ ਦੀਆਂ ਸ਼ਰਾਰਤਾਂ ਵੀ ਸੇਮ ਹੋਣ ਤੇ ਸੁਪਨਾ ਵੀ ਇੱਕੋ ਹੀ ਹੋਵੇ। ਭਾਜੀ ਤੁਹਾਨੂੰ ਕਿਦਾਂ ਪਤਾ ਹੈਗੀ ਕਿ ਉਹ ਕੈਨੇਡਾ ਦੀ ਜਹਾਜ਼ ਹੈ? ਫਿਰ ਉਹ ਸਾਲਿਆ ਰਿਹਾ ਨਾ ਭਈਆ ਦਾ ਭਈਆ, ਪੰਜਾਬ 'ਚ ਹੋਰ ਵੀ ਗਿਆ ਜਹਾਜ਼ ਕਦੀ ਕਿਤੇ? ਹੋਰ ਕੀ, ਚਲੋ ਛੱਡੋ ਯਾਰ, ਘਰੇ ਜਾ ਕੇ ਗੱਲ ਵੀ ਕਰਨੀ ਆ। ਇਹਨੂੰ ਭੇਜਾਂ ਕੈਨੇਡਾ? ਹਾਏ ਹਾਏ, ਕਿਉਂ ਮਾਰੀ ਜਾਂਦੇ ਜਵਾਨ ਪੁੱਤਰ ਨੂੰ? ਹੁਣ ਕੀ ਕਰਤਾ ਇਹਨੇ? ਕੀ ਕੀਤਾ ਇਹਨੇ? ਐ ਦੇਖ ਇਹਦੀ ਬੈਂਕ ਸਟੇਟਮੈਂਟ, ਇੱਕ ਸਾਲ 'ਚ 3 ਲੱਖ ਦੀ ਸ਼ਰਾਬ ਤੇ 10,000 ਦੀ ਆਲੂ ਭੁਜੀਆ ਖਾਧੀ ਹੈ ਇਹਨੇ। ਬਸ ਇੰਨਾ ਘੱਟ ਖਾਧਾ ਹੈ? ਉਹ ਤੂੰ ਮੈਨੂੰ ਦੱਸ ਦਿੰਦਾ, ਤੈਨੂੰ 90,000 ਰੁਪਏ ਹੋਰ ਦੇ ਦਿੰਦੀ ਮੈਂ। ਜੇ ਤੂੰ 3 ਲੱਖ ਦੀ ਦਾਰੂ ਪੀਤੀ ਸੀ ਨਾ ਤੇ ਘੱਟੋ ਘੱਟ 1 ਲੱਖ ਦਾ ਤਾਂ ਆਲੂ ਭੁਜੀਆ ਖਾਣਾ ਬੰਦਾ ਸੀ ਤੇਰਾ। ਤੂੰ ਹੀ ਵਿਗਾੜਿਆ ਇਹਨੂੰ। ਜਦੋਂ ਬਿੱਲ ਲਿਖਣੀ ਆ ਨਾ, 1 ਫੁੱਟੀ ਕੌੜੀ ਵੀ ਨੀ ਕਰਨੀ ਇਹਦੇ ਨਾਮ, ਹੈ ਵੱਡਾ ਆਇਆ ਭੁਜੀਏ ਵਾਲਾ। ਤੂੰ ਮੇਰੇ ਬੀਬਾ ਪੁੱਤ ਆ ਨਾ, ਹੁਣ ਦਾਰੂ ਨੂੰ ਹੱਥ ਨਾ ਲਾਈ, ਚੰਗਾ? ਮੰਮੀ ਜੀ, ਮੈਂ ਨਾ ਕੈਨੇਡਾ ਜਾ ਕੇ ਜ਼ਿੰਦਗੀ ਬਦਲ ਦਿਆਂਗਾ। ਕੀ ਕਿਹਾ? ਤੂੰ ਕੈਨੇਡਾ ਜਾ ਕੇ ਜ਼ਿੰਦਗੀ ਬਣਾ ਦੇਂਗਾ? ਉਹ ਪਜਾਮੇ ਦਾ ਨਾੜਾ ਤਾਂ ਤੇਰੇ ਤੋਂ ਬੰਨਿਆ ਨਹੀਂ ਜਾਂਦਾ, ਕਹਿੰਦਾ ਜ਼ਿੰਦਗੀ ਬਣਾ ਦੇਂਗਾ। ਯਾਦ ਹੈ ਤੈਨੂੰ 9ਵੀਂ ਕਲਾਸ ਤੱਕ ਤੇਰੀ ਮੈਡਮ ਕਾਪੀ ਤੇ ਲਿਖ ਕੇ ਭੇਜਦੀ ਰਹੀ ਹੈ, ਆਂਟੀ ਜੀ ਰੁਮਾਲ ਨਾਲ ਭੇਜਿਆ ਕਰੋ, ਤੁਹਾਡੇ ਮੁੰਡੇ ਦੀ ਨਲੀ ਵਗਦੀ ਰਹਿੰਦੀ ਹੈ। ਮੰਮੀ ਤੁਸੀਂ ਵੀ ਕੀ 9ਵੀਂ ਕਲਾਸ ਦੀ ਗੱਲਾਂ ਲੈ ਕੇ ਬਹਿ ਗਏ ਹੋ? ਮੈਨੂੰ ਵੀ ਨਾ ਉਸ ਨਲੀ ਵਾਲੇ ਗਿੱਲੇ ਤੇ ਗੰਦੇ ਰੁਮਾਲ ਦੀ ਸੌ, ਮੈਂ ਕੈਨੇਡਾ ਜਾਣਾ ਤਾਂ ਜਾਣਾ ਮੈਨੂੰ ਨਹੀਂ ਪਤਾ। ਤੁਸੀਂ ਵੀ ਨਾ। ਮੰਮੀ ਜੀ ਮੈਨੂੰ ਨਹੀਂ ਪਤਾ, ਮੈਂ ਕੈਨੇਡਾ ਜਾਣਾ ਬਸ। ਕੀ ਕਿਹਾ? ਕੈਨੇਡਾ? ਸਾਡੇ ਖਾਨਦਾਨ ਦੇ ਵਿੱਚ ਸੁਪਨੇ 'ਚ ਵੀ ਕੋਈ ਫਲੋਰ ਨਹੀਂ ਟੱਪਿਆ। ਵੇ ਪੁੱਤ, ਤੇਰੇ ਪਿਓ ਨੇ ਤਾਂ ਕਦੇ ਲੁਧਿਆਣੇ ਵਾਲਾ ਟੋਲ ਨਹੀਂ ਪਾਰ ਕੀਤਾ ਕਿ ਉੱਥੇ 30 ਰੁਪਏ ਦੀ ਪਰਚੀ ਲੱਗਦੀ ਹੈ। ਵੇ ਤੈਨੂੰ ਪਤਾ ਵੀ ਹੈ ਵੀਜ਼ੇ ਲਈ ਕਿੰਨੇ ਪੈਸੇ ਲੱਗਦੇ ਆ? ਮੈਨੂੰ ਨਹੀਂ ਪਤਾ, ਜਿੰਨੇ ਮਰਜ਼ੀ ਪੈਸੇ ਲੱਗਣ ਮੈਂ ਕਰ ਲੂੰਗਾ ਜਗਾੜਾ ਪਈ। ਮੈਂ ਕਹਿਤਾ ਨਾ ਮੈਂ ਕੈਨੇਡਾ ਜਾਣਾ ਤੇ ਜਾਣਾ ਹੀ ਜਾਣਾ। ਤੈਨੂੰ ਸ਼ਰਮ ਨਹੀਂ ਆਉਂਦੀ ਓਏ? ਖੁੱਦਾ ਕਿਸੇ ਤੁਹਾਡਾ। ਕਿੰਨੇ ਥੱਪੜ ਪਏ ਤੈਨੂੰ? ਮੈਨੂੰ ਤਾਂ 3 ਪਈਆਂ ਯਾਰ। ਤੇ ਤੈਨੂੰ ਉਹ ਡੈਡੀਆ ਚੁੱਕਣ ਲੱਗੇ। ਮੈਂ ਕਹਿੰਦਾ ਹੱਥ ਨਾ ਚੱਕੀ, ਉਂਗਲਾਂ ਦੇ ਨਿਸ਼ਾਨ ਦੇਖਦੇ ਪਏ। ਚਾਵਲਾ ਟਰੈਵਲ ਏਜੰਸੀ। ਓਏ ਉਹ ਦੇਖ, ਲਾਡੀ ਹਾਂ, ਉਹ ਇਹਦਾ ਨੰਬਰ ਨੋਟ ਕਰ ਛੇਤੀ। ਆਓ ਆਓ, ਇੱਕ ਮਿੰਟ।
ਕਰ ਲਿਆ ਮਿਸ ਨੋਟੀ ਦਾ ਨੰਬਰ ਨੋਟ। ਓਏ ਡਫਰਾ, ਮਿਸ ਨੋਟੀ ਨਹੀਂ, ਉੱਪਰ ਦੇਖ ਤੇਰੇ ਫੁੱਫੜ ਦਾ ਨੰਬਰ, ਚਾਵਲਾ ਏਜੰਟ ਆ। ਓ ਯਾਰ, ਉਹ ਫੁੱਫੜ ਕਹਿੰਦਾ 24 ਘੰਟੇ ਚ ਕੈਨੇਡਾ ਲੈ ਕੇ ਜਾਊਗਾ। ਆ ਮਿਸ ਨੋਟੀ ਕਹਿੰਦੀ 2 ਮਿੰਟ ਚ ਕੈਨੇਡਾ। ਮੈਂ ਤਾਂ ਕਹਿੰਦਾ ਆਪਾਂ ਨੂੰ ਇਹ ਬੰਗਾਲੀ ਬਾਬੇ ਕੋਲੇ ਚੱਲਣਾ ਚਾਹੀਦਾ। ਤੂੰ ਆਪਣੀ ਬਕਵਾਸ ਬੰਦ ਕਰ, ਮੈਂ ਕਹਿੰਦਾ ਅੱਜ ਹੀ ਚੱਲਦੇ ਆ, ਆਪਣੀ ਗੱਲ ਬਣ ਜੂ ਇੱਥੇ। ਓ ਯਾਰ, ਕੱਲ ਚੱਲੀਏ ਆਪਾਂ, ਨਾਲੇ ਚਪੇੜ ਦੇ ਨਿਸ਼ਾਨ ਮਿਟ ਜਾਣਗੇ। ਯਾਰ, ਅਜੇ ਤਾਂ ਦਫ਼ਤਰ ਹੀ ਨਹੀਂ ਖੁੱਲਿਆ, ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਚਾਵਲਾ ਸਾਹਿਬ ਦੇ ਆਉਣ ਨੂੰ। ਪਹਿਲਾਂ ਮੈਂ ਜਾਵਾਂਗਾ। ਉਹ ਪਹਿਲਾਂ ਮੈਂ ਜਾਵਾਂਗਾ ਯਾਰ। ਉਹ ਨਹੀਂ ਯਾਰ, ਚੱਲ ਚਾਵਲੇ ਨੇ ਅਜੇ ਤੱਕ ਨਹੀਂ ਖੁੱਲਣੀ। ਸਰ ਜੀ, ਤੁਹਾਡਾ ਨਾ ਚਾਵਲਾ, ਇਹ ਐਡੀ ਵੱਡੀ ਪੀੜ ਤੁਹਾਡੇ ਕਰਕੇ ਲੱਗੀ ਹੈ? ਨਹੀਂ, ਦੇਗਾ ਖੋਲਿਆ। ਇੱਥੇ ਲੋਕ ਨਾ ਮਿੱਠੇ ਚੌਲ ਖਾਣ ਆਏ ਨੇ। ਓਏ ਕਾਕਾ, ਹਾਂਜੀ, ਜਿਵੇਂ ਬਿਹਾਰ 'ਚ ਚੌਲਾਂ ਦੀ ਲੋੜ ਹੁੰਦੀ ਹੈ ਨਾ, ਉਸੇ ਤਰ੍ਹਾਂ ਪੰਜਾਬ 'ਚ ਚਾਵਲੇ ਦੀ ਲੋੜ ਹੈ, ਬੀਜਿਆਂ ਵਾਸਤੇ। ਹਾਂਜੀ ਹਾਂਜੀ। ਪਹਿਲਾਂ ਇਹ ਦੱਸੋ ਕਿ ਤੁਹਾਨੂੰ ਕੀ ਕੰਮ ਆ ਬਈ? ਸਰ, ਅਸੀਂ ਵੀ ਕੈਨੇਡਾ ਜਾਣਾ, ਹੋਰ ਤੁਸੀਂ ਇੱਥੇ ਹੁਸ਼ਿਆਰਪੁਰ ਦੀਆਂ ਬੱਸਾਂ ਦੇ ਪਾਸ ਥੋੜੀ ਬਣਾਉਂਦੇ? ਜੋਕਿੰਗ ਪੰਜ ਮਾਰਦਾ ਹੈ। ਪਹਿਲਾਂ ਇਹ ਦੱਸੋ, ਤੁਹਾਡੇ ਕੋਲੇ 45 ਲੱਖ ਰੁਪਇਆ ਹੈਗਾ? ਬੇਵਕੂਫੋ, ਤੁਸੀਂ ਗੱਲਾਂ ਸਮਝ ਗਏ? ਮੈਂ ਤੁਹਾਡੇ ਕੱਲੇ ਕੱਲੇ ਲਈ ਨਹੀਂ ਕਹਿ ਰਿਹਾ 45 ਲੱਖ, ਮੈਂ ਤੁਹਾਡੇ ਤਿੰਨਾਂ ਲਈ ਕਹਿ ਰਿਹਾ 45 ਲੱਖ। ਅੱਛਾ ਭਾਜੀ, ਗੱਲ ਦੱਸੋ, ਕੀ ਸਬੂਤ ਆ ਤੁਸੀਂ ਸਾਨੂੰ ਕੈਨੇਡਾ ਪਹੁੰਚਾਉਣ? ਕੀ ਮਤਲਬ ਹੈ? ਓ ਸਰ ਜੀ, ਤੁਸੀਂ ਤਾਂ ਮਾਈਂਡ ਕਰਕੇ, ਮੇਰੇ ਕਹਿਣ ਦਾ ਮਤਲਬ ਇਹ ਆ, ਦੇਖੋ ਅੱਜ ਕੱਲ ਨਾ ਏਜੰਟ ਪੈਸੇ ਲੈ ਕੇ ਭੱਜ ਜਾਂਦੇ ਆ, ਫਿਰ ਅਸੀਂ ਕੀ ਕਰਾਂਗੇ? ਦੇਖ ਕਾਕਾ, ਚਾਵਲਾ ਕੱਲੇ ਪੰਜਾਬ ਦੇ ਵਿੱਚ ਐਸਾ ਏਜੰਟ ਹੈ ਜਿਹੜਾ ਕਿਸੇ ਦੇ ਪੈਸੇ ਲੈ ਕੇ ਨਹੀਂ ਭੱਜ ਸਕਦਾ। ਉਹ ਕਿੱਦਾਂ? ਹਾਂ ਦੇਖੋ, ਭੱਜ ਸਕਦਾ ਨਹੀਂ ਭੱਜ ਸਕਦਾ ਨਾ? ਨਹੀਂ, ਬਿਲਕੁਲ ਨਹੀਂ ਜੀ, ਹੋ ਗਿਆ ਜੀ, ਵਿਸ਼ਵਾਸ ਹੋ ਗਿਆ ਜੀ। ਹੁਣ ਐ ਕਰੋ, ਪੈਸਿਆਂ ਦਾ ਬੰਦੋਬਸਤ ਕਰਕੇ ਆ ਜਾਓ ਚਾਵਲੇ ਕੋਲੇ, ਹੈਂ, ਤੇ ਮੈਂ ਚੜਾਉਂ ਤੁਹਾਨੂੰ ਜਹਾਜ਼ ਕੈਨੇਡਾ। ਹੈ, ਠੀਕ ਹੈ ਭਾਜੀ, ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਮਝੀਏ ਨਾ, ਹਾਂ ਸਤਿ ਸ਼੍ਰੀ ਅਕਾਲ, ਜਾਓ ਹੁਣ, ਚਲ ਆਵੇ। ਦੇਖੋ ਯਾਰ, ਬਾਪੂ ਮੇਰਾ ਭਾਵੇਂ ਜਿੰਨਾ ਮਰਜ਼ੀ ਅਮੀਰ ਆ, ਪਰ ਮੈਨੂੰ ਪਤਾ ਉਹਨੇ ਮੈਨੂੰ 15 ਲੱਖ ਰੁਪਇਆ ਨਹੀਂ ਦੇਣਾ। ਮੈਂ ਵੀ ਵੀਰੇ ਦੂਰ ਦੂਰ ਤਾਈਂ ਜਗਾੜ ਲਾ ਕੇ ਦੇਖ ਲਿਆ ਯਾਰ, ਕੱਖ ਨਹੀਂ ਬਣਨਾ। ਜੇ ਮਾਨਣੀਏ ਡੈਡੀ ਜੀ ਦੀ ਕਿਡਨੀ ਵੀ ਵੇਚੀ ਨਾ ਵੀਰੇ, ਤਾਂ ਵੀ 3 ਕੁ ਲੱਖ ਰੁਪਇਆ ਮਿਲਣਾ ਯਾਰ। ਪਰ ਮੇਰਾ ਤਾਂ ਕੈਨੇਡਾ ਜਾਣ ਦਾ ਜੁਗਾੜ ਹੈ, ਉਹ ਡੈਡੀ ਜੀ ਦੀ ਪੈਨਸ਼ਨ ਦੇ ਪੈਸੇ ਪਏ। ਅਰੇ, ਤੇਰੇ ਕਹਿਣ ਦਾ ਮਤਲਬ ਤੂੰ ਸਾਨੂੰ ਛੱਡ ਕੇ ਚਲੇ ਜਾਏਗਾ? ਯਾਰ, ਸਾਨੂੰ ਛੱਡ ਕੇ ਜਾਏਗਾ ਵੀਰੇ? ਉਹਨਾਂ ਯਾਰਾਂ ਨੂੰ ਜਿਹੜਾ ਯਾਰਾਂ ਦਾ ਕਰਕੇ ਤੇਰੀ ਜੇਬ 'ਚ ਰੁਪਈਆ ਨਹੀਂ ਬਚਾ, ਤੂੰ ਸਾਨੂੰ ਛੱਡ ਕੇ ਜਾਏਗਾ ਯਾਰ? ਪਾਗਲ ਹੋ ਗਏ ਤੁਸੀਂ ਦੋਨੋਂ, ਤੁਹਾਨੂੰ ਛੱਡ ਕੇ ਮੈਂ ਕਦੇ ਕਿਤੇ ਗਿਆ? ਜੇ ਤੁਸੀਂ ਦੋਵਾਂ ਨੇ ਕੈਨੇਡਾ ਨਹੀਂ ਜਾਣਾ ਨਾ, ਫਿਰ ਮੇਰਾ ਜਾਣਾ ਵੀ ਚਲੋ ਛੱਡੋ, ਹੁਣ ਆਪਾਂ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਨਸ਼ੇ 'ਚ ਚੂਰ ਚੂਰ ਕਰਨਾ। ਫੜੋ, ਚੇਅਰਸ ਕਰੋ। ਚੇਅਰਸ ਭਾਜੀ। ਓਏ, ਕੈਨੇਡਾ ਦਾ ਜਹਾਜ਼ ਤੇਰੀ ਰੁਕ ਸਾਲਾ, ਪਈਆ ਉੱਤੇ ਜਾ ਕੇ ਕਰਨਾ ਤਾਂ ਮੇਰੇ ਵਾਲਾ ਹੀ ਕੰਮ ਹੈ। ਹਾਂਜੀ ਮਾਮਾ ਜੀ, ਕੀ 21 ਲੱਖ ਦਾ ਚੈੱਕ ਜਿਹੜਾ ਮੈਂ ਰੱਖੜੀ ਤੇ ਭੇਜਿਆ ਵਾਪਸ ਭੇਜ ਰਹੇ ਹੋ? ਮਾਮਾ ਜੀ, ਕੀ ਗੱਲ ਹੈ, ਡਿੰਪਲ ਤੁਹਾਡੀ ਕੁੜੀ, ਮੇਰੀ ਵੀ ਤਾਂ ਭੈਣ ਹੈ ਨਾ, ਮੈਂ ਖੁਸ਼ੀ ਨਾਲ ਭੇਜਿਆ, ਤੁਸੀਂ ਰੱਖੋ। ਇੱਕ ਮਿੰਟ, ਹੋਲਡ ਕਰੋ ਜੀ, ਹੋਲਡ ਕਰੋ ਭਾਜੀ। ਓਬਾਮਾ ਦਾ ਫੋਨ ਆ ਰਿਹਾ, ਕਹਿੰਦਾ ਬੜੀ ਜ਼ਰੂਰੀ ਗੱਲ ਕਰਨੀ ਹੈ। ਪਹਿਲਾਂ ਮਾਮਾ, ਫਿਰ ਓਬਾਮਾ। ਠੀਕ ਹੈ ਜੀ, ਓਬਾਮਾ ਸਾਹਿਬ 5-7 ਘੰਟੇ ਬਾਅਦ ਫੋਨ ਕਰਿਓ, ਭਾਜੀ ਅਜੇ ਆਪਣੇ ਮਾਮਾ ਜੀ ਨਾਲ ਬਿਜ਼ੀ ਨੇ। ਜੋਰਜ ਫੋਨ ਕਰੀ ਜਾਂਦਾ, ਹਾਏ ਜੋਰਜ, ਹਾਊ ਡਿਡ ਯੂ ਡੂ? ਹਾਂ, ਆਈ ਹੈਵ ਸਮ ਅਰਜੈਂਟ ਪੀਸ ਆਫ ਵਰਕ, ਸੋ Yeah, I after 4 days come to Canada and Hello, Picasso, bathroom paint karta beta? Ki? Jedi main painting pasand kiti si, 50 lakh di vek rahi hai. Oh, minto di pasand hai, minto ne le auniyan. Main tere account ch paise pa dinda, oh chahidi hai mainu. Kyunki apne Dubai wale bangle de bathroom ch bilkul fit baith rahi hai. Ayo ayo ayo, Hani Singh, thank you. ਆ ਲਓ ਜੀ, ਇਹ ਲਿਆਂਦੀ ਹੈ ਤੁਹਾਡੇ ਲਈ ਕੈਨੇਡਾ ਤੋਂ। ਇਹਦੇ ਨਾਲ
ਕੀੜੀਆਂ ਨਹੀਂ ਲੜਦੀਆਂ ਪਰ ਚੱਕਰ ਜ਼ਰੂਰ ਆਉਂਦੇ ਆ। ਪਾਜੀ ਮੈਂ ਸੁਣਿਆ ਇਹਦੇ ਵਿੱਚ ਗੈਸ ਹੁੰਦੀ ਹੈ। ਪਾਜੀ ਜਦੋਂ ਇਹਨੂੰ ਬਿੰਦੇ ਆ ਮੂੰਹ ਚ ਕੀੜੀਆਂ ਲੜਦੀਆਂ। ਪਾਜੀ ਰੋਟੀ ਸਵਾਦ ਹੁੰਦੀ ਹੈ। ਪਾਜੀ ਦੱਸ ਵੀ ਦੋ ਕਿੱਦਾਂ ਦਾ ਟੇਸਟ ਹੁੰਦਾ ਰੋਟੀ ਦਾ। ਪਾਜੀ ਅਚਾਰ ਨਾਲ ਖਾਓ, ਅਚਾਰ ਨਾਲ ਨਿੰਬੂ ਦਾ। ਪਾਜੀ ਚੱਲ ਚੁਰਲੀ ਆਪਾਂ ਤਾਂ ਚੱਲਦੇ ਆ, ਇਹ ਤਾਂ ਸਾਨੂੰ ਮੂੰਹ ਵੀ ਨਹੀਂ ਲਾਉਂਦੇ। ਜਾ ਤੁਸੀਂ। ਮਿੰਟਾ ਜ਼ਿੰਦਾਬਾਦ, ਮਿੰਟਾ ਕੈਨੇਡਾ ਦਾ ਜ਼ਿੰਦਾਬਾਦ, ਮਿੰਟਾ ਥਾਈ ਥਾਈ ਫੂਡ ਖਾ ਲੈਂਦਾ ਜ਼ਿੰਦਾਬਾਦ, ਕੈਨੇਡਾ ਦਾ ਮਿੰਟਾ ਜ਼ਿੰਦਾਬਾਦ। ਹਾਂ ਸਰ, ਥੈਂਕ ਯੂ। ਹਾਂ ਮਿੰਟਾ ਜ਼ਿੰਦਾਬਾਦ। ਬਜ਼ੁਰਗੋ, ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਹੋਏ ਆ ਤਾਲੀਆਂ। ਅੱਜ ਜੋ ਮੈਂ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਉਹ ਰਿਤਿਕ ਰੋਸ਼ਨ ਵੀ ਨਹੀਂ ਸੀ ਕਰ ਸਕਦਾ। ਇਹ ਸਭ ਮੇਰੀ ਕੁੜੀ ਮਿਹਨਤ, ਮੇਰਾ ਮਤਲਬ ਕੜੀ ਮਿਹਨਤ ਦਾ ਨਤੀਜਾ, ਕਿਉਂਕਿ ਮੇਰਾ ਬਿਜ਼ਨਸ ਇੰਨਾ ਫੈਲਿਆ ਹਰ ਬੰਦੇ ਨੂੰ ਮੇਰੀ ਜ਼ਰੂਰਤ ਪੈਂਦੀ ਹੈ, ਕਿਉਂਕਿ ਮੇਰੇ ਪ੍ਰੋਡਕਟ ਹਰ ਕਿਸੇ ਨੂੰ ਆਪਣੇ ਨਾਲ ਖਿੱਚ ਲੈਂਦੇ ਆ। ਔਰ ਮੇਰਾ ਬਿਜ਼ਨਸ ਆਦਮੀ ਨੂੰ ਸਿਰਫ ਮਨ ਦੀ ਨਹੀਂ ਤਨ ਦੀ ਵੀ ਸ਼ਾਂਤੀ ਦਿੰਦਾ। ਕਿਸੇ ਦੇ ਮਨ 'ਚ ਕੋਈ ਗੱਲ ਹੋਵੇ ਹੱਥ ਖੜਾ ਕਰੋ, ਮਨ 'ਚ ਹੀ ਰੱਖਿਓ। ਵਿਹਲਿਆਂ ਦਾ ਕੰਮ ਹੁੰਦਾ ਮਨ 'ਚ ਗੱਲਾਂ ਰੱਖਣਾ, ਮਨ ਵਿੱਚ ਵੱਸਦਾ ਸੱਜਣਾ ਮੇਰੇ ਨਾ ਅੱਖੀਆਂ ਤੋਂ ਦੂਰ ਦੂਰ ਜਾਣਾ ਪੈਂਦਾ ਮਿਹਨਤ ਕਰਨ ਵਾਸਤੇ ਕੈਨੇਡਾ। ਉਹਦੇ ਵਾਸਤੇ ਇੰਗਲਿਸ਼ ਸਿੱਖਣੀ ਪੈਂਦੀ ਹੈ। ਇੰਗਲਿਸ਼ ਕੌਣ ਸਿਖਾਏਗਾ? ਆਈਲੈਟਸ ਸੈਂਟਰ ਉਹ ਸਿਖਾਉਣਗੇ। ਸੋ ਪਿੰਡ ਵਾਲਿਓ, ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਮਾਂ ਪਿਓ ਆਪਣੇ ਨਿਕੰਮੇ ਵਿਹਲੇ ਮੁੰਡਿਆਂ ਨੂੰ, ਅਵਾਰਾ ਗਰਦ ਮੁੰਡਿਆਂ ਨੂੰ, ਆਪਣੇ ਨਿੱਠਲੇ ਮੁੰਡਿਆਂ ਨੂੰ ਇਹੀ ਸਿੱਖਿਆ ਦੇਵੇ, ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਕੇਲੇ, ਨਹੀਂ ਰਹਿਣਾ ਵਿਹਲੇ, ਕਿਉਂਕਿ ਵਿਹਲੇ ਹੋਣਾ ਜ਼ੁਲਮ ਹੈ, ਵਿਹਲੇ ਹੋਣਾ ਪਾਪ ਹੈ, ਨਦੀ ਕਿਨਾਰੇ ਸਾਪ ਹੈ। ਇਹਦੇ ਨਾਲੋਂ ਕੋਈ ਖੋਤਾ ਜੰਮ ਲੈਂਦੀ ਨਾ, ਘੱਟੋ ਘੱਟ ਇੱਟਾਂ ਢੋਣ ਦੇ ਕੰਮ ਤਾਂ ਆਉਂਦਾ। ਵਿਲੜ ਸਰ ਤਾਲੀਆਂ। ਇਸ ਤੋਂ ਚੰਗਾ ਤਾਂ ਮੈਨੂੰ ਇੱਕ ਧੀ ਦੇਣ ਦਾ ਤੂੰ। ਉਹ ਤੁਸੀਂ ਕੈਨੇਡਾ ਦਾ ਭੇਜੋ ਮੈਨੂੰ। ਆ ਜਿੰਨੇ ਵੀ ਲੋਕੀ ਖੜੇ ਆ ਨਾ ਇੱਥੇ, ਸਾਰਿਆਂ ਨੇ ਆਪਣੀ ਧੀਆਂ ਦੀਆਂ ਲਾਈਨਾਂ ਲਾ ਕੇ ਖੜੇ ਹੋ ਜਾਣਾ ਮੇਰੇ ਮੂਹਰੇ। ਤੂੰ ਧੀ ਦੀ ਗੱਲ ਕਰਦਾ, ਤੈਨੂੰ ਕਿਸੇ ਨੇ ਡਾਲਡਾ ਘੀ ਵੀ ਨਹੀਂ ਦੇਣਾ। ਇੱਕ ਗੱਲ ਦੱਸ ਪੁੱਤਰ, ਕਦ ਤੱਕ ਘਰ ਬੈਠਾ ਮੁਫਤ ਦੀਆਂ ਰੋਟੀਆਂ ਤੋੜਦਾ ਰਹੇਗਾ ਤੂੰ? ਤਾਲੀਆਂ। ਬਜ਼ੁਰਗੋ, ਤਿੰਨਾਂ ਨੂੰ ਨਹੀਂ ਕਿਹਾ ਇੰਗਲਿਸ਼ ਨਹੀਂ ਆਉਂਦੀ, ਇਕੱਲਿਆਂ ਤੁਹਾਨੂੰ ਕਿਹਾ। ਬਜ਼ੁਰਗ ਇੱਧਰ ਆਓ, ਜਲਦੀ ਆਓ, ਜਿਉਂਦੇ ਰਹੋ। ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਸਕਸੈਸਫੁਲ ਹੋਣ ਵਾਸਤੇ, ਮਿਹਨਤ ਕਰਨ ਵਾਸਤੇ ਅੱਛਾ ਹੁੰਦਾ। ਜਾਓ ਬੈਠੋ ਜਾ ਕੇ। ਸੁਣ ਲਿਆ, ਵਿਹਲੇ ਨਹੀਂ ਰਹਿਣਾ ਚਾਹੀਦਾ। ਮੇਰੇ ਇੱਥੇ ਕੈਨੇਡਾ ਤੋਂ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਰਾਤ ਮੈਂ ਪੂਰੇ ਪਿੰਡ ਵਾਸੀਆਂ ਨੂੰ ਪਾਰਟੀ ਦੇ ਰਿਹਾ। ਚੰਗਾ, ਮਿਲਦੇ ਰਾਤ ਨੂੰ ਪਾਰਟੀ ਦੇ ਵਿੱਚ। ਅੱਜ ਤੋਂ ਬਾਅਦ ਉਸ ਮਿੰਟੋ ਵਾਲਾ ਆਪਾਂ ਤੱਕਣਾ ਵੀ ਨਹੀਂ। ਬਾਈ ਤੱਕਣਾ ਤਾਂ ਦੂਰ ਦੀ ਗੱਲ ਆ, ਅੱਜ ਤੋਂ ਬਾਅਦ ਉਸ ਸਾਲੇ ਦੇ ਪਰਛਾਵੇਂ ਵੱਲ ਦੀ ਵੀ ਨਹੀਂ ਲੱਗਣਾ। ਖਾਓ ਫਿਰ ਸੌਂ।
ਬਾਹਰ ਭੇਜ ਦੋ। ਹਾਂਜੀ ਹਾਂਜੀ ਛੋਲੇ ਹਾਂ ਛੋਲੇ ਹਾਂਜੀ ਭਾਈ ਇਹਨਾਂ ਦੇ ਮੁੰਡੇ ਨੂੰ ਬਾਹਰ ਭੇਜ ਦੋ। ਤੂੰ ਜਾਣਾ ਬਾਹਰ ਉੱਧਰ ਦੇਖ ਚੱਲ ਬਾਹਰ ਚੰਗਾ ਹੈ ਸੂਟ ਬੂਟ ਵੱਖਰਾ ਸਟਾਈਲ ਹੈ ਪਾਜ ਦੇ ਫੇਸ ਤੇ ਅਮੀਰੋ ਵਾਲੀ ਸਮਾਈਲ ਹੈ ਚਾਰੋ ਪਾਸੇ ਖਿਲ ਗਏ ਹੱਸ ਜਸ਼ਨ ਦਾ ਮਾਹੌਲ ਹੈ ਪੈਸੇ ਭਰਪੂਰ ਸਾਡੇ ਯਾਰਾਂ ਦੇ ਕੋਲ ਹੈ ਹੁਣ ਪਾਰਟੀ ਸ਼ਾਟੀ ਰੋਜ ਹੈ ਤੇ ਮਿੱਤਰਾਂ ਦੀ ਮੌਜ ਹੈ ਡੇਲੀ ਕਰਾਂਗੇ ਐਸ਼ ਹੁਣ ਤਾਂ ਅਸੀਂ ਨੱਚਾਂਗੇ ਉਹ ਕਾਕੇ ਅਸੀਂ ਨੱਚਾਂਗੇ ਉਹ ਕਾਕੇ ਪਾਰਟੀ ਕਰਾਂਗੇ ਵਜਾ ਕੇ ਢੋਲ ਨਗਾਰੇ ਜਨਾਬ ਮੱਛੀ ਖਾਓ ਇਹ ਕੋਈ ਮੱਛੀ ਹੈ ਜੀ ਅਸਲ ਮੱਛੀ ਤਾਂ ਮਲਦੇ ਬੈਂਕਾਕ ਪਰ ਤੁਸੀਂ ਤਾਂ ਜਨਾਬ ਕੈਨੇਡਾ ਰਹਿੰਦੇ ਹੋ ਅਈ ਕੈਨੇਡਾ ਤੋਂ ਬੈਂਕਾਕ ਨੂੰ ਜਾ ਨਹੀਂ ਜਾਂਦਾ ਜਾਂਦਾ ਮੈਂ ਕਿਹੜਾ ਜਾਣ ਲੱਗ ਰਿਹਾ ਸੀ ਵੀਰੇ ਕਿੱਥੇ ਨਹੀਂ ਜਾਣਾ ਤੂੰ ਰਾਤ ਦੇ ਰਹਿਣਾ ਏ ਟੀ ਐਮ ਚੁੱਪੇ ਬਾਹਰ ਹੈਗੇ ਦੋ ਇਹ ਸ਼ਗਨ ਰੱਖ ਮੇਰੇ ਲੋ ਆਇਆ ਮੇਰਾ ਕਿਸੇ ਨੇ ਸੁਆਗ ਚਾੜਤਾ ਕੈਨੇਡਾ ਸ਼ੋ ਭਾਜੀ ਭਾਜੀ 1500 ਨੋ ਸਪਲਾਈ ਹੋ ਜੂ ਭਾਜੀ ਗੁੱਡ ਮਾਰਨਿੰਗ ਭਾਜੀ ਤੁਸੀਂ ਕਿੱਧਰ ਮੂੰਹ ਚੁੱਕਿਆ ਸਰ ਸਰੇ ਹੋ ਭਾਜੀ ਸਵੇਰ ਤੁਹਾਡੀ ਹੋਣੀ ਭਾਜੀ ਸਾਡੀ ਸਾਨੂੰ ਤੇ ਨੀਂਦ ਨਹੀਂ ਆਈ ਸਾਰੀ ਰਾਤ ਭਾਜੀ ਜਦੋਂ ਤੁਸੀਂ ਦੱਸਿਆ ਕੈਨੇਡਾ 'ਚ ਇੰਨੇ ਬੜੇ ਡਾਲਰ ਹੁੰਦੇ ਆ ਭਾਈ ਸਾਡੀ ਤਾਂ ਰਾਤ ਦੀ ਨੀਂਦ ਆਰਾਮ ਹੋਈ ਆ ਭਾਈ ਸਾਨੂੰ ਵੀ ਕੈਨੇਡਾ ਲੈ ਭਾਜੀ ਭਾਈ ਕਿੱਡੇ ਲੈ ਚੱਲੋ ਕੈਨੇਡਾ ਆ ਕੱਥੋਂ ਲੰਘਲ ਨਹੀਂ ਕਦੇ ਲੁਧਿਆਣੇ ਵਾਲ ਟੋਲ ਟੱਪਿਆ ਤੁਹਾਨੂੰ ਪਾਰਟੀ 'ਚ ਕੀ ਵਾਰ ਦਿੱਤਾ ਤੁਸੀਂ ਤਾਂ ਸਿਰ ਤੇ ਚੜੀ ਜਾਂਦੇ ਆ ਸ਼ਰਲੇ 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 ਭਾਈ ਸ਼ਰਲੇ ਗਰੀਬ ਸ਼ਕਤੀ ਕਪੂਰ ਛੁੱਤਰ ਮੁਰਗਾ ਤੂੰ ਇੱਥੇ ਕਰਨ ਦਿਆ ਭਾਈ ਤੁਸੀਂ ਰਾਤ ਇੱਥੇ ਸੋ ਗਈ ਮੈਂ ਕੁਛ ਸ਼ਰਾਬ ਪੀ ਕੇ ਤੇ ਬਰਸ਼ੀ ਮੂੰਹ ਵਾਲਾ ਮੈਂ ਨਹੀਂ ਸੁੱਤਾ ਤੂੰ ਮੇਰੇ ਸੁੱਤਾ ਨਾਲ ਮੇਰੇ ਬਾਹਰ ਕੱਢੇ ਲੈਣ ਅੱਛਾ ਕੌਣ ਆ ਬਾਂਦਰ ਜੇ ਭਾਜੀ ਭਾਜੀ ਤੂੰ ਇਹ ਕਰਨ ਦੇ ਪਿਓ ਬਾਹਰ ਚਲਾ ਭਾਜੀ ਗੱਲ ਸੁਣ ਬਾਹਰ ਜਾ ਪੂਰੀ ਗੱਲ ਸੁਣ ਬਾਹਰ ਚੱਲ ਲੈ ਪੱਕੇ ਮਾਰ ਸਰ ਭਾਜੀ ਦਰ ਭਾਜੀ ਬਟਾਰੇ ਵਰਗਾ ਮੂੰਹ ਹੈ ਕੈਨੇਡਾ ਜਾ ਫੇਲ ਬਾਂਦਰ ਹੈ ਕੱਢਾਂ ਭਾਈ ਮੈਂ ਬਾਹਰ ਕੱਢਾਂ ਤੂੰ ਕਿਹੜਾ ਹੁੰਦਾ ਹੋਟਲ ਹੋਟਲ ਦੇ ਸਾਲਾ ਭਾਈ ਸੁਣ ਬਾਹਰ ਨਿਕਲ ਕੁੱਤੇ ਨਾਲ ਕੁੱਤੇ ਨਾਲ ਸੌ ਜਾ ਚੱਲ ਸਾਲੇ ਗਰੀਬ ਲੋਕ ਯਾਰ ਸਾਰੀ ਨੀਂਦ ਖਰਾਬ ਕਰਤੀ ਮੇਰੀ ਹੁਣ ਇਹਨੂੰ ਸਾਲੇ ਨੂੰ ਕੈਨੇਡਾ ਜਾ ਕੇ ਵਿਖਾਉਣਾ ਵੀਰੋ ਹੁਣ ਮਿੰਟੋ ਵੇਖੇਗਾ ਬਦਲਾ ਜੱਟੀ ਦਾ ਬਦਲਾ ਜੱਟੀ ਦਾ ਨਹੀਂ ਜੱਟਦਾ ਹੁੰਦਾ ਗੱਲਾਂ ਮਾਰਦਾ ਤੈਨੂੰ ਪਤਾ ਨਹੀਂ ਮੈਨੂੰ ਲੜਾਈ ਝਗੜੇ ਤੋਂ ਕਿੰਨਾ ਡਰ ਲੱਗਦਾ ਬਦਲਾ ਮੰਮੀ ਜੀ ਲੈ ਲੂ ਹੇ ਦਾਦਿਆ ਉਹ ਚਾਵਲੇ ਦਾ ਫੋਨ ਉਹ ਚਾਵਲੇ ਦਾ ਫੋਨ ਹਾਂ ਹੈਲੋ ਹਾਂਜੀ ਪੁੱਤਰੋ ਪੈਸਿਆਂ ਦਾ ਇੰਤਜ਼ਾਮ ਹੋਇਆ ਕਿ ਨਹੀਂ ਹੋਇਆ ਹਾਂਜੀ ਹਾਂਜੀ ਭਾਜੀ ਪੂਰਾ ਇੰਤਜ਼ਾਮ ਹੈ ਤੁਸੀਂ ਟੈਨਸ਼ਨ ਨਾ ਲਓ ਜੀ ਦੇਖੋ ਪੁੱਤਰ ਜੀ ਜਲਦੀ ਕਰੋ ਸੀਟਾਂ ਬਹੁਤ ਘੱਟ ਰਹਿ ਗਈਆਂ ਪੁੱਤਰ ਬਹੁਤ ਘੱਟ ਰਹਿ ਗਈਆਂ ਠੀਕ ਆ ਭਾਜੀ ਠੀਕ ਆ ਬਸ ਭਾਜੀ ਸਾਡਾ ਇੱਕ ਛੋਟਾ ਜਿਹਾ ਕੰਮ ਕਰ ਦਿਓ ਭਾਜੀ ਉਹ ਜਿਹੜੀਆਂ ਸੀਟਾਂ ਨਾ ਉਹ ਵਿੰਡੋ ਵਾਲੀਆਂ ਦਿਓ ਸਾਨੂੰ ਭਾਜੀ ਪਤਾ ਕੀ ਗੱਲ ਆ ਅਸੀਂ ਥੱਲੇ ਉੱਤੇ ਤਾਂ ਹਮੇਸ਼ਾ ਦੇਖਿਆ ਪਰ ਉੱਤੋਂ ਥੱਲੇ ਨਹੀਂ ਦੇਖਿਆ ਭਾਜੀ ਚੰਗਾ ਠੀਕ ਹੈ ਬੇਟਾ ਠੀਕ ਆ ਭਾਜੀ ਥੈਂਕ ਯੂ ਜੀ ਉਹ ਬਣ ਗਈ ਗੱਲ ਓਏ ਹੁਣ ਦੱਸਾਂਗੇ ਇਹਨੂੰ ਸਾਲਿਆਂ ਬੜੇ ਚੱਲੇ ਜਵਾਕ ਨੇ ਕਿਆ ਬਾਤ ਹੈ ਓਏ ਹੋਏ ਬੜਾ ਸੋਹਣਾ ਸੂਟ ਪਾਇਆ ਮੰਮੀ ਜੀ ਲੱਗਦਾ ਬਾਪੂ ਨਾਲ ਡੇਟ ਤੇ ਜਾਣ ਦੀ ਤਿਆਰੀ ਆ ਕੰਮ ਦੱਸ ਮਤਲਬ ਇੰਨੀ ਤਾਰੀਫ ਜੋ ਮੇਰੀ ਕਰ ਰਿਹਾ ਜ਼ਰੂਰ ਕੋਈ ਕੰਮ ਹੋਣਾ
दरअसल मम्मी मैंने एक फैसला लिया। फैसला लिया? हाँ जी। वे किन्ने दा लिया? पाला महंगा दा ले लिया। ओ मेरी माँ फैसला लिया, कोई अंदर पाउण वाली बनाना नहीं लिया। ओ मम्मी मैं ना कनेडा जाना चाहुंदा। कनेडा? हाँ जी। उहदे लई मैनू 15 लाख रुपया चाहिदा। 15 लाख? हौली बोलो, कितने बापू ना सुन ले। हौली छेतरे बापू ने सुन लिया ना, उन्हें तो सुते तो सुता ही रह जाना। मम्मी प्लीज यार, मैं तरना वादा करदा, प्रॉमिस करदा, मैं उत्थे पहुंच के 3 महीने दे अंदर अंदर तुहाडे पैसे मोड़ दूंगा। प्लीज प्लीज, तुहानू डैडी दी सौ। जा इदा कर, रसोई च जाके नींबू पानी बना के लिया। नींबू पानी? की होया? आज जेडी तू 3 महीने च पैसे मोड़न वाली गल कीती ना, मैनू हजम नहीं होई ओह। मम्मी यार प्लीज यार, तुहाडे को पैसे हैगे आ के नहीं? ले मेरा सोने का सैट ते ले जा। मम्मी पर तुसी डैडी नू की कहोगे? ओ डैडी नू की कहना, उन्ना नू की पता लगता है। इहदी जगह ते कोई भी चाइना मेड सैट लिया के रख दे, ओ कड़े सुने आ रही है। जा। थैंक यू मम, थैंक यू सो मच, आई लव यू। यस मम्मी जी। मम्मी जी हुन मेरी अखां खुल गईयां ने। होर 2-4 साल तेरी अखां ना खुलदियां ना, तो मेरी अखां बंद हो जानियां सी। ओहो वैसे ए पाना वर्तिया की में? मम्मी जी मैं नहीं वेख सकता कि मेरे होंदिया तुसी एहो जी जिंदगी गुजारो। हाय हाय, चंगे भले घर च ता रह रही हां, और मैं कड़ा रिफ्यूजी कैंपां च रह रही हां। मम्मी जी तुसी समझ नहीं रहे की मैं चाहुंदा कि मैं दिन रात कम करा। हाय हाय लाडी, तेनू की हो गया? तेनू चंगे भले रोटी मिल रही है ना, क्यों फैक्ट्रियां च लगन लगा है? ओ मम्मी जी तुसी क्यों नहीं समझदे पए, मैं बस कनेडा जाना चाहना, गल खत्म। तू मैनू कहा सी तू अपने दोस्तां बगैर नहीं जाना। ओ एक्चुअली मम्मी जी ओ भी दोवें कनेडा जा रहे ने, पैसे दा इंतजाम कर रहे ने दोनों। इंतजाम? इहदा मतलब तू नहीं जाना? ओ मम्मी जी तुसी समझदे क्यों नहीं यार। चल ठीक है, देख तेरे प्यो दी पेंशन दे पैसे तेरे अकाउंट च पए ने, जे तेनू लगदा तू उत्थे सैटल हो सकदा तू वह पैसे इस्तेमाल कर ले। मेरा की है, मेरा तो गुजारा चल ही जाएगा। थैंक यू मम्मी जी। हेलो जी। हाँ भट्टू की बनया? एलिवेटर बने, आजा। ओ साला कनेडा जाने की बनया? ओए मम्मी जी ने पैसे दे दिते। आई एम कमिंग विद यू गाइस। ठीक है, ओ आइनू भी पूछ ला, सुन होई बैठा। हैरी तू नहीं बोलता, साला कॉन्फ्रेंस तू ही है। यार मैं की बोला यार, तुसी दोवें जाओ यार। है की मतलब तेरा? मतलब मेरे को पैसे अरेंज नहीं हुए यार। साला कॉलेज ते तो फीस नहीं अरेंज हुई, इत्थे ते तो पैसे नहीं अरेंज होंदे। जिंदगी च कुछ अरेंज कीता भी आ तू? कीता यार, पिछले साल भैण दा विआह अरेंज कीता आपां। काका जी ਉਹਨੂੰ ਅਰੇਂਜ ਕਰਨਾ ਨੀ, ਉਹਨੂੰ ਭੈਣ ਭਜਾਉਣਾ ਕਹਿੰਦੇ। ਓਏ ਨਕਲੀ ਸਰਟੀਫਿਕੇਟ ਬਣਾ ਕੇ ਵਜੀਫ ਲੈਣ ਲਈ ਕੌਮ। ਧਿਆਨ ਨਾਲ ਗੱਲ ਕਰੀ ਯਾਰ, ਤੂੰ ਇਹਨੂੰ ਛੱਡ, ਤੂੰ ਇਹ ਦੱਸ ਕੇ ਤੇਰੇ ਡੈਡੀ ਨੇ ਕੀ ਕਿਹਾ? ਡੈਡੀ ਜੀ ਨੇ ਕੀ ਕਹਿਣਾ? ਕੁਛ ਨਹੀਂ ਬੋਲੇ ਯਾਰ, ਉਹ ਕੁਛ ਨਹੀਂ ਬੋਲੇ। ਕਿਉਂ? ਸਾਲਾ ਕੋਮਾ 'ਚ ਗਿਆ ਬੰਦਾ ਵੀ ਕੁਛ ਬੋਲਦਾ ਕੋਈ? ਓ ਯਾਰ ਮਜ਼ਾਕ ਨਾ ਕਰ ਯਾਰ, ਹੈਰੀ ਸੀਰੀਅਸਲੀ ਕਰੇ ਗੱਲ ਕਰ। ਯਾਰ ਜੇ ਮੈਂ ਘਰੇ ਗੱਲ ਕੀਤੀ ਨਾ ਇਹੋ ਜਿਹਾ ਕੁਛ ਹੋ ਜਾਣਾ ਯਾਰ, ਮੈਨੂੰ ਤਾਂ ਕੁਛ ਸਮਝ ਨਹੀਂ ਆ ਰਹੀ ਮੈਂ ਕਰਾਂ ਕੀ ਯਾਰ। ਮੈਂ ਨਾ ਤੈਨੂੰ ਇੱਕ ਸਲਾਹ ਦਿੰਦਾ, ਤੂੰ ਨਾ ਕਿਸੇ ਅਮੀਰ ਬੰਦੇ ਦੇ ਘਰ ਚੋਰੀ ਕਰ। ਦੇਖ ਅਮੀਰ ਬੰਦੇ ਨੂੰ ਕਿਹੜਾ ਕੋਈ ਫਰਕ ਪੈਣਾ? ਹਾਂ ਓਏ ਹਾਂ, ਨਾਲੇ ਸਾਲਿਆ ਮਿੰਟੂ ਦੇ ਘਰ ਚੋਰੀ ਨਾ ਕਰ ਲਈ, ਉਹਦੇ ਘਰੇ ਕੈਮਰੇ ਲੱਗੇ ਆ। ਹਾਂ ਯਾਰ ਆਹ ਸਲਾਹ ਤੂੰ ਘੈਂਟ ਦਿੱਤੀ ਆ, ਚੋਰੀ ਵਾਲਾ ਆਈਡੀਆ ਘੈਂਟ ਆ। ਹੈ ਓਏ ਪਿੰਡ ਦਾ ਸਭ ਤੋਂ ਅਮੀਰ ਬੰਦਾ ਕੌਣ ਆ? ਸਾਲਿਆ ਜੇ ਬਾਲਟੀ ਚੋਂ ਇੱਕ ਅੱਧਾ ਬੁੱਕ ਕੱਢ ਵੀ ਲਏਗਾ ਤਾਂ ਬਾਲਟੀ ਥੋੜ੍ਹੀ ਸੁੱਕ ਜਾਣੀ ਆ। ਪਿੰਡ ਦਾ ਸਭ ਤੋਂ ਅਮੀਰ ਬੰਦਾ ਆਈਡੀਆ।
मर गया। खड़ जा साला, आ गया मैं। रोक ना, मरी ना, मरी ना, मरी ना। हैरी तू साला शर्म नहीं आती तेनू मेरे घर चोरी कर रहा? ओ यार शर्म आती सी इसे करके तो की नहीं तेरे गल अगे कभी कुछ लगवाया तो तू मेरे पर मेरा ही घर लगा सी तेनू। यार तू आप ही तो कह किसी अमीर के घर जाके चोरी करी। तेरे डैडी तू कोई अमीर है इतने? शाबाश तेरे, मैं सलाह दी तो मेरे घर ही चोरी कर। साला शुक्र कर मम्मी डैडी ने नहीं देख लिया, छित्र बहुत मारने से उन्होंने। वैसे तू चोरी की किया? चोरी देख पूरे 15 लाख का बिकूगा। फिटे मुंह तेरे, साला 75 रुपया का नहीं बिकना। कल ही मम्मी लिए चाइना बाजार तो लेके आया सी। चाइना बाजार और की है? आ वेच के तो मैं चला बाहर। ओ यार हुण मेरा क्यों का वीरे? मेरी गल सुन, आ चोरी चोरी के चक्करां नूं छड्ड, घरे जाके मां नाल गल कर, सब ठीक होजू। अच्छा ठीक है। हाँ ओए गल सुन, आ पट्टियां पुट्टियां करा ली नाले। नाले आ तू ही रख ला, बेच दी 75 दा। पुत तू कनेडा जाना चाहना है ना, मैं तेरे लिए पैसों का इंतजाम कर लिया। की? पर इन्ने पैसे? हाँ पुत, कुछ पैसे मैं तेरे मामे तो मंगवाए ते बाकी अपने गहने गिरवी रख के ब्याज ते पैसे ले है। मां तू मेनू कनेडा भेजने वास्ते पैसे ब्याज ते चुके है? और की करती पुत, मैं ब्याज भर के सुखी रोटी तो खा सकती हूँ पर तेनू किसी के घर चोरी करद्या नहीं वेख सकती। देख पुत, इस घर की जिम्मेवारी की आखिरी उम्मीद तेरे ते है, इसलिए मैं ब्याज के पैसे ले है। मां मैं तेरी उम्मीद कदे नहीं तोड़ांगा। सच मेरा बच्चा। आजा आजा ओए बेईमानी बहुत वध गई। कल परसों ना साबरकोटी दी फोटो वाले कोई 3 नोट दे गए। ओए होए सच्ची भाई तू फिक्र ना करो, पैसे एकदम सही आ, पर तुसी ने साडा वीजा लवा दो। ओ बीजे दा तुहाडे लागे समझो, ਤੁਸੀਂ ਅੱਜ ਇੰਜੋਏ ਕਰੋ, ਕੱਲ ਸਵੇਰੇ ਹੀ ਤਦੇ ਤਦੇ ਬੀਜੇ ਚੱਕ ਲਿਓ। ਥੈਂਕ ਯੂ ਭਾਜੀ। ਬ੍ਰਾਂਡਡ ਚਸ਼ਮੇ ਲਾਵਾਂਗੇ, ਬ੍ਰਾਂਡਡ ਕੱਪੜੇ ਪਾਵਾਂਗੇ, ਓਏ ਬ੍ਰਾਂਡਡ ਚਸ਼ਮੇ ਲਾਵਾਂਗੇ, ਬ੍ਰਾਂਡਡ ਕੱਪੜੇ ਪਾਵਾਂਗੇ। ਸਾਡੀ ਹੋਣੀ ਹੈ ਤਰੱਕੀ, ਗੱਲ ਹੈਗੀ ਹੈ ਤਾਂ ਪੱਕੀ। ਮਿੱਤਰੋ ਕੱਲ ਹੈ ਕਨੇਡਾ ਦੀ ਫਲਾਈਟ, ਮਿੱਤਰੋ
ਥਾਈਲੈਂਡ ਦੀ ਟਿਕਟ ਥਾਈਲੈਂਡ ਥਾਈਲੈਂਡ ਪਰ ਭਾਜੀ ਅਸੀਂ ਕੈਨੇਡਾ ਨਹੀਂ ਜਾ ਰਹੇ ਜੀ ਓਏ ਅਕਲ ਦਿਓ ਅੰਨਿਓ ਉਹ ਤੁਹਾਨੂੰ ਕੌਣ ਸਮਝਾਵੇ ਵੀ ਜਿਹੜੀ ਫਲੈਟ ਬਾਇਆ ਬਾਇਆ ਹੋ ਕੇ ਜਾਂਦੀ ਹੈ ਪਹਿਲਾਂ ਤੁਸੀਂ ਜਾਓਗੇ ਦੇਖੋ ਬੈਂਕਾਕ ਤੇ ਤਿੰਨ ਦਿਨਾਂ ਬਾਅਦ ਤੁਹਾਡੀ ਉੱਥੋਂ ਕੈਨੇਡਾ ਦੀ ਫਲਾਈਟ ਹੈ ਮੈਂ ਬੈਂਕਾਕ ਦੇ ਵਿੱਚ ਨਾ ਤੁਹਾਡਾ ਹੋਟਲ ਬੁੱਕ ਕਰਵਾਤਾ ਹੈ ਉੱਥੇ ਇੰਜੋਏ ਕਰੋ ਤਿੰਨ ਦਿਨ ਚਾਵਲੇ ਵੱਲੋਂ ਕੰਪਲੀਮੈਂਟਰੀ ਟ੍ਰਿਪ ਹੈ ਆ ਲਓ ਕੁਝ ਬਾਟ ਨੇ ਹੈ ਉੱਥੇ ਬੈਂਕਾਕ ਦੇ ਵਿੱਚ ਨਾ ਇਹ ਚੱਲਦੇ ਨੇ ਨਾਓ ਇੰਜੋਏ ਦਾ ਬੈਂਕਾਕ ਕਿਉਂਕਿ ਨਾ ਬਾਅਦ ਚ ਤੁਸੀਂ ਸਾਰੀ ਜ਼ਿੰਦਗੀ ਕੈਨੇਡਾ ਦੇ ਵਿੱਚ ਕੰਮ ਹੀ ਤਾਂ ਕਰਨਾ ਗੱਲ ਆ ਵੀ ਠੀਕ ਆ ਯਾਰ ਆਪਾਂ ਉਹ ਬੈਂਕਾਕ ਵਾਲੀ ਮੱਛੀ ਵੀ ਖਾ ਲਾਂਗੇ ਜਿਹੜੀ ਮਿੰਟੋ ਖਾਂਦਾ ਸੀ ਚੰਗਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੰਗਾ ਪੁੱਤਰ ਤੂੰ ਬਗਾਨੇ ਮੁਲਕ ਚੱਲੇ ਆਪਣਾ ਖਿਆਲ ਰੱਖੀ ਨਾਲੇ ਖਾਣ ਪੀਣ ਦਾ ਵੀ ਧਿਆਨ ਰੱਖੀ ਖਾਣ ਦਾ ਤਾਂ ਪਤਾ ਨਹੀਂ ਪਰ ਪੀਣ ਦਾ ਜ਼ਰੂਰ ਖਿਆਲ ਰੱਖੂਗਾ ਕੰਜਰ ਮਾਂ ਤੂੰ ਫਿਕਰ ਨਾ ਕਰ ਮੈਂ ਤੈਨੂੰ ਫੋਨ ਕਰਦਾ ਰਹੂੰਗਾ ਪਰ ਇੱਕ ਗੱਲ ਕਹਾਂ ਤੇਰੀਆਂ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਦੀ ਬਹੁਤ ਯਾਦ ਆਉਣੀਆਂ ਮਾਂ ਮੇਰਾ ਬੱਚਾ ਆਪਣਾ ਧਿਆਨ ਰੱਖੀ ਪੁੱਤਰ ਤੇ ਰੋਟੀ ਪਾਣੀ ਟਾਈਮ ਨਾਲ ਖਾਈ ਤੁਸੀਂ ਵੀ ਆਪਣੀ ਦਵਾ ਟਾਈਮ ਨਾਲ ਲੈਂਦੇ ਰਹਿਣਾ ਮੰਮੀ ਜੀ ਠੀਕ ਹੈ ਮੇਰਾ ਬੱਚਾ ਗਲੇ ਨਹੀਂ ਮਿਲੇਗਾ ਪੁੱਤਰ ਚੰਗਾ ਸਰ ਜੀ ਚੱਲਦਾ ਜੀ ਹਾਂ ਠੀਕ ਆ ਵੀਰੇ ਥੈਂਕ ਯੂ ਚੱਲਦਾ ਜੀ ਹਾਂਜੀ ਠੀਕ ਆ ਜੀ ਕੋਈ ਦਿੱਕਤ ਹੋਵੇ ਤਾਂ ਦੱਸਣਾ ਜੀ ਹਾਂ ਭਰਾਵਾ ਦੱਸ ਦਾਂਗੇ ਚੱਲ ਜਾ ਚੱਲਦਾ ਜੀ ਦੱਸ ਦਾਂਗੇ ਜਾ ਓਏ ਇੱਥੇ ਸਲਿਮਿੰਗ ਪੂਲ ਵੀ ਆ ਓਏ ਉਹ ਕੁੜੀਆਂ ਵੀ ਓਏ ਬਾਥਰੂਮ ਦੇ ਕਿੰਨਾ ਸੋਹਣਾ ਹੈ ਉਹ ਤੇਰੀ ਉਹ ਮੈਂ ਤਾਂ ਨੰਦ ਹੀ ਜਣਾ ਓਏ ਚਲੋ ਸਵਿਮਿੰਗ ਪੂਲ ਤੇ ਚੱਲੀਏ ਕੁੜੀਆਂ ਨੂੰ ਛੇੜਨ ਦੇ ਰੂਲ ਬੜੇ ਸਖਤ ਹੈ ਚੁੱਪ ਕਰ ਯਾਰ ਬੈਂਕਾਕ ਤਾਂ ਕੁੜੀਆਂ ਆਪ ਛੇੜਨ ਨੂੰ ਤਿਆਰ ਬੈਠੀਆਂ ਨੇ ਓਏ ਉਹਦੇ ਗਰੀ ਜਿੱਦਾਂ ਬਚਪਨ ਚ ਕਰਦੇ ਹੁੰਦੇ ਸੀ ਕਿੱਦਾਂ ਕਾਲੀ ਮੇਰੀ ਤੇ ਹਰੀ ਤੇਰੀ ਕੁੜੀਆਂ ਨੂੰ ਵੇਖ ਕੇ ਠਹਿਰ ਜਾਓ
हेलो की करी जांदे शुदाई जे आजो आजो ओए 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 हेलो सर साला सर दिया इन्हें तेरे बायोलॉजी टीचर पढ़े जी वेटर कहनू हाँ वेटर यस सर एक कुड़िया कितने गई ने पाजी इधर रू ओ साला होता सानू भी पता पर गई है कितने आ ओ पाजी ए ते इत्थे रोज दा काम आ साडे होटल दे माल दी कोठी नाली आ ते मालक नू जदों भी छिक आंदियां ने डॉक्टरां दी इत्थे एदा ही पीड़ लगदी आ साडे मालक मालक नू बहुत प्यार करदे आ जी ते करण भी क्यों ना मालकन ते उहनां दी मां कल्ले नहीं वड्डी प्रॉपर्टी दे मालक ने ते साडे साहवारी उहनां दे घर जवाई पाजी ਸਾਡੇ ਸਾਹਿਬ ਇਸੇ ਹੋਟਲ ਚ ਮੈਨੇਜਰੀ ਕਰਦੇ ਸੀ ਤੇ ਇੰਡੀਆ ਤੋਂ ਆਏ ਹਜੇ 3 ਸਾਲ ਹੋਏ ਸੀ ਮਾਲਕ ਨੂੰ ਉਹਨਾਂ ਦਾ ਕੰਮ ਤੇ ਨੇਚਰ ਐਨੀ ਪਸੰਦ ਆਈ ਕਿ ਵਿਆਹ ਕਰਕੇ ਕਰਜ਼ਾ ਬਣਾ ਲਿਆ ਕਿਉਂਕਿ ਮਾਲਕਨ ਦੇ ਡੈਡੀ ਦਾ ਬੈਂਕਾਕ ਚ ਇੰਪੋਰਟ ਐਕਸਪੋਰਟ ਤੇ ਹੋਟਲਾਂ ਦਾ ਵੱਡਾ ਪੁਰਾਣਾ ਬਿਜ਼ਨਸ ਹੈਗਾ ਤੇ ਉਹਨਾਂ ਦੀ ਮੌਤ ਤੋਂ ਬਾਅਦ ਸੰਭਾਲਣ ਵਾਸਤੇ ਕੋਈ ਤਾਂ ਚਾਹੀਦਾ ਸੀ ਨਾ ਤੇ ਉਸ ਬੜਾ ਸਾਡੇ ਕਬੀਰ ਗਿੱਲ ਜੀ ਨੇ ਸਾਡੇ ਸਾਹਿਬ ਅੱਛਾ ਇੱਕ ਗੱਲ ਜੀ ਅੱਜ ਜਿਹੜੀਆਂ ਕੁੜੀਆਂ ਗਈਆਂ ਇਹ ਉਹਦੀਆਂ ਕੀ ਲੱਗਦੀਆਂ ਇਹ ਐਕਚੁਅਲੀ ਜਿਹੜੀ ਮੈਂ ਤੁਹਾਨੂੰ ਠੀਕ ਹੈ ਓ ਯਾਰ ਓ ਜਦ ਕਿਸੇ ਦੀ ਭਾਬੀ ਬਿਮਾਰ ਹੋਏ ਤਾਂ ਉਹ ਹੋਟਲ ਦੇ ਮਾਲਕ ਦੀ ਭੈਣਾਂ ਹੀ ਹੋਣੀਆਂ ਨੇ ਨਾ ਹੈ जान माई डार्लिंग माई बेबी माई लव जान जान तनु किन्ने वारी क्या ठंडा पानी ना पिया करो तनु पता है तनु पूरियां एक छिक आई है जे तनु कुछ हो जांदा ते मेरा की होंदा तुहाडे बगैर मेरा कौन है जान ओह बेटे एक अद्धी छिक तो चंगी हुंदी है तू भी ना ओवर पोजेसिव है वैसे जवाई होवे तो तेरे वर्गा मेरी तीनू जिन्ना सुख तू दित्ता है ना कोई दे नहीं सकदा जान ਬਹੁਤ ਪਿਆਰ ਕਰਦਾ ਤੁਹਾਨੂੰ ਮੈਂ ਨਹੀਂ ਜੀ ਸਕਦਾ ਤੁਹਾਡੇ ਬਗੈਰ ਲਵ ਯੂ ਆਈ ਲਵ ਯੂ ਟੂ ਮਾਈ ਡਾਰਲਿੰਗ ਥੈਂਕ ਯੂ ਓ ਯਾਰ ਓ ਚਾਵਲੇ ਨੂੰ ਫੋਨ ਤਾਂ ਕਰ ਯਾਰ ਪੂਰੇ 2 ਦਿਨ ਹੋ ਗਏ ਸਾਲੇ ਦਾ ਫੋਨ ਹੀ ਨਹੀਂ ਆਇਆ ਹੁਣੇ ਲਾਉਂਦਾ ਯਾਰ ਹਾਂ ਫੋਨ ਕੱਟਦਾ ਫੋਨ ਕੱਟਦਾ ਚਾਵਲੇ ਦੇ हेलो हां जी जनाब चावला साहब हैरी बोल रहे हैं सर हैरी कौन हैरी अच्छा अच्छा प्लंबर मैं बहुत बिजी है बाज फोन करी क्यों यारों ने फोन काटता कहता कौन हैरी कहता कौन हैरी ये साडे मजे यार रुंदू ओ चुप कर यार ओ मेनू दे फोन नहीं यार कर कर फोन उन्हें चुप कर यार हेलो हाँ जी चावला साहब की हाल ने जनाब ओ मैं बोल रहा जी जिगर ओ जेना नु तुसी कनाडा दी टिकटा देनी सी बैंकॉक च जिगर पुत्र की हाल है पुत्र तुसी फोन रखो कल तुहाडे कोल टिकटा पहुंचाईयां ने फोन कटो कटो ते कल सवेरे ततियां ततियां टिकटा चको पक्का ना चावला कच्चा काम करदे ही नहीं पुत्र बस ਤੁਹਾਡੀ ਬੈਂਕਾਕ ਦੇ ਵਿੱਚ ਨਾ ਅੱਜ ਆਖਰੀ ਰਾਤ ਹੈ ਐਸ਼ਾ ਲੁੱਟੋ ਠੀਕ ਆ ਜੀ ਲੋ ਕਹਿੰਦਾ ਟੈਨਸ਼ਨ ਨਾ ਲਓ ਤੁਸੀਂ ਬੈਂਕਾਕ ਇੰਜੋਏ ਕਰੋ ਸਵੇਰੇ ਟਿਕਟਾਂ ਮਿਲ ਜਾਣਗੀਆਂ ਐਵੇਂ ਬਾਈ ਚਾਵਲਾ ਜੀ ਚਲੋ 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 ਲੇਕਿਨ ਉਹ ਚਾਵਲਾ ਹੀ ਸੀ ਨਾ ਓ ਯਾਰ ਚੁੱਪ ਕਰ ਜਾ ਚੱਲ ਹੇ ਸਾਲੇ ਕੁਝ ਜ਼ਿਆਦਾ ਤੰਗ ਕਰਨ ਲੱਗ ਪਏ ਕੱਲ ਸਵੇਰੇ ਜਾ ਕੇ ਇੱਕ ਤੱਤਾ ਸਿਮ ਲੈ ਕੇ ਆਓ ਦੇ ਸ਼ਟਰ ਬੰਦ ਨਵਾਂ ਟੱਲ ਪਾ ਬਰਾ
ਬੈਂਕੋਕ ਇੱਥੋਂ ਇੰਨਾ ਘੈਂਟ ਲੱਗਦਾ ਉੱਤੋਂ ਸਾਲਿਆ ਕਨੇਡਾ ਕੀ ਬੰਬ ਵੀਰੇ ਬੰਬ ਦੇਖ ਡਿੱਗਣਾ ਨੀ ਆਪਾਂ ਤੇਰੀ ਭੈਣ ਦੇ ਚਾਰ ਦਿਨ ਹੋ ਗਏ ਤੁਹਾਡਾ ਸਪੌਂਸਰ ਚਾਵਲਾ ਨਾ ਤੇ ਫੋਨ ਚੱਕਿਆ ਨਾ ਬਿੱਲ ਭੇਜਿਆ ਕੀ ਮਤਲਬ ਕੀ ਮਤਲਬ ਕੀ ਮਤਲਬ ਸਾਡੇ ਹੋਟਲ ਚ ਦੂਜੀ ਮਸਾਜ ਵੀ ਹੁੰਦੀ ਆ ਬੁਲਾਵਾ ਮਸਾਜ ਵਾਲਿਆਂ ਨੂੰ ਨਹੀਂ ਬਚੇ ਅਸੀਂ ਆਪੇ ਚਲੇ ਜਾਵਾਂਗੇ ਤੁਸੀਂ ਉਮਰ ਚ ਵੱਡੇ ਲੱਗਦੇ ਹੋ ਬੈਗ ਛੁੱਟੇ ਕੁਝ ਸੋਚ ਸਮਝ ਕੇ ਛੁੱਟੇ ਹੋਣੇ ਚਲੋ ਚੱਕੋ ਬੈਗ ਚੱਕੋ ਭੁੱਖੇ ਨੰਗੇ ਵੱਡੇ ਮੂੰਹ ਵਾਲੇ ਯਾਰ ਮੋਬਾਈਲ ਚ ਪੈਸੇ ਖਤਮ ਹੋ ਗਏ ਦੋਨਾਂ ਚ ਪੈਸੇ ਖਤਮ ਹੋ ਗਏ ਖਤਮ ਹੋ ਗਏ ਕੀ ਹੋਇਆ ਕਾਕੇ ਰੌਲਾ ਕਿਉਂ ਪਾ ਰਹੇ ਹੋ ਕੁਛ ਨੀ ਯਾਰ ਭਾਜੀ ਸਾਡਾ ਏਜੰਟ ਸਾਡਾ ਫੋਨ ਨੀ ਚੁੱਕ ਰਿਹਾ ਅਸੀਂ ਕੈਨੇਡਾ ਜਾਣਾ ਸੀ ਸਾਲੇ ਨੇ ਬੈਂਕੋਕ ਲਾਤਾ ਓਹੋ ਉਹਦਾ ਨਾਮ ਚਾਵਲਾ ਤੇ ਨੀ ਹੈਗਾ ਅਖਬਾਰ ਵਿਚ ਸਾਲਾ ਨਿਸ਼ਾਨੇਬਾਜ਼ੀ ਦੇ ਇਨਾਮ ਜਿੱਤੇ ਹੋਏ ਅੱਛਾ ਸਾਨੂੰ ਤਾਂ ਲੰਗੜਾ ਹੋ ਕੇ ਮਿਲਿਆ ਸੀ ਲੰਗੜਾ ਜਿੰਨੀਆਂ 200 ਮੀਟਰ ਦੀਆਂ ਰੇਸਾਂ ਜਿੱਤਿਆ ਹੈ ਨਾ ਮਿਲਖਾ ਵੀ ਨੀ ਜਿੱਤਿਆ ਹੋਣਾ ਪਹਿਲੇ ਤਾਂ ਲੰਗੜਾ ਹੋ ਕੇ ਮਿਲਦਾ ਹੈ ਫਿਰ ਜਦੋਂ ਪੈਸੇ ਮਿਲ ਜਾਂਦੇ ਨੇ ਚਾਰ ਚਾਰ ਟੰਗਾਂ ਨਿਕਲ ਆਉਂਦੀਆਂ ਕੁੱਤਿਆਂ ਵਾਂਗੂ ਦੌੜਦਾ ਹੈ ਚਲੋ ਕੋਈ ਨਹੀਂ ਐਜ਼ ਅ ਪੰਜਾਬੀ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਡੀ ਮਦਦ ਕਰਾਂ ਤੁਸੀਂ ਇੱਦਾਂ ਕਰੋ ਤੁਸੀਂ ਮੇਰੇ ਗਰਾਜ 'ਚ ਕੰਮ ਕਰ ਲਓ ਰਹਿਣਾ ਖਾਣਾ ਪੀਣਾ ਮੇਰੇ ਵੱਲੋਂ ਵੈਸੇ ਵੀ ਮੈਨੂੰ ਤੁਹਾਡੇ ਵਰਗੇ ਬੰਦਿਆਂ ਦੀ ਲੋੜ ਹੈ ਆ ਜਾਓ ਆ ਜਾਓ ਮੈਨੂੰ ਲੱਗਦਾ ਇਹ ਬੰਦਾ ਝੂਠ ਬੋਲ ਰਿਹਾ ਇਹ ਚਾਵਲਾ ਸਾਹਿਬ ਦੀਆਂ ਬੁਰਾਈਆਂ ਤਾਂ ਕਰਦਾ ਕਿਉਂਕਿ ਇਹ ਆਪਸ ਵਾਲਾ ਏਜੰਟ ਹੈ ਪਾਪਾ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਕੀ ਕਿਹਾ ਤੂੰ ਹੈ ਸਾਡੇ ਤੋਂ ਕੰਮ ਕਰਾਂਗਾ ਮਾਮਾ ਚਾਵਲਾ ਸਾਹਿਬ ਦੀਆਂ ਬੁਰਾਈਆਂ ਕਰਦਾ ਉਹ ਤਾਂ ਨੈਟਵਰਕ ਕਰਕੇ ਫੋਨ ਨਹੀਂ ਮਿਲਣ ਡਿਆ ਵੱਡਾ ਆਇਆ ਤੇਰੇ ਵਰਗੇ 36 ਕੰਮ ਕਰਦੇ ਆ ਸਾਡੇ ਘਰ ਓਏ ਚਲੋ ਕੰਮ ਕਰ ਹੱਦ ਹੋ ਗਈ ਓਏ ਓਏ ਯਾਰ ਇੱਕ ਤਾਂ ਮਦਦ ਕਰੋ ਬੰਦਿਆਂ ਦੀ ਉੱਪਰੋਂ ਔਖੇ ਹੁੰਦੇ ਨੇ ਚਲ ਓਏ ਇੱਕ ਵਾਰੀ ਲੰਘ ਕੇ ਵੇਖੋ ਗਰਾਜ ਕੋਲੋਂ ਐਸੀ ਹਾਲਤ ਕਰਾਂਗਾ ਨਾ ਸੋਚੋਗੇ ਕੀ ਹੋਇਆ ਸਾਡੇ ਨਾਲ ਓ ਚੱਲ ਚੱਲ ਜ਼ਮਾਨਾ ਹੀ ਖਰਾਬ ਹੈ ਮਦਦ ਕਰੋ ਬੰਦਿਆਂ ਦੀ
यार जे घरों फोन आ गया तो की कहांगे? सारा दिन लंघ गया यार, वो चावले का फोन भी नहीं लगन दिया, हुण की करिए यार? मैनू तो यह नहीं समझ आ रहा कि आप घर की कहांगे, साले 15 लाख रुपए डुब गए, मम्मी की सारी पेंशन बढ़ गई। चुप कर यार, ओ मेरी मम्मी का फोन आया यार, मैं की कहूंगा? वो तू टेंशन ना ले, तू एक काम कर, तू कह मम्मी असि ना वाया 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 जा रहे हैं, क्योंकि कोई डायरेक्ट फ्लाइट है नहीं, नाले 130 की वेटिंग चलती सी। कंजरा प्लेन आ, ट्रेन नहीं, 130 की वेटिंग का लगता। जेकर मैं तो कहना मम्मी नु सब कुछ सच सच दस दे कि असि बैंकॉक फस गए हैं सारे। ओ चल, एक आइडिया है मेरे को। की? ओ यार आपा गैरेज वाले भाई ने गाटी पाइए। मैनू तो बंदा ठीक ही लगता सी, तुसी दोनों लड़ पे ओदे नाल। हुण की करिए? हेलो पुत्र, किथे पहुंच गए? हां जी असि जापान पहुंच गए जी। अजे जापान ही पहुंचे हो? ओ ओ वाया आया ना असि इसलिए। अच्छा, मैनू जापान दी भाषा दसना, किवें दे हुंदी है? सत श्री अकाल भैन जी, 120 फुट रोड डांस बंदा किधर नु पाऊगा जी? हो ना लाया पोजो थाई भैन ता मोन बनियो बिन खाइबा। थैंक यू अजी। हां जी सुन लिया? की बोल गई, मेरे तो पोरा पल्ले नहीं पिया। ए जापान दी भाषा इदां दे हुंदी है? किवें तू, कोई टेंशन ता नहीं? ले दस सानू कोई टेंशन होनी, मौजा लुट दे मौजा। बस तोड़ी घर दी रोटी दी याद आंदी है। हाय मेरा पुत्र, तुसी फिक्र ना करो, इत्थे सारा कुछ मिलदा, ऐन टिड भरे पए आ। चलो चंगा चंगा मैं करदा तुहानू। है ठीक है पुत, अपना ख्याल रखी। नाले देखी ठंड होवे तो जैकेट पा ली। ते बार दा खाना ध्यान नाल खाई। हाजी हाजी मैं सब कर लांगा, तुसी टेंशन ना लो। ते अपना ख्याल रखियो, दवा टाइम ते ले लियो। ठीक है पुत्र। चंगा मम्मी जी, ध्यान रखियो। जिंदा रहा मेरा बच्चा। किन्ने पैसे हुए? फोन दा तोड़ा 300 रुपए है गया जी, ते दवाइयां दा 150 रुपए है गया। अच्छा। तुसी ये 300 फोन दे रख लो, ते दवाइयां मैं बाद च ले जाऊंगी। ओके। ਪਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓ ਹੋ, ਹੁਣ ਕੀ ਲੈਣ ਆਏ ਹੋ? ਭਾਜੀ ਜੇ ਬੇਗਾਨੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ ਨਹੀਂ ਆਊ ਤੇ ਫਿਰ ਹੋਰ ਕੌਣ ਆਊ? ਅੱਛਾ, ਹਾਂਜੀ। ਤੇ ਜਦੋਂ ਮੈਂ ਮਦਦ ਕਰਨ ਗਿਆ ਸੀ ਤਾਂ ਕਹਿੰਦੇ ਸੀ ਚਾਵਲਾ ਸਾਹਿਬ ਬਾਰੇ ਇਸ ਤਰ੍ਹਾਂ ਨਾ ਕਹੋ, ਹੈ? ਚਲੋ ਦਫਾ ਹੋ ਜਾਓ। ਭਾਜੀ ਅਸੀਂ ਸੱਚ ਕਹਿ ਰਹੇ ਹਾਂ। ਭਾਜੀ ਸਾਡਾ ਯਕੀਨ ਮੰਨੋ ਜੀ, ਚਾਵਲੇ ਨੇ ਸਾਡੇ ਨਾਲ ਬਹੁਤ ਬੁਰਾ ਕੀਤਾ ਜੀ। ਅੱਛਾ ਅੱਛਾ, ਇੱਕ ਗੱਲ ਦੱਸੋ, ਸਵੇਰੇ ਤਾਂ ਬੜਾ ਬੋਲ ਰਹੇ ਸੀ, ਮੇਰੇ ਤੋਂ ਵਧੀਆ ਤੇ ਗੱਡੀਆਂ ਨੇ ਨਾ ਤੁਹਾਡੇ ਘਰ, ਮੇਰੇ ਵਰਗਿਆਂ ਨੂੰ ਤਾਂ ਤੁਸੀਂ ਕੰਮ ਤੇ ਲਾਉਂਦੇ ਹੋ। ਚਲੋ ਨਿਕਲੋ। ਲੱਗਦੇ ਤੇ ਚੰਗੇ ਕਰਦੇ ਮੁੰਡੇ ਐ ਯਾਰ, ਹੋਇਆ ਤੇ ਮੇਰੇ ਨਾਲ ਵੀ ਇੱਦਾਂ ਹੀ ਸੀ। ਇੱਕ ਮਿੰਟ, ਚਲੋ ਠੀਕ ਹੈ, ਮੈਂ ਤੁਹਾਨੂੰ ਮਾਫ ਕੀਤਾ। ਕੱਲ ਸਵੇਰੇ ਤੋਂ ਮੇਰੇ ਗਰਾਜ ਚ ਕੰਮ ਤੇ ਲੱਗ ਜਾਓ, ਇੱਧਰ ਕਮਰਾ ਉੱਥੇ ਹੀ ਸੌ ਜਾਣਾ। ਇਹ ਰੱਖੋ ਕੁਝ ਬਾਟ, ਨਾਲ ਬਾਜ਼ਾਰ ਹੈ, ਰੋਟੀ ਰੋਟੀ ਖਾ ਲੈਣਾ। ਯਾਰ ਆ ਕਰਨਾ ਸੀ ਇੱਥੇ, ਆ ਸਾਲਾ ਪੇਚਕਸ ਤੇ ਗ੍ਰੀਸ ਚ ਰਹਿ ਰਹਿ ਕੇ ਮੈਨੂੰ ਤਾਂ ਤੁਹਾਡੀਆਂ ਸ਼ਕਲਾਂ ਵੀ ਪਾਨੇ ਵਰਗੀਆਂ ਲੱਗਣ ਲੱਗ ਪਈਆਂ। ਯਾਰ ਪਰ ਕੁਛ ਵੀ ਹੋਇਆ, ਆ ਏਜੰਟ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਤੂੰ ਟੈਂਸ਼ਨ ਨਾ ਲੈ ਸਾਲਾ, ਜਿੱਦਣ ਜਿੱਥੇ ਮਿਲਿਆ ਨਾ
ਮੂਲੀਆਂ ਨੂੰ ਛਿੱਲਣਾ ਦੇਖ ਲੈ ਤੂੰ। ਓਏ ਫੱਟੂ। ਹਾਂਜੀ ਫਾਜੀ। ਇਹ ਗੱਡੀ ਛੱਡ ਕੇ ਆਨੀ ਬੜੇ ਧਿਆਨ ਨਾਲ। ਸ਼ਹਿਰ ਦਾ ਸਭ ਤੋਂ ਅਮੀਰ ਬੰਦਾ ਨਾ ਕਬੀਰ ਗਿੱਲ, ਉਹਦੀ ਗੱਡੀ ਹੈ। ਉਹ ਜਿਹੜੀ ਵੱਡੀ ਵਾਲੀ ਸੜਕ ਹੈ ਬੀਚ ਦੇ ਨਾਲ, ਬੰਗਲਾ ਨੰਬਰ 6। ਠੀਕ ਆ ਜੀ, ਅਸੀਂ ਜਾਵਾਂਗੇ। ਓਏ ਤੁਸੀਂ ਦੋਵੇਂ ਕਿੱਥੇ ਜਾ ਰਹੇ ਹੋ? ਭਾਜੀ ਐਕਚੁਅਲੀ ਮੈਨੂੰ ਲੱਗਦਾ ਕਿ ਜੇ ਗੱਡੀ ਰਸਤੇ 'ਚ ਪੈਂਚਰ ਪੁੰਚਰ ਹੋ ਗਈ ਤਾਂ ਟਾਇਰ ਕੌਣ ਖੋਲੂਗਾ? ਹੁਣ ਦੇਖੋ ਟਾਇਰ ਤੇ ਖੋਲ ਲੈਂਦਾ ਤੇ ਪਾਣੀ ਲਈ ਵੀ ਬੰਦਾ ਚਾਹੀਦਾ, ਤੇ ਮੈਂ ਸੋਚਦਾ ਸੀਗਾ ਕਿ ਮੈਂ ਤੇ ਜਿਗਰ ਫੱਟੂ ਦੇ ਨਾਲ ਹੀ ਚੱਲ ਜਾਂਦੇ ਜੀ। ਠੀਕ ਹੈ, ਗੱਲ ਲੌਜਿਕ ਵਾਲੀ ਹੈ, ਚਲੇ ਜਾਓ ਪਰ ਟਾਈਮ ਸਿਰ ਵਾਪਸ ਆ ਜਾਣਾ। ਹਾਂਜੀ ਹਾਂਜੀ ਹਾਂਜੀ, ਗਏ ਤੇ ਆਏ ਗਏ ਤੇ ਆਏ। ਉਹ ਸਾਲਿਓ ਕੱਪੜੇ ਤਾਂ ਬਦਲੋ, ਕਿਹੜੀ ਚ ਬਦਲਾਂਗੇ, ਚਲ ਤੂੰ ਚਲੋ ਚਲੋ। ਸਾਡੀ ਮਰਸੀਡੀਜ਼ ਇਹਨਾਂ ਦੀ ਗੈਰੇਜ 'ਚ ਖੜੀ ਸੀ ਤਾਂ ਇਹਨੇ ਸਾਨੂੰ ਘਰੋਂ ਚੱਕ ਕੇ ਗੈਰੇਜ 'ਚ ਲੈ ਕੇ ਜਾਣਾ ਸੀ। ਇਹ ਸਾਲਾ ਇੱਥੇ ਲੈ ਕੇ ਆ ਗਿਆ ਸਾਨੂੰ। ਨੌਕਰੀ ਤੋਂ ਕੱਢ ਦੇਣਾ ਤੈਨੂੰ, ਚੱਲ ਚੱਲ ਜਵਾਨਾਂ ਨਾਲ ਚੱਲ ਔਰ ਚੱਲ। ਸਾਲਾ ਗਰੀਬ ਜਿੱਤਾ ਲੈ ਜੀ, ਇਹ ਹਰੀ ਤੇ ਜਿਗਰ ਪਾਗਲ ਹੋ ਗਏ ਦੋਨੋਂ, ਉਹ ਪਾਗਲ ਹੋ ਗਏ, ਉਹ ਪਾਗਲ ਹੋ ਗਏ ਦੋਨੋਂ। ਹੋਰ ਜੀ ਹੈਰੀ, ਫਿਰ ਉਹ ਆਪਣੀਆਂ ਡਾਇਮੰਡ ਦੀ ਕੰਸਾਈਨਮੈਂਟ ਲਈ ਚੱਲੀਏ, ਕਿਤੇ ਡਾਇਮੰਡ ਹੱਥੋਂ ਨਾ ਨਿਕਲ ਜਾਣ। ਓਏ ਡਾਇਮੰਡ ਤਾਂ ਸਾਡੇ ਸਾਹਮਣੇ ਖੜੇ ਆ ਯਾਰ। ਕੀ ਮੇਰੇ ਕਹਿਣ ਦਾ ਮਤਲਬ ਕਿ ਆਪਾਂ ਐਵੇਂ ਬਾਜ਼ਾਰਾਂ 'ਚ ਲੱਭਦੇ ਰਹਿੰਦੇ ਹਾਂ, ਕਈ ਵਾਰੀ ਡਾਇਮੰਡ ਸਾਡੇ ਸਾਹਮਣੇ ਹੁੰਦੇ ਆ। ਗੱਲਾਂ ਬਣਾਉਣੀਆਂ ਤਾਂ ਕੋਈ ਪੰਜਾਬੀ ਮੁੰਡਿਆਂ ਤੋਂ ਸਿੱਖੇ। ਹਾਂਜੀ, ਬਾਏ ਦ ਵੇ ਆਮ ਰੂਪ। ਹੈਲੋ ਜੀ, ਮਾਈ ਸੈਲਫ ਹਾਈ, ਆਮ ਗੁਰਨੂਰ। ਪਰ ਤੁਸੀਂ ਨਾ ਬਹੁਤ ਜ਼ੋਰ ਨਾਲ ਥੱਪੜ ਮਾਰਿਆ ਡਰਾਈਵਰ ਨੂੰ। ਹਾਂ, ਐਦਾਂ ਨਹੀਂ ਸੀ ਕਰਨਾ ਚਾਹੀਦਾ। ਗੁਰਨੂਰ ਜੀ ਤੁਹਾਨੂੰ ਨਹੀਂ ਪਤਾ, ਇਹ ਜਿਹੜੇ ਛੋਟੇ ਲੋਕ ਹੁੰਦੇ ਆ ਨਾ, ਇਹ ਸਾਰੇ ਥੱਪੜਾਂ ਵਾਲੀ ਸੂਤ ਆਉਂਦੇ ਆ। ਤੁਹਾਨੂੰ ਪਤਾ ਨਾਲੇ, ਅਸੀਂ ਇਸ ਡੀਲ ਤੋਂ ਬਾਅਦ ਆਪਣਾ ਚਾਰਟਰ ਪਲੇਨ ਲੈ ਕੇ ਕੈਨੇਡਾ ਜਾਣਾ ਸੀ ਦੂਜੀ ਡੀਲ ਲਈ। ਲੱਗਦਾ ਸਾਨੂੰ ਕੈਂਸਲ ਕਰਨੀ ਪੈਣੀ ਹੁਣ ਡੀਲ। ਵਾਓ, ਮੈਨੂੰ ਲੱਗਦਾ ਤੁਸੀਂ ਡਾਇਮੰਡ ਮਰਚੈਂਡਾਈਜ਼ਰ ਹੋ। ਹਾਂਜੀ ਹਾਂਜੀ ਹਾਂਜੀ, ਅਸੀਂ ਬੈਂਕਾਕ ਤਾਂ ਆਉਣੇ ਹੀ ਰਹਿਣੇ ਜੀ, ਵੈਸੇ ਆਏ ਸੀ 1 ਮਹੀਨੇ ਦੀਆਂ ਛੁੱਟੀਆਂ ਲਈ। ਨਾਈਸ ਟੂ ਮੀਟ ਯੂ, ਇੰਜੋਏ ਬੈਂਕਾਕ। ਨਾਈਸ ਟੂ ਮੀਟ ਯੂ ਟੂ ਜੀ। ਸੇਮ ਹੇਅਰ, ਨਾਈਸ ਟੂ ਮੀਟ ਯੂ ਜੀ, ਬਾਏ ਬਾਏ। ਚੰਗਾ ਜੀ, ਬੋਲ। ਓਏ ਪੱਟੂ, ਕਿੱਥੇ ਆ ਤੂੰ? ਸਾਲਿਓ ਤੁਹਾਨੂੰ ਕੀ ਲੈਣਾ ਦੇਣਾ, ਮੈਂ ਭਾਵੇਂ ਟੱਠੇ ਕੁੱਝ ਜਾਵਾਂ। ਓ ਅੱਛਾ, ਇੱਕ ਕੰਮ ਕਰ ਯਾਰ, ਓ ਟਾਈਮ ਸਿਰ ਗੈਰੇਜ ਆ ਜੀ, ਨਹੀਂ ਤਾਂ ਭਾਜੀ ਨੇ ਬੂਹਾ ਲਾ ਦੇਣਾ, ਫੇਰ ਨਾ ਕੀ ਸਾਨੂੰ। ਤੁਸੀਂ ਦੋਨੋਂ ਮਿਲੋ ਸਹੀ, ਮੈਨੂੰ ਛੱਡਾਂਗਾ ਨਹੀਂ ਤੁਹਾਨੂੰ। ਬਲੱਡੀ ਨੌਨਸੈਂਸ, ਮੈਂ ਨਹੀਂ ਗੱਲ ਕਰਨੀ ਤੁਹਾਡੇ ਨਾਲ, ਦਫਾ ਹੋ ਜਾਓ ਦੋਨੋਂ। ਹੇ, ਐਕਸਕਿਊਜ਼ ਮੀ, ਯੂ ਆਰ ਪੰਜਾਬੀ? ਹੈ ਜੀ, ਹਾਊ ਡੂ ਯੂ ਕਮਿੰਗ ਨੋ? ਇੱਕ ਤਾਂ ਤੁਸੀਂ ਸ਼ਰਾਬ ਪੀ ਕੇ ਗਾਲਾਂ ਕੱਢਦੇ ਪਏ ਹੋ, ਫਿਰ ਉੱਤੋਂ ਟੁੱਟੀ ਫੁੱਟੀ ਅੰਗਰੇਜ਼ੀ ਵੀ ਬੋਲਦੇ ਪਏ ਹੋ, ਤੇ ਇਟਸ ਅੰਡਰਸਟੂਡ ਨਾ ਕਿ ਤੁਸੀਂ ਤਾਂ ਪੰਜਾਬੀ ਹੋ। ਵੈਸੇ ਵਾਈ ਆਰ ਯੂ ਅਬਿਊਜ਼ਿੰਗ? ਓ ਮੇਰੇ ਯਾਰ ਹੈਗੇ ਜੀ, ਪਰ ਬੜੇ ਕੰਜਰ ਹੈ। ਅੱਛਾ, ਉਹਨਾਂ ਦੇ ਕਰਕੇ ਮੈਨੂੰ ਇੰਨੀ ਦੂਰੋਂ ਪੈਦਲ ਆਉਣਾ ਪਿਆ ਇੱਥੇ। ਉਹ ਤਾਂ ਠੀਕ ਆ, ਪਰ ਤੁਹਾਨੂੰ ਨਾ ਗਾਲਾਂ ਨਹੀਂ ਸੀ ਕੱਢਣੀਆਂ ਚਾਹੀਦੀਆਂ। ਨਹੀਂ, ਉਹ ਤਾਂ ਜੀ ਮੈਂ ਦਾਰੂ ਪੀ ਲਈ ਨਾ, ਇਸ ਕਰਕੇ ਨਿਕਲ ਗਈ ਹਾਂ। ਓ ਸੁਫੀ, ਤਾਂ ਮੈਂ ਬੜਾ ਡਰਪੋਕ ਆ। ਵੈਰੀ ਫਨੀ, ਕਿਊਟ ਹੋ ਜੇ। ਵੈਸੇ ਬੜੀਆਂ ਚੰਗੀਆਂ ਗੱਲਾਂ ਕਰਦੇ ਹੋ ਤੁਸੀਂ। ਓ ਜੀ, ਤੁਸੀਂ ਗਲਤ ਬੋਲਤਾ, ਕਿਊਟੋ ਨਹੀਂ ਫੱਟੋ, ਮੇਰਾ ਮਤਲਬ ਫੱਟੂ। ਮੇਰੇ ਸਾਰੇ ਯਾਰ ਮੈਨੂੰ ਫੱਟੂ ਬੁਲਾਉਂਦੇ। ਫੱਟੂ, ਵੈਰੀ ਫਨੀ। ਓਕੇ, ਨਾਈਸ ਟੂ ਮੀਟ ਯੂ ਫੱਟੂ, ਬਾਏ ਦ ਵੇ ਆਈ ਐਮ ਸੋਨਾ ਐਂਡ ਆਈ ਐਮ ਗੋਇੰਗ ਨਾਓ, ਬਾਏ। ਮੈਂ ਤੁਹਾਨੂੰ ਘਰ ਡ੍ਰੌਪ ਕਰ ਦਵਾਂ? ਠੀਕ ਹੈ, ਥੈਂਕਸ ਡੂਡ, ਆਈ ਮੀਨ ਫੱਟੂ। ਇੱਕ ਮਿੰਟ ਰਜਨੀ ਜੀ ਬਦਲ ਗਏ ਸੀ ਰੋਬਟ ਫਿਲਮ ਚ, ਅਸੀਂ ਚੀਜ਼ ਕੀ ਆ ਨਾਲੇ ਉਹ ਕੁੜੀਆਂ ਥੋੜੀ ਸੀ ਵੀਰੇ, ਹੀਰਿਆਂ ਦਾ ਲੱਗਦਾ। ਕਿੰਨੀ ਦੇਰ ਆ ਗੈਰੇਜ ਚ ਰੁਕੇ ਰਵਾਂਗੇ?
Don't worry. I have an idea. ਆ ਜਿਹੜਾ ਤੂੰ ਅੰਗਰੇਜ਼ੀ ਚ ਬੋਲਿਆ ਨਾ ਪੱਕਾ ਘੈਂਟ ਆਈਡੀਆ ਹੋਊਗਾ। ਦੱਸ ਗੱਲ ਇਦਾਂ ਆ, ਆਪਾਂ ਕਬੀਰ ਗਿੱਲ ਦੀਆਂ ਭੈਣਾਂ ਨੂੰ ਫਸਾ ਲੈਂਦੇ ਆ, ਠੀਕ ਆ, ਤੇ ਉਹਨਾਂ ਦੇ ਪੈਸੇ ਯੂਜ਼ ਕਰਕੇ ਕੈਨੇਡਾ। ਹੁਣ ਕੁੜੀਆਂ ਕੋਲੋਂ ਪੈਸੇ ਲਓਗੇ? ਕਾਕਾ ਜੀ ਹਿਸਟਰੀ ਦੇ ਪੰਨੇ ਫਰੋਲ ਕੇ ਵੇਖ ਲਓ, ਕੁੜੀ ਕਿੰਨੀ ਵੀ ਅਮੀਰ ਹੋਏ, ਜੇ ਕਦੇ ਕਿਸੇ ਕੁੜੀ ਦੇ ਕਿਸੇ ਮੁੰਡੇ ਦੇ ਤੇਲਾ ਵੀ ਖਰਚਾ ਹੋਵੇ ਗੱਲਾਂ ਮਾਰਦੇ ਆ। ਉਹ ਤੂੰ ਬਕਵਾਸ ਨਾ ਕਰ, ਠੀਕ ਆ, ਤੂੰ ਵੀ ਕੋਈ ਅਮੀਰ ਕੁੜੀ ਲੱਭ ਤੇ ਉਹਨਾਂ ਸੈੱਟ ਹੋ ਕੇ ਬੈਂਕਾਕ ਤੋਂ ਨਿਕਲ, ਚੱਲ ਚੱਲ ਚੱਲ। ਵੱਡਾ ਆ, ਮੈਂ ਸੋਨੇ ਜੀ ਨੂੰ ਧੋਖਾ ਨਹੀਂ ਦੇ ਸਕਦਾ। ਸੋਨਾ ਜੀ ਸੜਾ ਇਹ ਕਿਹੜੀ ਜੀ ਆ ਗਈ? ਉਹਨੇ ਮੈਨੂੰ ਪੱਪ ਚ ਮਿਲੀ ਸੀ। ਅੱਛਾ, ਤੇ ਉਹਨੇ ਮੈਨੂੰ ਸਵੀਟਾ ਵੀ ਕਿਹਾ। ਓਏ ਹੋਏ, ਉਹ ਦਰਦ ਨਹੀਂ ਪੀਤੀ ਸੀ? ਇੱਥੇ ਤਾਂ ਕੁੜੀਆਂ ਸੂਫੀ ਝੂਠ ਬੋਲੀ ਜਾਂਦੀਆਂ, ਪੱਕਾ ਉਹਨਾਂ ਦਾਰੂ ਪੀਤੀ ਨੂੰ ਜਿਹੜਾ ਉਹਨੇ ਤੈਨੂੰ ਸਵੀਟੂ ਕਹਿਤਾ। ਉਹ ਨਹੀਂ ਯਾਰ, ਸੱਚੀ ਸ਼ਕਤੀਮਾਨ ਦੀ ਸੋ, ਉਹਨੇ ਮੈਨੂੰ ਸਵੀਟੋ ਕਿਹਾ ਸੀ। ਹਾਂ ਫੇਰ ਗੱਲ ਸੁਣ। ਹਾਂ ਦੱਸ ਬਈ। ਜਾਂ ਤਾਂ ਉਹ ਕੁੜੀ ਅੰਨੀ ਹੋਣੀ ਆ, ਜਾਂ ਉਹਨੂੰ ਕਿਸੇ ਨੇ ਕਹਿਤਾ ਹੋਣਾ ਕਿ ਦੁਨੀਆ 'ਚ ਬੰਦੇ ਮੁੱਕਣ ਵਾਲੇ ਆ। ਚੱਲ ਇਹੋ ਜਿਹੀ ਗੱਡੀ ਲੈਣੀ ਕਨੇਡਾ ਜਾ ਕੇ ਹਈ ਜਮਾਨ। ਓ ਜਿਗਰ। ਹਾਂਜੀ ਭਾਜੀ। ਐਡਰੈਸ ਫੜ, ਇਹਨਾਂ ਦੀ ਗੱਡੀ ਸਰਵਿਸ ਤੇ ਲਿਆ। ਠੀਕ ਆ ਭਾਜੀ। ਹੈਰੀ ਤੂੰ ਵੀ ਨਾਲ ਜਾ। ਠੀਕ ਆ ਭਾਜੀ। ਓਏ ਫੱਟੂ, ਤੂੰ ਉਧਰ ਕੀ ਕਰ ਰਿਹਾ ਹੈ? ਹਾਂਜੀ ਹਾਂਜੀ, ਤੂੰ ਇਧਰ ਗੱਡੀ ਸਾਫ ਕਰ, ਕੱਪੜਾ ਮਾਰ ਇਧਰ। ਸ਼ਾਬਾਸ਼। ਮੈਨੂੰ ਜਿੱਦਾਂ ਐਡਰੈਸ ਨਹੀਂ ਲੱਭਣਾ ਸੀ। ਆ ਫੜੋ ਗੱਡੀ ਦੀ ਚਾਬੀ, ਬਿੱਟੂ ਭਾਈ ਨੂੰ ਕਹਿਣਾ ਗੱਡੀ ਠੀਕ ਕਰਕੇ ਸ਼ਾਮ ਨੂੰ ਟਾਈਮ ਸਿਰ ਭੇਜ ਦੇ। ਸ਼ਾਮ ਕੇ ਵੱਡੇ ਮੂੰਹ ਵਾਲਿਆ। ਵਧੀਆ ਸ਼ਾਪਿੰਗ ਹੋ ਗਈ ਆਪਣੀ। 70% ਡਿਸਕਾਊਂਟ ਚ ਚੱਲਦਾ ਪਿਆ ਸੀ। ਨਵੀਂ ਨਵੀਂ ਗੱਡੀਆਂ ਲੈ ਕੇ ਆਉਂਦੇ ਨੇ, ਸਾਡੇ ਵਾਸਤੇ ਪਰਫੈਕਟ ਹੈ। ਪਿੰਡ ਦੀ ਜ਼ਿੰਦਗੀ ਦੀ ਬੜੀ ਯਾਦ ਆਉਂਦੀ ਹੈ ਯਾਰ। ਤੂੰ ਸਹੀ ਕਹਿ ਰਿਹਾ ਯਾਰ, ਕਨੇਡਾ ਜਾਣ ਦੀ ਸੋਚੀ ਸਾਡੀ ਤਾਂ ਜ਼ਿੰਦਗੀ ਬਦਲ ਕੇ ਰਹਿ ਗਈ ਯਾਰ। ਯਾਰ ਜੇ ਆਪਣੀ ਯਾਰੀ ਸਾਨੂੰ ਇੱਥੇ ਤੱਕ ਲੈ ਕੇ ਆਈ ਹੈ ਨਾ, ਫਿਰ ਗਾਹਾਂ ਵੀ ਲੈ ਕੇ ਜਾਓ। ਉਹ ਚੱਲ ਛੱਡ ਯਾਰ, ਹੁਣ ਤੂੰ ਰਵਾਏਂਗਾ, ਚਲੋ ਗੇੜੀ ਮਾਰ ਕੇ ਆਉਂਦੇ ਹਾਂ। ਚਲੋ ਕੰਮ ਕਰਦੇ ਆ।
ਨਹੀਂ ਨਹੀਂ ਪਰ ਫੋਟੋ ਨਾ ਖਿੱਚਾ ਭਾਜੀ ਮੈਂ ਤੇ ਭਰਾ ਸਾਡਾ ਕੈਨੇਡਾ ਤੋਂ ਮੱਛੀ ਖਾਣ ਆਉਂਦਾ ਬੈਂਕਾਕ ਚ ਹੈ ਉਹ ਹੈਰੀ ਲਾਇਆ ਦੇ ਪਿਓ ਨੂੰ ਫੋਨ ਹੁਣੀ ਫੋਨ ਲਾ ਭਾਈ ਨਾਲ ਆਇਓ ਡੈਡੀ ਮੰਦਰ ਗਏ ਹੁਣ ਕੋਈ ਗੱਲ ਨਹੀਂ ਆਪਾਂ ਸਾਰੇ ਫੋਟੋ ਫੇਸਬੁੱਕ ਤੇ ਪਾ ਦੇਣੀ ਆ ਨਾਲੇ ਸਾਰੇ ਪਿੰਡ ਨੂੰ ਪਤਾ ਲੱਗ ਜੂ ਕਿ ਜਿਹੜਾ 21 ਲੱਖ ਦਾ ਚੱਕ ਭੈਣ ਨੂੰ ਰੱਖ ਦੇ ਦਿੱਤਾ ਸੀ ਉਹ ਆਇਆ ਕਿੱਥੋਂ ਉਹ ਲਾਡੀ ਚੱਲ ਪਾ ਫੇਸਬੁੱਕ ਤੇ ਛੇਤੀ ਪਾ ਪਰੇ ਪਰ ਜੇ ਮੇਰੇ ਤੋਂ ਡਿਲੀਟ ਹੋ ਗਈ ਫੜਾ ਡੱਫਰ ਨਾ ਹੋਵੇ ਤਾਂ ਇਹਨੂੰ ਮੈਂ ਕਰਦਾ ਭਾਈ ਨਾ ਪਾਓ ਯਾਰ ਮੈਂ ਤੁਹਾਡਾ ਭਰਾ ਆਇਆ ਸਾਲਾ ਉੱਥੇ ਤਾਂ ਕਹਿੰਦਾ ਸੀਗਾ ਕਿ ਕਦੀ ਲੁਧਿਆਣੇ ਵਾਲਾ ਟੋਲ ਟੱਪਿਆ ਹੁਣ ਭਰਾ ਆਇਆ ਭਾਈ ਨਾ ਪਾਓ ਪਲੀਜ਼ ਕਿਉਂ ਮੇਰੀ ਨੀਂਦ ਤੇ ਚੈਨ ਉਡਾਈ ਹੋਈ ਹੈ ਨੀਂਦ ਤਾਂ ਪਤਾ ਨਹੀਂ ਕੱਕਾ ਆ ਚੈਨ ਮੈਨੂੰ ਦੇ ਦਿਓ ਭਾਈ ਤੁਸੀਂ ਰੱਖ ਲਓ ਸਭ ਤੋਂ ਰੱਖ ਲਓ ਆ ਪੈਸੇ ਵੀ ਰੱਖ ਲਓ ਮੈਨੂੰ ਇਹਨਾਂ ਦੱਸ ਦੇ ਕਰ ਲਾਂਗੇ ਮੇਰਾ ਵੀਰ ਇੱਕ ਕੰਮ ਕਰ ਸਾਡੇ ਰਹਿਣ ਦਾ ਸਾਡੇ ਖਾਣ ਪੀਣ ਦਾ ਸਾਡੀ ਸ਼ਾਪਿੰਗ ਦਾ ਤੇ ਇੱਥੇ ਹਰ ਮਹੀਨੇ 30,000 ਦੇਣ ਦਾ ਵਾਅਦਾ ਕਰ ਤਾਂ ਜਾਨ ਛੱਡਾਂਗੇ ਤੇਰੀ ਕਿਉਂ ਓਏ ਪਾ ਇਹ ਫੋਟੋ ਪਾ 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 ਇਹ ਫੋਟੋ ਪਾ ਇਹ ਫੋਟੋ ਪਾ ਇਹ ਫੋਟੋ ਇੱਕ ਮਿੰਟ ਮੇਰਾ ਮਤਲਬ ਕਿਉਂ 30,000 ਬਾਅਦ ਹੀ ਕਿਉਂ ਉਹਦੇ ਨਾਲ ਕੀ ਕਰਨਾ ਦੋ ਵਾਰੀ ਮਸਾਜ ਕਰਾਂਗੇ ਖਤਮ ਹੋ ਜਾਣਾ ਘਟਾ ਘਟਾ 35,000 ਬਾਅਦ ਤੇ ਲਓ ਫੋਟੋ ਅਪਲੋਡ ਨਾ ਕਰੋ ਪਲੀਜ਼ ਮੇਰਾ ਵੀਰ ਫੋਟੋ ਅਪਲੋਡ ਨਾ ਕਰੋ ਵੇਖ ਲਓ ਮੇਰਾ ਭਰਾ ਨਹੀਂ ਕਰਦੇ ਭਾਈ ਅਪਲੋਡ ਨਾ ਕਰੋ ਵੀਰੇ ਫੋਟੋ ਅਪਲੋਡ ਨਾ ਕਰੋ ਨੰਬਰ ਨੀ ਸੇਵ ਕੀਤਾ ਤੂੰ ਨੰਬਰ ਸੇਵ ਕੀਤਾ ਤਾਂ ਪੁੱਛਿਆ ਕੌਣ ਜੀ ਕੀ ਮਤਲਬ ਮਤਲਬ ਇਹ ਹੈ ਕਿ ਅਸੀਂ ਹੁਣ ਡਿਸਾਈਡ ਕਰ ਲਿਆ ਅਸੀਂ ਹੁਣ ਕਿਸੇ ਗੈਰੇ ਗੁਰੇ ਦੇ ਕੰਮ ਨਹੀਂ ਕਰਨਾ ਓਏ ਕੀ ਬਕਵਾਸ ਕਰ ਰਹੇ ਪੈਸੇ ਨਹੀਂ ਕਮਾਣੇ ਪੈਸੇ ਦੀ ਕੋਈ ਕਮੀ ਹੈ ਸਾਨੂੰ ਪੈਸਾ ਬੜਾ ਆਪਣੇ ਘੋੜੇ ਸਾਡੇ ਕੋਲੇ ਟੈਨਸ਼ਨ ਕਾਹਦੀ ਹੈ ਕਾਕਾ ਬਸ ਤੂੰ ਨਾ ਕਰ ਤੂੰ ਸਾਨੂੰ ਫੋਨ ਨਹੀਂ ਕਰਨਾ ਓਏ ਓਏ ਤੂੰ ਹੋਸ਼ ਵਿੱਚ ਹੈ ਕਿ ਨਹੀਂ ਸਵੇਰੇ ਗੱਡੀ ਕੌਣ ਛੱਡਣ ਜਾਏਗਾ ਡਿਲੀਵਰੀ ਹੁਣ ਕੱਲ ਫੋਨ ਆਏਗਾ ਗੱਡੀਆਂ ਦੀ ਅਸੀਂ ਚੱਲੇ ਆ ਮੇਮਾਂ ਨਾਲ ਗਲਾਸੀਆਂ ਲਾਉਣ ਸ਼ੀਸ਼ੇ ਦਾ ਗਲਾਸ ਵਿੱਚ ਦਾਰੂ ਫਸ ਗਲਾਸ ਹੌਲੇ ਹੌਲੇ ਹੋਈ ਜਾਂਦਾ ਦਿਲ ਬਦਮਾਸ਼ ਸ਼ੀਸ਼ੇ ਦਾ ਗਲਾਸ ਵਿੱਚ ਦਾਰੂ ਫਸ ਗਲਾਸ ਹੌਲੇ ਹੌਲੇ ਹੋਈ ਜਾਂਦਾ ਦਿਲ ਕੀ
ਪਰਸ ਤਲ ਕਰੋ ਪੈਸੇ ਪੈਸੇ ਕਾਕਾ ਦੂਸਰੀ ਕਿਸ਼ਤ ਨਹੀਂ ਮਿਲੀ ਮਸਾਈ ਕਰਾ ਦੇਣਾ ਮੇਰੀ ਵਕ ਵੀ ਹੈਗੀ ਇੱਥੇ ਨਾਲੇ ਸਾਡੇ ਪੈਸੇ ਮੁੱਕ ਗਏ ਆ ਆ ਤਾਂ ਮਰ ਜਾਣਾ ਤੁਹਾਡੀ ਹੈ ਹੁਣ ਇੱਧਰ ਉੱਧਰ ਨਾ ਦੇਖ ਇੱਧਰ ਦੇਖ ਲੈ ਲਓ ਯਾਰ ਪੈਸੇ ਲੈ ਲਓ ਭੱਲਿਆ ਦੇ ਦੇ ਫੜਾ ਦੇ ਭਾਜੀ ਗਲਤ ਗੱਲ ਹੈ ਦਸ ਬਾਤ ਦੇ ਦੋ ਪਹਿਲਾਂ ਭੁੱਖ ਲੱਗੀ ਹੈ ਦਸ ਬਾਤ ਦੇ ਦੋ ਵਿੱਚੋਂ ਰੱਬ ਦੇਖਦਾ ਹੁੰਦਾ ਆਇਓ ਭਾਈ ਚਲੋ ਮਸਤੀ ਕਰ ਪੋੜੇ ਨਿਕਲ ਪੋੜੇ ਸਾਡੇ ਗਰੀਬਾਂ ਦੇ ਪੈਸੇ ਮਾਰਿਆ ਤੋ ਯਾਰ ਰੋਂਗ ਮੈਨ ਬੈਡ ਪੀਪਲ ਕਮਾਲ ਹੈ ਵੈਸੇ ਹਟਾ ਕੁੜੀਆਂ ਤੋਂ ਪੈਸੇ ਐਸੀ ਕਮਾ ਰਹੇ ਆ ਉਹ ਸਾਡੇ ਕੋਲੇ ਪੈਸੇ ਲੈ ਕੇ ਕੁੜੀਆਂ ਤੋਂ ਉਡਾਈ ਜਾ ਰਹੇ ਆ ਯਾਰ ਪੈਸੇ ਹੁਣ ਫੇਰ ਵੀ ਇਹ ਤਾਂ ਸਾਲੇ ਬਾਤ ਆ ਰੁਪਈਏ ਨਾਲ ਡਬਲ ਰੇਟ ਹੁੰਦਾ ਇਹਦਾ ਮੈਂ ਤੇ ਆਪ ਬੜੀ ਟੈਨਸ਼ਨ 'ਚ ਹੈਗਾ ਭੋਲੀ ਪਰਿਓ ਮੇਰੇ ਕੋਲ ਇੱਕ ਸਕੀਮ ਹੈ ਕੀ ਅਸੀਂ ਸੁਪਾਰੀਆਂ ਦੇ ਦਿੰਨੇ ਆ ਤੇਰੀ ਸਕੀਮ ਮੈਨੂੰ ਪਹਿਲੇ ਪਤਾ ਸੀ ਮੈਨੂੰ ਪਹਿਲੇ ਪਤਾ ਸੀ ਤੇਰੀ ਹੋਣੀ ਹੈ ਸਾਲਾ ਤੇਰਾ ਕੀ ਖਿਆਲ ਹੈ ਮੈਂ ਬੈਂਕਾਕ 'ਚ ਆਹ ਕੰਮ ਛੱਡ ਕੇ ਤੇ ਹੁਣ ਸੁਪਾਰੀ ਦਾ ਖੋਖਾ ਖੋਲ ਲਾਂ ਓ ਯਾਰ ਸੁਪਾਰੀਆਂ ਉਹ ਨਹੀਂ ਬੰਦੇ ਮਾਰਨ ਦੀਆਂ ਸੁਪਾਰੀਆਂ ਮੈਂ ਇੱਥੇ ਇੱਕ ਇਹੋ ਜਿਹੇ ਬੰਦੇ ਨੂੰ ਜਾਣਨਾ ਜਿਹੜਾ ਸਾਡੀ ਇਹ ਪ੍ਰੋਬਲਮ ਮਿੰਟਾਂ 'ਚ ਖਤਮ ਕਰ ਸਕਦਾ ਹੈ ਕੌਣ ਉਹਦਾ ਨਾਮ ਪਤਾ ਕੀ ਹੈ ਬੱਬੋ ਡਾਂ ਟੋਕਨ ਫੜੋ ਤੇ ਇੱਥੇ ਹੀ ਵੇਟ ਕਰੋ ਟੋਕਨ ਅਸੀਂ ਯਾਰ ਸਿਲੰਡਰ ਲੈਣਾ ਹੈ ਉਹ ਚੁੱਪ ਕਰੀਓ ਲਾਈਨ ਲੱਗੀ ਹੈ ਨਾ ਅੱਛਾ ਚੁੱਪ ਕੇਲੇ ਤੁਸੀਂ ਸੀ ਦਾੜੀ ਵਾਲੇ ਗੁਰੂ ਜੀ ਮੈਂ ਕਰਾ ਲਈ ਸੇਵਾ ਬਦਮਾਸ਼ੀ ਤੇ ਕਤਲ ਕਰਨ ਵਿੱਚ ਤੁਸੀਂ ਮੇਰੇ ਗੁਰੂ ਦੇਵਾ ਕਾਨੂੰਨ ਦਾ ਡਰ ਰਹੇ ਨਾ ਚੁਗੇ ਨਾ ਮੇਰੀ ਧੌਣ ਮੈਂ ਤੁਹਾਡਾ ਬੱਬੂ ਡਾਨ ਮੈਂ ਡਾਨ ਯੂ ਲੋਸਟ ਮਾਈ ਲਾਟ ਓ ਮਾਫ ਕਰਨਾ ਗੁਰੂਦੇਵ ਤੁਹਾਡਾ ਤਾਂ ਅੰਗਰੇਜ਼ੀ ਦੇ ਵਿੱਚ ਹੱਥ ਤੰਗ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਕਿੱਥੇ ਚਲੇ ਗਏ ਹੋ ਕਿੱਥੇ ਗਵਾਚ ਗਏ ਹੋ ਤੁਸੀਂ ਜਾਣ ਲੱਗੇ ਦੱਸ ਕੇ ਵੀ ਨਹੀਂ ਗਏ ਐਡੀ ਕੀ ਕਹਾਂ ਸੀ ਜਾਣ ਦੀ ਘੱਟੋ ਘੱਟ ਦੱਸ ਕੇ ਤਾਂ ਜਾਂਦੇ ਜੇ ਜਾਣਾ ਹੀ ਸੀ ਤਾਂ ਜਾਣ ਤੋਂ ਪਹਿਲਾਂ ਮੈਨੂੰ ਰਾਕਟ ਲਾਂਚਰ ਦਾ ਚਲਾਉਣਾ ਸਿਖਾ ਜਾਂਦੇ ਉਹਨੂੰ ਪਏ ਪਏ ਨੂੰ ਜੰਗਾਲ ਲੱਗ ਰਹੀ ਹੈ ਦੱਸੋ ਹੁਣ ਮੈਂ ਉਹਦਾ ਕੀ ਕਰਾਂ ਅਤੇ ਤੁਹਾਨੂੰ ਮੈਂ ਕਿੰਨੇ ਵਾਰ ਫੋਨ ਕਰ ਰਿਹਾ ਫੋਨ ਤੁਹਾਡਾ ਸਵਿੱਚ ਆਫ ਆ ਰਿਹਾ ਅਤੇ ਵਟਸਐਪ 'ਤੇ ਤੁਹਾਨੂੰ ਮੈਸੇਜ ਡਿਲੀਵਰ ਨਹੀਂ ਹੋ ਰਿਹਾ PVM ਤੁਹਾਡਾ ਤਾਂ ਆਫ ਪਿਆ ਗੁਰੂ ਦੇ ਤੁਹਾਡੀ ਉਹੀ ਪੁਰਾਣੀ ਯਾਦ ਤੁਸੀਂ ਬਿੱਲ ਨਹੀਂ ਭਰਿਆ ਹੁਣ ਬਿੱਲ ਟਾਈਮ ਤੇ ਭਰਿਆ ਕਰੋ ਡਾਂਟ ਮਾਈਂਡ ਡਾਂਟ ਮਾਈਂਡ ਮੇਰਾ ਮਤਲਬ ਮੈਂ ਤੁਹਾਨੂੰ ਮਿਸ ਕਰ ਰਿਹਾ ਤੁਸੀਂ ਆਓ ਮੈਨੂੰ ਰਾਕਟ ਲਾਂਚਰ ਚਲਾਉਣਾ ਸਿਖਾਓ ਆਓ ਗੁਰੂ ਦੇ ਆ ਜਾਓ ਦਿਸ ਇਜ਼ ਯੋਰ ਕਿਸ ਟਾਈਮ ਨੋ ਨੋ ਇਸ ਟਾਈਮ ਪਲੀਜ਼ ਸਰ ਹਾਏ ਹਾਏ ਰਿਕੁਐਸਟ ਕਰਦੇ ਆ Yes. ਹਾਂ ਕਬੀਰ ਹਾਂ ਹਾਂ ਕਬੀਰ ਤੇਰਾ ਕੰਮ ਹੋ ਜੂਗਾ ਡੋਂਟ ਵਰੀ ਸਰ ਦੋ ਤੋਤੇ ਆਏ ਨੇ ਮਿਲਣ ਸ਼ੁਰਲੀ ਜਾਂਦਾ ਹੀ ਆ ਬਸ ਕਿਰਪਾ ਹੈ ਜੀ ਤੁਹਾਡੀ ਬੱਬੂ ਸਾਹਿਬ ਕੰਮ ਸੀ ਛੋਟਾ ਜਿਹਾ ਬੰਦਾ ਮਰਵਾਉਣਾ ਇੱਕ ਕੰਮ ਬਾਅਦ ਹਾਂਜੀ ਇਹ ਕੀ ਹੈ ਇਹ ਤੇ ਜੀ ਮੇਰੀ ਮੰਮੀ ਕਹਿੰਦੀ ਆ ਕਿਸੇ ਘਰ ਚਾਹੀਦਾ ਖਾਲੀ ਹੱਥ ਨਹੀਂ ਚਾਹੀਦਾ ਤੁਹਾਡੇ ਲਈ ਕੇਲੇ ਲੈ ਕੇ ਆਪਣੀ ਮੰਮੀ ਨੂੰ ਕਹਿ ਕੇਲੇ ਮਾਮੇ ਦੇ ਘਰ ਲੈ ਕੇ ਜਾਈਦਾ ਹੈ ਜਦੋਂ ਡਾਉਨ ਦੇ ਘਰ ਆਈਦਾ ਹੈ ਤਦ ਸ਼ਰਾਬ ਸ਼ਵਾਬ ਤੇ ਕਬਾਬ ਲੈ ਕੇ ਜਾਈਦਾ ਠੀਕ ਹੈ ਜੀ ਹੁਣ ਦੱਸ ਇਹਨੂੰ ਮਾਰਨਾ ਇਹਨੂੰ ਜੀ ਮਾਰ
ਮੇਰੇ ਕਹਿਣ ਦਾ ਮਤਲਬ ਸੀ ਇਹਨੂੰ ਪਤਾ ਕਿ ਕਿਹਨੂੰ ਮਾਰਨਾ। ਇਹ ਤੇ ਮੇਰਾ ਮਾਲਕ ਹੈ ਜੀ। ਲੱਗਦਿਆ ਮਾਲਕ ਦਿਆ, ਜੇ ਥੋੜਾ ਜਿਹਾ ਲੇਟ ਹੋ ਜਾਂਦਾ ਨਾ ਤਾਂ ਤੇਰੇ ਮਾਲਕ ਦੇ ਅੱਗੇ ਲੇਟ ਲੱਗ ਜਾਣਾ ਸੀ। ਇਸ ਟਾਈਮ ਸਰ ਆ ਬੰਦੇ ਆ ਜੀ ਆਲੂ ਡਵਾਸ, ਹੋਰ ਵੀ ਜਿੰਨੇ ਪੈਸੇ ਕਹੋਗੇ ਦੇ ਦਿਆਂਗਾ। ਇਸ ਸਾਲੇ ਬਚਣੇ ਨਹੀਂ ਚਾਹੀਦੇ। ਦਰਅਸਲ ਡੋਨ ਸਾਹਿਬ ਪਤਾ ਕੀ ਗੱਲ ਆ, ਮੇਰੀਆਂ ਨੇ ਇਹਨਾਂ ਕੋਲ ਕੁਛ ਪਰਸਨਲ ਸਨੈਪਸ ਹੈਗੀਆਂ, ਉਹ ਵਾਪਸ ਕਰਾ ਦਿਓ, ਖੁਸ਼ ਕਰ ਦਿਆਂਗਾ। ਜਿੱਦਾਂ ਦੀ ਥਾਈ ਮਸਾਈ ਕਹੋਗੇ ਕਰਾ ਦਿਆਂਗਾ। ਡੋਂਟ ਵਰੀ ਡੋਂਟ ਵਰੀ, ਤੁਹਾਡਾ ਕੰਮ ਹੋ ਜਾਏਗਾ। ਤੁਸੀਂ ਆਪਣਾ ਬਿਜ਼ਨਸ ਕਰੋ ਧਿਆਨ ਦੇ ਨਾਲ, ਤੁਹਾਡੀਆਂ ਫੋਟੋਆਂ ਵੀ ਮਿਲ ਜਾਣਗੀਆਂ ਤੇ ਇਹਨਾਂ ਦੀਆਂ ਫੋਟੋਆਂ ਦੇ ਉੱਤੇ ਹਾਰ ਵੀ ਟੰਗ ਦਿਆਂਗਾ। ਇੱਥੇ ਤਾਂ ਸੀਗੇ ਯਾਰ, ਕਿੱਥੇ ਗਿਆ ਯਾਰ? ਓ ਯਾਰ ਤੂੰ ਰੋਣ ਲੱਗ ਪੈਣਾ ਹਰ ਵਾਰੀ, ਇਹਨੇ ਕੁਛ ਨਹੀਂ ਹੋਣ ਦੇਣਾ ਸਾਨੂੰ। ਓ ਭਾਈ ਸੋਚੋ ਯਾਰ ਕੁਛ। ਓ ਯਾਰ ਤੂੰ ਚੁੱਪ ਕਰ ਯਾਰ, ਲੱਗਦਾ ਹੁਣ ਚੈਨ ਹੀ ਵੇਚਣੀ ਪੈਣੀ ਆ, ਭੁੱਖ ਨਾਲ ਜਾਨ ਨਿਕਲੀ ਪਈ ਆ ਵੀਰੇ। ਆ ਕਿੱਥੇ ਰਹਿ ਗਏ ਦੋਨੋਂ? ਸੁਸੂ ਕਰਨ ਗਏ, ਸੁਨਾਮੀ ਕਰਨ ਗਏ? ਹਾਂ ਪੱਕਾ ਕੋਈ ਚਿੰਕੀ ਟੋਟਾ ਮਿਲ ਗਿਆ ਹੁਣ, ਇਹਨਾਂ ਨੇ ਬਾਜ ਨਹੀਂ ਜਾਣਾ ਦੋਨਾਂ ਨੇ। ਦੇਖ ਲਓ ਦੇਖ ਲਓ, ਜ਼ਿੰਦਗੀ ਤੋਂ ਜਾਣ ਵਾਲਿਓ, ਜ਼ਿੰਦਗੀ ਦੇ ਆਖਰੀ ਨਜ਼ਾਰੇ ਲੈ ਲਓ। ਤੂੰ ਇੱਥੇ ਕੀ ਕਰਦਾ? ਇੱਥੇ ਕੀ ਕਰਦਾ ਦਾ ਮਤਲਬ ਸਾਡਾ ਕੰਮ ਸਾਰੇ ਪਾਸੇ ਚੱਲਦਾ, ਨਾਲੇ ਮੈਂ ਇੱਕ ਇਨਫੋਰਮੇਸ਼ਨ ਦੇਣ ਆਇਆ। ਕਿਹੜੀ ਇਨਫੋਰਮੇਸ਼ਨ? ਤੁਹਾਡੀ ਸੁਪਾਰੀ ਦੇ ਦਿੱਤੀ ਗਈ ਹੈ। ਮਿੱਟੀ ਵਾਲੀ ਹੋਣੀ ਹੈ, ਕੌੜੀ ਵਾਲੀ। ਜਦੋਂ ਗੋਲੀ ਵੱਜੀ ਨਾ, ਪਤਾ ਨਹੀਂ ਲੱਗਣਾ ਕਿੱਧਰੋਂ ਕਿੱਧਰੋਂ ਸੁਪਾਰੀ ਨਿਕਲੀ ਆ। ਗੋਲੀ ਕੌਣ ਮਾਰੂ, ਕਿਉਂ ਮਾਰੂ? ਕਿਉਂ ਮਾਰੇਗਾ, ਕੌਣ ਮਾਰੂਗਾ? ਪੁੱਛਣ ਤੇ ਇੱਦਾਂ ਡੇ, ਜਦੋਂ ਮੈਂ ਤੈਨੂੰ ਇੱਦਾਂ ਹੀ ਦੱਸ ਦੇਣਾ ਹੁੰਦਾ। ਬਾਥ ਲੱਗਣਗੇ 7,000 ਬਾਥ ਲੱਗਣਗੇ ਪੂਰੇ ਦੱਸਣ ਦੇ। ਸੱਤ ਦੇ ਦਾਂਗੇ, ਮੇਰੇ ਕੋਲ ਪੈਸੇ ਨਹੀਂ ਹੁੰਦੇ। ਹੈਰੀ ਜਿਗਰ ਆ ਜਾਣਗੇ ਨਾ, ਜਿਗਰ ਕੋਲ ਪੈਸੇ ਹੁੰਦੇ ਆ। ਜਿਗਰ ਦੇ ਤੂੰ ਸਾਰੇ ਪੈਸੇ। ਪੱਕਾ? ਹਾਂ ਪੱਕਾ ਪੱਕਾ ਸੱਚੀ। 7,000? ਹਾਂ 7,000। ਇੱਧਰ ਆ, ਜਿੰਨੀ ਛੇਤੀ ਹੋ ਸਕਦਾ ਬੈਂਕਾਕ ਤੋਂ ਨਿਕਲ ਜਾਓ। ਅਸੀਂ ਸਰ ਕੈਨੇਡਾ ਚਲੇ ਆ। ਉਹ ਯਾਰ ਕੈਨੇਡਾ ਜਾਓ ਚਾਹੇ ਰੋਪੜ ਜਾਓ, ਇੱਥੋਂ ਨਿਕਲ ਜਾਓ, ਕਿਉਂਕਿ ਤੁਹਾਡੀ ਸੁਪਾਰੀ ਮਿੰਟੋ ਨੇ ਬੈਂਕਾਕ ਦੇ ਸਭ ਤੋਂ ਵੱਡੇ ਡੌਨ ਬੱਬੂ ਡੌਨ ਨੂੰ ਦੇ ਦਿੱਤੀ ਹੈ। ਬੱਬੀ ਇਹਨੂੰ ਕੀ ਹੋਇਆ? ਬਹੁਤ ਕਿਧਰ ਜਾ ਕੇ ਖਤਰਨਾਕ ਇੱਕ ਨੰਬਰ ਦਾ ਸਣਕੀ ਆ। ਉਹ ਜਿਹਨੂੰ ਉਹਨੇ ਮਾਰਨਾ ਹੁੰਦਾ ਉਹਦੀ ਫੋਟੋ ਲੈ ਕੇ ਸਾਹਮਣੇ ਵਾਲੇ ਨੂੰ ਪੁੱਛਦਾ ਇਹਨੂੰ ਕਿਤੇ ਦੇਖਿਆ, ਜੇ ਕਹਿੰਦੇ ਨਹੀਂ ਦੇਖਿਆ ਫਿਰ ਉੱਥੇ ਹੀ ਉਹਨੂੰ ਗੋਲੀ ਮਾਰ ਦਿੰਦਾ। ਇੱਕ ਨੰਬਰ ਦਾ ਸ਼ਤਾਨ, ਸ਼ਤਾਨ ਦਾ ਨਾਂ ਲਿਆ, ਸ਼ਤਾਨ ਹਾਜ਼ਰ। ਮੇਰੇ 7,000 ਬਾਤ ਯਾਦ ਰੱਖੀ। ਸਾਡੀ ਸੁਪਾਰੀ ਦੇ ਦਿੱਤੀ। ਮੈਂ ਦੱਸ ਰਿਹਾ ਉਹ ਬੰਦਾ ਬੱਬੂ ਡੋਨ ਬਹੁਤ ਖਤਰਨਾਕ ਹੈ। ਫੋਟੋ ਦਿਖਾ ਕੇ ਆਈਏ ਬੱਬੂ ਡੋਨ, ਆਈਏ। ਸਟਾਪ ਸਟਾਪ ਸਟਾਪ, ਜਾ ਜਾ ਬਿੱਟੂ ਸਾਹਮਣੇ ਪੁੱਛ ਕੇ ਨਾ, ਤਿੰਨ ਮੁਸਟੰਡਿਆਂ ਨੂੰ ਕਿਤੇ ਦੇਖਿਆ? ਓਕੇ ਸਰ, ਓਕੇ ਸਰ, ਚਲੋ ਵੀ ਆ ਜਾਓ। ਸਵਾਦੀ ਖਾਓ, ਇੱਕ ਪਲੇਟ ਮੋਮੋ ਦੀ ਲਾ। ਭਾਜੀ ਬਿੱਟੂ ਭਾਜੀ, ਇਹ ਦੇਖੋ ਇਹ ਬੰਦੇ ਦੇਖੇ ਤੁਸੀਂ ਕਿਤੇ? ਦਿਖਾਓ ਇੱਕ ਮਿੰਟ, ਇਹ ਕੌਣ ਹੈ?
आऊं माऊं चाऊं मसाला पाऊं कि ना पाऊं पाओ पाओ ठोक ठोक के पाओ खाफन खा तिखा थोड़ा कट पा नहीं तो तेरी सारा दिन करूं पाओ 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 तुसी पंजाबी बोल रहे हो ओ पंजाबी हो तुसी थाईलैंड एंड आउन लाग गए यार भी थाई लोग पंजाबी बोलन लाते ਸਾਡੇ ਮਾਨ ਸਾਹਿਬ ਦੀ ਯਾਦ ਆ ਗਈ ਗੁਰਦਾਸ ਮਾਨ ਸਾਹਿਬ ਬਹੁਤ ਸੋਹਣਾ ਗਾਉਂਦੇ ਨੇ ਪੰਜਾਬੀ ਸੱਭਿਆਚਾਰ ਨੂੰ ਇੰਨਾ ਫੈਲਾਤਾ ਪਤਾ ਨਹੀਂ ਕਿੱਥੇ ਕਿੱਥੇ ਲੋਕ ਪੰਜਾਬੀ ਬੋਲੀ ਜਾ ਰਹੇ ਨੇ ਭਾਜੀ ਇੰਨੇ ਟਾਈਮ ਦੇ ਢੂੰਡ ਰਹੇ ਨਾ ਅਸੀਂ ਪਤਾ ਨਹੀਂ ਕਿੱਥੇ ਨੇ ਇਹ ਕੌਣ ਹੈ ਮੋਮੋ ਖਾਓ ਬਣੇ ਬਣਾਏ ਮੋਮੋਸ ਓ ਨੋ ਨੋ ਪੁੱਤ ਜੱਟਾਂ ਦੇ ਗੋ 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 ਰੱਖ ਲੈ ਪੁੱਤ ਜੱਟਾਂ ਦੇ ਮੋਮੋ ਹੱਕ ਦੇ ਖਾਈਏ ਜੀ ਭਾਵੇਂ ਬੰਤੇ ਕਤਲ ਨਿਤ ਕਰੀਏ ਨਹੀਂ ਨਹੀਂ ਇਹ ਵੀ ਨਹੀਂ ਪਤਾ ਸੌਰੀ ਭਾਜੀ ਤੁਸੀਂ ਇੱਦਾਂ ਕਰਿਓ ਕਿਤੇ ਵੀ ਆਸੇ ਪਾਸੇ ਤੁਸੀਂ ਦੇਖੋਗੇ ਨਾ ਭਾਜੀ ਪਲੀਜ਼ ਦੱਸ ਦਿਓ ਜ਼ਰੂਰ ਦੱਸ ਦਿਓ ਭਾਜੀ ਤੁਸੀਂ ਥੈਂਕ ਯੂ ਭਾਜੀ ਸਰ ਸਰ ਇਹਨਾਂ ਤਿੰਨਾਂ ਦਾ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਰ ਜਿਹੜੇ ਅਸੀਂ ਬੰਦੇ ਮਾਰਨੇ ਤੇ ਉਹਨਾਂ ਦੀ ਬੁਕਿੰਗ ਦੀ ਡੇਟਾ ਕਲੈਸ਼ ਹੋ ਰਹੀ ਨੇ ਸਰ ਇਹ ਦੇਖੋ ਕਿਵੇਂ ਕਿਵੇਂ ਸਰ ਉਹ ਆਪਾਂ ਫਗਵਾੜੇ ਵਾਲਾ ਬੰਦਾ ਨਹੀਂ ਮਾਰਨਾ ਸੀ ਜੇ ਸਰ ਉਹ ਅਸੀਂ ਟਾਈਮ ਤੇ ਨਾ ਮਾਰਿਆ ਤਾਂ ਤੁਹਾਡਾ ਕਿਤੇ ਇੰਟਰਨੈਸ਼ਨਲ ਡੌਨ ਕਹਿਲਾਂਦਾ ਟੈਰਰ ਕਿਤੇ ਸਰ ਖਤਮ ਨਾ ਹੋ ਜਾਏ ਸਰ ਲਵਲੀ ਗੱਲ ਸੁਣ ਪਰਸਨਲ ਮਾਮਲਾ ਥੋੜਾ ਜਿਹਾ ਤੈਨੂੰ ਪਤਾ ਹੈ ਜਦ ਮੈਂ ਆਪਣੀ ਡਾਰਲਿੰਗ ਨੂੰ ਕਿਸ ਕਰਦਾ ਨਾ ਜਾਂ ਮੈਨੂੰ ਕਿਸ ਕਰਦੀ ਹੈ ਉਹਦੇ ਮੂੰਹ ਚੋਂ ਸਮੈਲ ਲਾਉਂਦੀ ਆ ਜੀ ਮੈਂ ਉਹਨੂੰ ਅਮਰੀਕਾ ਲੈ ਕੇ ਜਾਣਾ ਉਹਦੇ ਵਿੱਚ ਗੁਲਾਬ ਦਾ ਜਲ ਭਰਵਾਉਣਾ ਤੂੰ ਬੰਦੇ ਮਾਰ ਮੈਂ ਕਰੂੰਗਾ ਪਿਆਰ ਠੀਕ ਹੈ ਸਰ ਸਰ ਇੱਦਾਂ ਕਰੋ ਮੈਂ ਤੁਹਾਨੂੰ ਨਾ ਏਅਰਪੋਰਟ ਡ੍ਰੌਪ ਕਰ ਦਿੰਦਾ ਤੁਸੀਂ ਆ ਜਾਓ ਮੇਰੇ ਨਾਲ ਪਾਣੀ 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 ਪੰਜਾਬੀ ਸਿੱਖੀ ਨਹੀਂ ਪੰਜਾਬੀ ਆ ਤੁਸੀਂ ਬਣਾਉਣ ਵੀ ਲੈ ਕੇ ਚੱਲ ਬਿੱਟੂ ਭਾਜੀ ਹੁਣ ਤੁਸੀਂ ਇਹੋ ਜਿਹੀ ਕਿਹੜੀ ਹਰਕਤ ਕੀਤੀ ਹੈ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਡੌਨ ਤੁਹਾਡੇ ਪਿੱਛੇ ਪੈ ਗਿਆ ਭਾਜੀ ਮੈਂ ਤੁਹਾਨੂੰ ਸਮਝਾਉਣਾ ਸਾਰੀ ਕਹਾਣੀ ਭਾਜੀ ਸਾਡੇ ਪਿੰਡ ਦੇ ਨਾ ਦੋ ਮੁੰਡੇ ਆ ਜਿਹੜੇ ਇੱਥੇ ਕੁੜੀਆਂ ਤੋਂ ਗੰਦੇ ਕੰਮ ਕਰਵਾਉਂਦੇ ਆ ਪਰ ਸਾਰੇ ਪਿੰਡ ਨੂੰ ਲੱਗਦਾ ਕਿ ਉਹਨਾਂ ਦਾ ਕੈਨੇਡਾ 'ਚ ਬਹੁਤ ਵੱਡਾ ਬਿਜ਼ਨਸ ਆ ਨਾਲੇ ਪਿੰਡ 'ਚ ਉਹਨੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਤੇ ਇਸੇ ਕਰਕੇ ਅਸੀਂ ਉਹਨੂੰ ਬਲੈਕਮੇਲ ਕੀਤਾ ਤੇ ਥੋੜੇ ਜਿਹੇ ਪੈਸੇ ਲੈ ਲਏ ਪਰ ਉਹਨਾਂ ਨੇ ਤਾਂ ਸਾਡੀ ਸੁਪਾਰੀ ਦਿੱਤੀ ਹੁਣ ਭਾਜੀ ਉੱਤੋਂ ਸਾਡੇ ਪਿੱਛੇ ਡੌਨ ਵੀ ਲੱਗ ਗਿਆ ਭਾਜੀ ਹੁਣ ਸਾਡੀ ਕੋਈ ਹੋਰ ਮਦਦ ਨਹੀਂ ਕਰ ਸਕਦਾ ਭਾਜੀ ਸਿਰਫ ਤੁਸੀਂ ਸਾਨੂੰ ਦੇਖਦੇ ਹੋ ਭਾਜੀ ਪਲੀਜ਼ ਭਾਜੀ ਰਿਕੁਐਸਟ ਭਾਜੀ ਇੱਕ ਗੱਲ ਹੋਰ ਤੁਸੀਂ ਬਿਲਕੁਲ ਨਾ ਡਰੋ ਅਸੀਂ ਨਾ ਡੌਨ ਦੇ ਮੂੰਹੋਂ ਆਪ ਸੁਣੀ ਹੈ ਉਹ ਇੱਕ ਡੇਢ ਹਫ਼ਤੇ ਵਾਸਤੇ ਕਿਤੇ ਬਾਹਰ ਚਲੇ ਆਏ ਹਾਂਜੀ ਵੈਸੇ ਨਾ ਜਿੰਨੀ ਬਦਤਮੀਜ਼ੀ ਨਾਲ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਨਾ ਮੇਰਾ ਮਨ ਤੇ ਨਹੀਂ ਕਰਦਾ ਮੈਂ ਤੁਹਾਡੀ ਮਦਦ ਕਰਾਂ ਹੈ ਪਰ ਜੇ ਮੈਂ ਤੁਹਾਡੇ ਵਰਗਾ ਹੋ ਗਿਆ ਤੇ ਫਿਰ ਤੁਹਾਡੇ ਤੇ ਮੇਰੇ 'ਚ ਫਰਕ ਹੀ ਕੀ ਰਿਹਾ ਹਾਂਜੀ ਹਾਂਜੀ ਤੁਸੀਂ ਚੁੱਪ ਚਾਪ ਥੋੜਾ ਕੰਮ ਕਰ ਲਓ ਥੋੜੇ ਬਹੁਤੇ ਪੈਸੇ ਕਮਾਓ ਤੇ ਇਸ ਤੋਂ ਪਹਿਲੇ ਕਿ ਬੱਬੂ ਡੌਨ ਆ ਜਾਏ ਥਾਈਲੈਂਡ ਤੋਂ ਚਲੇ ਜਾਓ ਚਲੋ ਛੇਤੀ ਛੇਤੀ ਕੰਮ ਤੇ ਲੱਗ ਜਾਓ ਥੈਂਕ ਯੂ ਭਾਜੀ ਭਾਜੀ ਰੁਕ ਜਾ ਬਈ ਲਾ ਬ੍ਰੇਕ ਭਾਜੀ ਭਾਜੀ ਇਹ ਮਸ਼ਹੂਰ ਸੰਤੋਖ ਸਿੰਘ ਦੀ ਦੁਕਾਨ ਕਿੱਥੇ ਹੈ ਫਗਵਾੜੇ ਵਾਲਾ ਉਹ ਰਹੀ ਜੀ ਸਾਹਮਣੇ ਅੱਛਾ ਚੱਲ ਵੀ ਸੋਨੂੰ ਚੱਲ ਛੇਤੀ ਚੱਲ ਬਹੁਤ ਮੁਸ਼ਕਿਲ ਨਾਲ ਮਿਲੇ ਯਾਰ ਇਹ ਬੰਦੇ ਆ ਯਾਰ ਛੇਤੀ ਆ ਤੂੰ ਜਲੇਬੀ ਵਾਲਾ ਓਏ ਸੋਨੂੰ ਯਾਰ ਇੱਕ ਗੱਲ ਦੱਸ ਇਹ ਸਾਨੂੰ ਬੰਦਾ ਮਾਰਨ ਦੀ ਸੁਪਾਰੀ ਇੱਕ ਜਲੇਬੀ ਵਾਲੇ ਨੇ ਦਿੱਤੀ ਹੋਈ ਹੈ ਉਹ ਲਵਲੀ ਭਾਜੀ ਤੁਹਾਨੂੰ ਨਹੀਂ ਪਤਾ ਪੰਜਾਬ ਵਿੱਚ ਜਲੇਬੀਆਂ ਵਾਲਿਆਂ ਕੋਲ ਵਾਧੂ ਪੈਸੇ ਹੁੰਦੇ ਨੇ ਹਾਂ ਤੁਸੀਂ ਆਓ ਜਲੇਬੀਆਂ ਖਾਓ ਸਾਰੇ ਲੋ ਲੋ ਫੜੋ ਫੜੋ ਸ਼ਰਮਾਓ ਨਾ ਯਾਰ ਭਾਜੀ ਭਾਜੀ ਬਹੁਤ ਸਵਾਦ ਹੈ ਬਹੁਤ ਦਿਨਾਂ ਬਾਅਦ ਖਾਈਆਂ ਤੁਸੀਂ ਜਲੇਬੀਆਂ ਖਤਮ ਹੋਣ ਤੋਂ ਪਹਿਲਾਂ ਬਿੱਲ ਦੇ ਦੇ ਇਹਨਾਂ ਨੂੰ ਹੁਣੇ ਦੇਣਾ ਜੀ ਹੈਲੋ ਸਰ ਤੁਹਾਡਾ ਬਿੱਲ ਹੈ ਬਿੱਲ ਭਾਜੀ ਇਹ ਬਿੱਲ ਕਾਹਦਾ ਹੈਰਾਨ ਕਿਉਂ ਹੋ ਗਏ ਭਾਜੀ ਮੈਂ ਕਿਹੜਾ ਟੈਕਸ ਲਾ ਕੇ ਦਿੱਤਾ ਨਹੀਂ ਭਾਜੀ ਤੁਸੀਂ ਸਾਨੂੰ ਬੁਲਾਇਆ ਸੀ ਇੱਥੇ ਤੁਸੀਂ ਬੋਲੇ ਸੀ ਖਾਣ ਪੀਣ ਤੁਹਾਡੇ ਬਰੇ ਤਾਂ ਹੁਣ ਬਿੱਲ ਫੜਾਤਾ ਸਾਨੂੰ ਮੈਂ ਬੁਲਾਇਆ ਪਰ ਮੈਂ ਕਦੀ ਆਪਣੇ ਫਿਰੋਜ਼ਪੁਰ ਵਾਲੇ ਮਾਮੇ ਨੂੰ ਨਹੀਂ ਬੁਲਾਇਆ ਤੁਹਾਨੂੰ ਬੁਲਾਉਂਗਾ ਮੈਂ ਬਿੱਲ ਕੱਢੋ ਸਾਨੂੰ ਹਾਂ ਮੈਨੂੰ ਲੱਗਦਾ ਆਪਾਂ ਕਿਸੇ ਗਲਤ ਐਡਰੈਸ ਤੇ ਆ ਗਏ ਆਪਾਂ ਓਏ ਤੂੰ ਸੋਨੂੰ ਪਹਿਲਵਾਨ ਤੋਂ ਬਿੱਲ ਮੰਗਦਾ ਸੋਨੂੰ ਪਹਿਲਵਾਨ ਤੋਂ ਉਹ ਤੂੰ ਗੋਲੀ ਚਿੱਟਾ ਹੋ ਕੇ ਬੰਦੂਕ ਰੱਖੀ ਹੋਇਆ ਮਾਰੇ ਸੋਨੂੰ ਓਏ ਮਾਰੋ ਨਾ
ਬਾਜੀ ਦੇ ਅੱਜ ਟਿਫਨ ਹੀ ਨਹੀਂ ਲੈ ਕੇ ਗਏ। ਅੱਛਾ ਮੈਂ ਕੰਮ ਕਰਦੀ ਹਾਂ, ਮੈਂ ਕਾਲਜ ਤੋਂ ਜਾ ਰਹੀ ਹਾਂ, ਮੈਂ ਅੱਜ ਆਪੇ ਜਾ ਕੇ ਉਹਨਾਂ ਨੂੰ ਟਿਫਨ ਦੇ ਆਉਂਦੀ ਹਾਂ। ਵੀਰ ਜੀ ਕਿੱਥੇ ਹੋ? ਉਹ ਤੇਰੀ ਤੇ ਬਜ਼ੁਰਗ ਬੁੱਢੀ। ਵੀਰ ਜੀ ਕਿੱਥੇ ਹੈ? ਹੈ ਜੀ ਵੀਰ ਜੀ, ਉਹ ਵੀਰ ਜੀ ਕਿਤੇ ਬਾਹਰ ਗਏ ਜੀ ਕੰਮ ਵਾਸਤੇ। ਓਕੇ ਤਾਂ ਫਿਰ ਤੁਸੀਂ ਆ ਟਿਫਨ ਵੀਰ ਜੀ ਨੂੰ ਦੇ ਦਿਓ। ਹਾਂ ਜੀ, ਕਹਿਣਾ ਕਿ ਸੋਨਾ ਆਈ ਸੀ। ਠੀਕ ਹੈ ਜੀ। ਵੈਸੇ ਤੁਸੀਂ ਅੱਜ ਗਰਾਜ ਇਕੱਲੇ ਹੀ ਹੋ? ਮੈਂ ਜੀ, ਹਾਂ ਜੀ, ਵੈਸੇ ਦੋ ਤਿੰਨ ਮਿੰਟ ਹੋਰ ਨੇ ਉਹ ਬਾਹਰ ਕਿਹੜੀ ਗੱਡੀ ਛੱਡਣ ਵਾਸਤੇ, ਮੇਰਾ ਤਾਂ ਖੜਾ ਖਰਾਬ ਹੈ ਨਾ। ਇੱਕ ਗੱਲ ਹੋਰ ਦੱਸਾਂ? ਦੱਸੋ ਜੀ। ਜੇ ਤੁਸੀਂ ਗੋਰੇ ਹੁੰਦੇ ਨਾ ਤਾਂ ਬਿਲਕੁਲ ਮੇਰੇ ਫੱਟੂ ਵਰਗੇ ਲੱਗਣਾ ਸੀ। ਓਕੇ ਬਾਏ। ਹਾਏ ਸੋਨਾ ਜੀ, ਯਾਰ ਗੱਡੀ ਤਾਂ ਬਹੁਤ ਸੋਹਣੀ ਆ, ਇੱਕ ਦਿਨ ਆਪਾਂ ਆਹੀ ਲਵਾਂਗੇ ਪੱਕਾ। ਯਾਰ ਮੈਨੂੰ ਲੱਗਦਾ ਹੁਣ ਆਪਾਂ ਨੂੰ ਜ਼ਿਆਦਾ ਦੇਰ ਨਹੀਂ ਲਾਉਣੀ ਚਾਹੀਦੀ, ਅੱਜ ਕੁੜੀਆਂ ਨਾਲ ਵਿਆਹ ਦੀ ਗੱਲ ਕਰ ਹੀ ਲੈਂਦੇ ਹਾਂ। ਹਾਂ ਯਾਰ, ਵੈਸੇ ਵੀ ਇੰਪ੍ਰੈਸ ਤਾਂ ਹੋਏਗੀਆਂ, ਚੱਲ ਕਰ ਫਿਰ ਫੋਨ ਉਹਨਾਂ ਨੂੰ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ ਸੀ। ਸੇਮ ਟੂ ਯੂ। ਮੈਂ ਆਈ ਵਾਂਟ ਟੂ ਮੈਰੀ ਯੂ। ਸੇਮ ਟੂ ਯੂ। ਕਮਾਲ ਹੈ, ਇੰਨੀ ਵੱਡੀ ਗੱਲ ਕਰਨੀ ਸੀ ਤੇ ਨਾਲ ਇੰਗੇਜਮੈਂਟ ਰਿੰਗ ਵੀ ਲੈ ਕੇ ਨਹੀਂ ਆਏ। ਇਹਦਾ ਮਤਲਬ ਤੁਸੀਂ ਵੀ ਸਾਡੇ ਨਾਲ ਵਿਆਹ ਕਰਨਾ ਚਾਹੁੰਦੀ ਹੋ? ਆਫ ਕੋਰਸ। ਥੈਂਕ ਯੂ। ਆਈ ਲਵ ਯੂ ਗੁਰਨੂਰ। ਇਹ ਮੇਰੀ ਪਿਆਰ ਦੀ ਨਿਸ਼ਾਨੀ ਹੈ ਤੇ ਇਹਨੂੰ ਕਦੇ ਲਾਉਣਾ ਨਾ। ਤੂੰ ਫਿਕਰ ਨਾ ਕਰ ਗੁਰਨੂਰ, ਸਾਹਾਂ ਨਾਲੋਂ ਵੱਧ ਸੰਭਾਲ ਕੇ ਰੱਖਾਂਗਾ ਇਹਨੂੰ ਮੈਂ। ਇਹ ਤੇਰੇ ਪਿਆਰ ਦੀ ਨਿਸ਼ਾਨੀ ਹੁਣ ਮੇਰੇ ਹੱਥੋਂ ਉਦੋਂ ਲੱਥੂ ਜਦੋਂ ਮੈਂ ਜ਼ਿੰਦਗੀ ਤੋਂ ਅੱਕ ਗਿਆ, ਤੇ ਜੇ ਕਦੀ ਆਪਣੇ ਸਾਹ ਬੰਦ ਕਰਨ ਦੀ ਲੋੜ ਵੀ ਪਈ ਨਾ ਤਾਂ ਤੇਰੇ ਪਿਆਰ ਦੀ ਇਸ ਨਿਸ਼ਾਨੀ ਨੂੰ ਲਾ ਕੇ ਜਾਣ ਦਿਆਂਗਾ। ਫਿਰ ਕਦੇ ਆਪਣੇ ਮੂੰਹ ਤੋਂ ਇਦਾਂ ਦੀ ਗੱਲ ਨਾ ਕਹਿਣਾ। ਪਰ ਜਿਗਰ ਇੱਕ ਪ੍ਰੋਬਲਮ ਹੈ। ਪ੍ਰੋਬਲਮ? ਪ੍ਰੋਬਲਮ? ਅਸੀਂ ਦੋਨੋਂ ਆਪਣੇ ਵੀਰੇ ਦੇ ਬਗੈਰ ਕੋਈ ਵੀ ਡਿਸੀਜਨ ਨਹੀਂ ਲੈਂਦੇ, ਔਰ ਫਿਰ ਇਹ ਤਾਂ ਸਾਡੀ ਜ਼ਿੰਦਗੀ ਦਾ ਸਵਾਲ ਹੈ ਕਿ ਤੁਸੀਂ ਦੋਨੋਂ ਸਾਡੇ ਬ੍ਰਦਰ ਨਾਲ ਸਾਡੇ ਰਿਸ਼ਤੇ ਦੀ ਗੱਲ ਕਰ ਸਕਦੇ ਹੋ? ਘਬਰਾਓ ਨਾ, ਸਾਡੇ ਵੀਰ ਜੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਪਰ ਅਸੀਂ ਵੀਰ ਜੀ ਨਾਲ ਗੱਲ ਕਰਦੇ ਚੰਗੇ ਲੱਗਦੇ ਹਾਂ। ਅਰੇ ਵੀਰ ਜੀ ਬਹੁਤ ਚੰਗੇ ਨੇ, ਜਿੱਥੇ ਸਾਡੀ ਹਾਂ ਉੱਥੇ ਵੀਰ ਜੀ ਦੀ ਹਾਂ। ਸੱਚੀ? ਤੇ ਅਸੀਂ ਹੁਣ ਚੱਲਦੇ ਹਾਂ। ਅੱਛਾ, ਤੇ ਉਹ ਵੀਰ ਜੀ ਦਾ ਨੰਬਰ? ਹਾਂ ਜੀ, ਮੈਂ SMS ਕਰ ਦਿੰਦੀ ਹਾਂ। ਠੀਕ ਆ, ਬਾਏ ਬਾਏ ਬਾਏ। ਉਹ ਪੜ ਗਈ ਗੱਲ। ਨਾ ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਉਹ ਮੰਜ਼ੂਰ। ਨਾ ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਉਹ ਮੰਜ਼ੂਰ। ਨਜ਼ਰਾਂ ਦੇ ਨਾਲ ਨਜ਼ਰਾਂ ਮਿਲਾ ਗਲੇ ਲੱਗ ਜਾ। ਨੈਣਾ ਵਾਲੀ ਗੱਲ ਸੁਣ ਹਰ ਪਲ, ਕਹਿੰਦਾ ਇਸ਼ਕ ਮੇਰਾ
ਵਿਆਹ ਤੋਂ ਬਾਅਦ ਮੈਂ ਕੋਠੀ ਰੱਖਾਂਗਾ। ਕੋਠੀ ਮੈਂ ਰੱਖਾਂਗਾ। ਮੈਂ ਰੱਖਾਂਗਾ ਕੋਠੀ। ਕੋਠੀ ਮੈਂ ਰੱਖਾਂਗਾ। ਠੀਕ ਆ, ਮੈਂ ਹੋਟਲ ਰੱਖ ਲੂੰਗਾ ਤੇ ਰਜਿਸਟਰੀ ਮੈਂ ਰੱਖਾਂਗਾ ਤਾਂ ਕਿ ਤੂੰ ਉਹਨੂੰ ਵੇਚ ਨਾ ਸਕੇ। ਨਹੀਂ ਜੀ, ਮੈਂ ਰੱਖੂੰਗਾ। ਤੇ ਮੈਂ ਕੀ ਰੱਖਾਂਗਾ? ਪੁੱਤ, ਅਸੀਂ ਤੈਨੂੰ ਆਪਣੇ ਹੋਟਲ 'ਚ ਵੇਟਰ ਰੱਖਾਂਗੇ। ਤਿੰਨ ਜਣੇ, 1 2 3। ਐਕਚੁਲੀ ਤੈਨੂੰ ਮੈਂ ਇੱਕ ਸੱਚ ਦੱਸਣਾ ਚਾਹੁੰਦਾ। ਕੀ ਸੱਚ? ਪਰ ਮੈਨੂੰ ਡਰ ਹੈ ਕਿ ਜੇ ਮੈਂ ਤੈਨੂੰ ਸੱਚ ਦੱਸਦਾ ਤੂੰ ਮੈਨੂੰ ਨਾ ਛੱਡ ਦੇਵੇਂ। ਕੀ ਇੰਨੀ ਸੀਰੀਅਸ ਗੱਲ ਹੈ? ਤਾਂ ਦੱਸ ਫਿਰ। ਸੁਣਾ, ਮੈਂ ਤੇ ਮੇਰੇ ਯਾਰ ਅੰਬਰਸਰ ਤੋਂ ਕੈਨੇਡਾ ਜਾਣ ਵਾਸਤੇ ਨਿਕਲੇ ਸੀ। ਲਾਡੀ, ਆਈ ਲਵ ਯੂ। ਕੀ? ਆਈ ਲਵ ਯੂ ਲਾਡੀ। ਚੱਲ ਹੁਣ ਛੇਤੀ ਨਾਲ ਮੈਨੂੰ ਵੀ ਆਈ ਲਵ ਯੂ ਕਹਿ ਦੇ। ਫੱਟੂ ਲਵਸ ਯੂ ਟੂ ਜੀ, ਫੱਟੂ ਲਵਸ ਯੂ ਟੂ। ਲੱਗਦਾ ਸਾਰਿਆਂ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਇਹੀ ਜਗ੍ਹਾ ਮਿਲੀ ਸੀ। ਤੁਸੀਂ ਦੋਨੋਂ ਇੱਥੇ? ਮੇਰੇ ਦੋਸਤ ਨੇ ਹੈਰੀ ਦੇ ਜ਼ਿਕਰ। ਸਤਿ ਸ਼੍ਰੀ ਅਕਾਲ ਜੀ। ਹਾਈ, ਆਈ ਐਮ ਸੋਨਾ। ਵੈਸੇ ਬਹੁਤ ਨਾਂ ਸੁਣਿਆ ਤੁਹਾਡਾ ਫੱਟੂ ਦੇ ਮੂੰਹ ਤੋਂ। ਫੱਟੂ? ਤੁਸੀਂ ਵੀ ਇਹਨੂੰ ਫੱਟੂ ਕਹਿੰਦੇ? ਹਾਂ, ਅਸੀਂ ਤਾਂ ਸੋਚਦੇ ਸੀ ਮੋਟੀ ਦੇ ਮੁੰਡੇ ਨੂੰ ਫੱਟੂ ਫੱਟੂ ਕਹਿ ਕੇ ਛੇੜਿਆ ਕਰਾਂਗੇ, ਪਰ ਤੁਸੀਂ ਤਾਂ ਆਪ ਹੀ ਉਹਨੂੰ ਫੱਟੂ ਫੱਟੂ ਕਹੀ ਜਾਂਦੇ। ਐਨੀਵੇਜ਼, ਨਾਈਸ ਟੂ ਮੀਟ ਯੂ। ਸੇਮ ਹੇਅਰ। ਇੱਕ ਸਰਪ੍ਰਾਈਜ਼ ਸਾਡੇ ਕੋਲ ਵੀ ਹੈਗਾ ਤਰਲੀ ਕਾਕਾ। ਦੱਸੋ ਦੱਸੋ। ਰੂਪ ਤੇ ਗੁਰਨੂਰ ਆ ਰਹੀਆਂ ਤੇ ਅਸੀਂ ਉਹਨਾਂ ਦੇ ਭਰਾ ਨਾਲ ਗੱਲ ਵੀ ਕਰ ਲਈ ਹੈ। ਦੋ ਦਿਨ ਚ ਵਿਆਹ ਕਰਾ ਰਹੇ ਕਾਕਾ। ਚੁੱਪੇ ਰਿਸ਼ਤੇ ਦਾ ਕਮਾਲ ਕੀਤਾ ਹੈ। ਵੈਸੇ ਇੱਕ ਸਰਪ੍ਰਾਈਜ਼ ਮੇਰੇ ਕੋਲ ਵੀ ਹੈ ਤੁਹਾਡੇ ਵਾਸਤੇ। ਆ ਸੋਨਾ ਆਪਣੇ ਰਾਜ ਵਾਲੇ ਬਿੱਟੂ ਭਾਜੀ ਦੀ ਭੈਣ ਹੈ। ਅੱਛਾ, ਛੁਪਾ ਰੁਸਤਮ ਸਾਨੂੰ ਕਹਿਣ ਡਿਆ? ਛੁਪਾ ਰੁਸਤਮ ਤਾਂ ਤੂੰ ਨਿਕਲਿਆ 4 ਦਿਨ ਗੈਰੇਜ 'ਚ ਕੰਮ ਕਰਕੇ, ਉੱਥੇ ਦਾ ਮਾਲਕ ਬਣਨ ਦੀ ਤਿਆਰੀ ਆ ਨਾ? ਨਹੀਂ ਸਾਲਿਆ, ਤੇਰੀ ਤਾਂ ਹੁਣ ਛੁੱਟੀ। ਉਹਦੀ ਟੈਨਸ਼ਨ ਤੁਸੀਂ ਨਾ ਲਓ ਜੀ, ਕਿਉਂਕਿ ਜਿੱਥੇ ਮੈਂ ਖੁਸ਼ ਉੱਥੇ ਮੇਰੇ ਬ੍ਰਦਰ ਵੀ ਖੁਸ਼। ਯਾਰ ਆ ਬੈਂਕਾਕ ਵਾਲੇ ਭਰਾ ਠੀਕ ਆ, ਜਿੱਥੇ ਭੈਣਾਂ ਕਹਿੰਦੇ ਉੱਥੇ ਵਿਆਹ ਦਿੰਦੇ ਆ। ਹੈਲੋ, ਆ ਜੀ ਆਓ। ਰੂਪ, ਇਹ ਲਾਡੀ ਆ। ਸਤਿ ਸ਼੍ਰੀ ਅਕਾਲ ਜੀ। ਤੇ ਆ ਉਹਦੀ ਫਰੈਂਡ ਸੋਨਾ। ਹਾਈ ਹਾਈ। ਤੇ ਤੁਸੀਂ ਤਾਂ ਉਸ ਦਿਨ ਡਰਾਈਵਰ? ਅਸੀਂ ਨਾ ਐਕਚੁਲੀ ਸੋਹਣੀਆਂ ਕੁੜੀਆਂ ਦੇ ਕਰੀਬ ਆਉਣ ਲਈ ਇਹਨੂੰ ਵਿਚਾਰੇ ਨੂੰ ਥੋੜੇ ਥੱਪੜ ਥੁੱਪੜ ਮਾਰਦੇ ਸੀ ਤੇ ਡਰਾਈਵਰ ਬਣਾ ਦਿੱਤਾ ਸੀ। ਵੈਸੇ ਅਸੀਂ ਡਾਇਮੰਡ ਮਰਚ ਜੀਆਂ ਤੇ ਸਾਡਾ ਦੋਸਤ ਹੈ, ਡਰਾਈਵਰ ਨਹੀਂ। ਹਾਈ। ਪਰ ਅੱਛਾ, ਤੇ ਇਹ ਸਰਪ੍ਰਾਈਜ਼ ਤੁਸੀਂ ਅੱਜ ਖੋਲਿਆ? ਹਾਂਜੀ। ਅੱਛਾ ਜੀ, ਗੱਡੀਆਂ ਦੀ ਡਿਲੀਵਰੀ ਮੈਂ ਦੇ ਰਿਹਾ ਤੇ ਤੁਸੀਂ ਇੱਥੇ ਮੌਜ ਮਨਾ ਰਹੇ ਹੋ? ਤੇ ਤੂੰ ਮੇਰੀ ਭੈਣ ਦੇ ਨਾਲ ਕੀ ਕਰਦਾ ਪਿਆ? ਭਾਜੀ, ਭਾਜੀ ਉਹ ਮੈਂ ਤੁਹਾਨੂੰ ਦੱਸਣ ਹੀ ਵਾਲਾ। ਓਏ, ਓਹ ਫਿੱਟੇ ਮੂੰਹ ਵਾਲੀਓ, ਇੱਥੇ ਰੰਗ ਰਲੀਆਂ ਮੁੜਾਉਂਦੀਓ? ਘਰ ਪੋਚੇ ਤੁਹਾਡੇ ਪਿਓਣੇ ਲਾਉਣੇ? ਪੋਚੇ? ਇੱਧਰ ਲਾਓ, ਇੱਧਰ ਸੁੱਟਾ ਦੀ ਤੇ ਬੜੀ ਪੈ ਰਹਿੰਦੀ ਹੈ ਤੁਹਾਨੂੰ। ਮਾਲਕਿਨ, ਤੁਸੀਂ ਸਾਡੇ ਤੇ ਇੰਨਾ ਜ਼ੁਲਮ ਕਿਉਂ ਕਰਦੇ ਹੋ? ਕਿਉਂਕਿ ਮੈਂ ਤੁਹਾਨੂੰ ਲੈ ਆਈ ਇਸ ਕਰਕੇ ਇੰਡੀਆ ਤੋਂ ਕਿ ਕੰਮ ਕਰਵਾਵਾ। ਵੱਡੀ ਆਈ ਹੈ ਮਹਿਮਾ। ਇਸ ਕੁੱਤੀ ਨੂੰ ਤਾਂ ਉਦੋਂ ਪਤਾ ਲੱਗੂ ਜਦੋਂ ਕਦੀ ਅਸੀਂ BMW ਤੇ ਕਦੀ ਮਰਸੀਡੀਜ਼ ਚ ਇਹਦੇ ਮੋਰੋ ਲੰਘਿਆ ਕਰਾਂਗੀਆਂ। ਇਹਨੂੰ ਕੌਣ ਦੱਸੇ ਕਿ ਅਸੀਂ ਤਾਂ ਡਾਇਮੰਡ ਮਰਚੈਂਡਾਈਜ਼ ਵਾਲਿਆਂ ਦੀਆਂ ਮੋਟੀਆਂ ਬਣਨ ਵਾਲੀਆਂ। ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੇ ਗਰਾਜ 'ਚ ਕੰਮ ਕਰਦਾ ਹੈ ਤੇ ਮੇਰੀ ਭੈਣ ਨਾਲ ਇਸ਼ਕ ਲੜਾਉਂਦਾ ਹੈ, ਤੇ ਤੁਸੀਂ ਦੋਵੇਂ ਗੱਡੀਆਂ ਦੀ ਡਿਲੀਵਰੀ ਤੁਹਾਡਾ ਪਿਓ ਦੇਵੇਗਾ। ਗੱਡੀਆਂ ਦੀ ਡਿਲੀਵਰੀ? ਹੋਰ ਕੀ, ਇਹ ਮੇਰੇ ਗਰਾਜ 'ਚ ਕੰਮ ਕਰਨੇ ਤਿੰਨੋਂ, ਡਿਲੀਵਰੀ ਐ ਨਹੀਂ ਦੇਣਗੇ ਤੇ ਕੌਣ ਦੇਵੇਗਾ? ਤੂੰ ਚੱਲ ਮੇਰੇ ਨਾਲ।
ਤੇ ਲੜੀ ਖਬਰਦਾਰ ਤੂੰ ਮੇਰੇ ਗਰਾਜ ਕੋਲੋਂ ਲੰਘਿਆ ਵੀ ਚੱਲ ਬਾਜੀ ਚੱਲ ਚੱਲ ਸੁਣਾ ਬਾਜੀ ਮੇਰੀ ਗੱਲ ਤਾਂ ਸੁਣ ਲਓ ਤੁਸੀਂ 10 ਮਿੰਟ ਵਿੱਚ ਘਰ ਮਿਲੋ ਨੌਕਰਾਣੀ ਆ ਓਕੇ ਡੇਟਾ ਮਾਰਦੀ ਫਿਰਦੀ ਆ ਵੈਸੇ ਤੁਸੀਂ ਕੱਲ ਜਿਹੜਾ ਨੰਬਰ ਦਿੱਤਾ ਸੀ ਉਹ ਕਿਹੜੇ ਵਾਲੇ ਭਰਾ ਦਾ ਸੀ ਫਗਵਾੜੇ ਵਾਲੇ ਸੰਤੋਖ ਸਿੰਘ ਬਹੁਤ ਵੱਡਾ ਬਿਜ਼ਨਸ ਹੈ ਉਹਨਾਂ ਦਾ ਜਲੇਬੀਆਂ ਦਾ ਜਲੇਬੀਆਂ ਕਮਾਲ ਦੀ ਗੱਲ ਹੈ ਯਾਰ ਯਾਰ ਕਿੰਨਾ ਅਮੀਰ ਬੰਦਾ ਹੋਊਗਾ ਜਿਹਨੇ ਬੈਂਕਾਕ 'ਚ ਵੀ ਪੰਜਾਬ ਦਾ ਨੰਬਰ ਰੱਖਿਆ ਯਾਰ ਹੈਲੋ ਭਾਜੀ ਅਸੀਂ ਤੁਹਾਡਾ ਨੰਬਰ ਗੁਰਨੂਰ ਤੇ ਰੂਪ ਕੋਲ ਲਿਆ ਜੀ ਮੈਂ ਰੂਪ ਨੂੰ ਮੇਰਾ ਮਤਲਬ ਮੈਂ ਗੁਰਨੂਰ ਨੂੰ ਤੇ ਮੇਰਾ ਮਿੱਤਰ ਰੂਪ ਨੂੰ ਪਿਆਰ ਕਰਦੇ ਹਾਂ ਜੀ ਇੱਕ ਕੰਮ ਕਰਦੇ ਹਾਂ ਮੈਂ ਡੇਢ ਹਫ਼ਤੇ ਤੱਕ ਬੈਂਕਾਕ ਆਉਣਾ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਜਿੱਦਣੀ ਬੈਂਕਾਕ ਆਉਂਗਾ ਤੁਹਾਡਾ ਵਿਆਹ ਕਰਵਾ ਦੇਵਾਂਗਾ ਫਿਲਹਾਲ ਮੈਂ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਜ਼ਿਆਦਾ ਫਸਿਆ ਹੋਇਆ ਠੀਕ ਹੈ ਓਕੇ ਤੇ ਤੁਸੀਂ ਡਾਇਮੰਡ ਮਰਚੈਂਡਾਈਜ਼ਰ ਕਿਉਂ ਕਿਹਾ ਸੀ ਤੁਸੀਂ ਵੀ ਤਾਂ ਸਾਡੇ ਤੋਂ ਝੂਠ ਹੀ ਬੋਲਿਆ ਕੁੱਤਿਓ ਕਮੀਨਿਓ ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਇਹੋ ਮੁੱਲ ਮੁੜਿਆ ਨਾ ਤੁਸੀਂ ਮੇਰੇ ਵਿਸ਼ਵਾਸ ਦਾ ਭਾਜੀ ਸਾਨੂੰ ਪਤਾ ਸਾਡੀ ਗਲਤੀ ਹੈ ਸਾਨੂੰ ਲੱਗਿਆ ਇੱਥੋਂ ਨਿਕਲਣ ਦਾ ਹੋਰ ਕੋਈ ਚਾਰਾ ਤਾਂ ਹੈ ਨਹੀਂ ਚਲੋ ਅਮੀਰ ਕੁੜੀ ਫਸਾ ਲੈਂਦੇ ਹਾਂ ਤੇ ਉਹਨਾਂ ਦੀ ਕਮਾਈ ਲੈ ਕੇ ਕੈਨੇਡਾ ਭੱਜ ਜਾਓ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਭਾਜੀ ਮੇਰੀ ਗੱਲ ਤਾਂ ਭਾਜੀ ਨਾ ਕਹੋ ਮੈਨੂੰ ਆਪਣੀ ਗੰਦੀ ਜ਼ੁਬਾਨ ਨਾਲ ਜਿਹੜੇ ਬੰਦੇ ਆਪਣੇ ਮਾਂ ਪਿਓ ਨੂੰ ਝੂਠ ਬੋਲ ਕੇ ਬੈਂਕਾਕ ਵਿੱਚ ਰਹਿੰਦੇ ਨਾ ਉਹ ਮੈਨੂੰ ਕੀ ਬਖਸ਼ਣਗੇ ਕਿੰਨੇ ਸੁਪਨੇ ਸਜਾਏ ਹੋਣੇ ਤੁਹਾਡੀ ਮਾਵਾਂ ਨੇ ਸਾਡੇ ਪੁੱਤ ਕੈਨੇਡਾ ਗਏ ਨੇ ਸਾਡੇ ਲਈ ਡਾਲਰ ਭੇਜਣਗੇ ਓਏ ਮਾਂ ਰੱਬ ਦਾ ਰੂਪ ਹੁੰਦੀ ਹੈ ਘੱਟੋ ਘੱਟ ਉਹਦੇ ਨਾਲ ਤਾਂ ਝੂਠ ਨਹੀਂ ਬੋਲਦੇ ਬਸ ਅੱਜ ਰਾਤ ਦਾ ਟਾਈਮ ਹੈਗਾ ਤੁਹਾਡੇ ਕੋਲ ਕੱਲ ਸਵੇਰੇ ਦਫਾ ਹੋ ਜਾਣਾ ਭਾਜੀ 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 ਸਰ ਵੀਰ ਜੀ ਪਲੀਜ਼ ਤੁਸੀਂ ਸਿਰਫ ਇੱਕ ਵਾਰੀ ਮੇਰੀ ਗੱਲ ਸੁਣ ਲਓ ਫਿਰ ਉਸ ਤੋਂ ਬਾਅਦ ਤੁਸੀਂ ਜੋ ਵੀ ਫੈਸਲਾ ਲਓਗੇ ਉਹ ਮੈਨੂੰ ਮਨਜ਼ੂਰ ਹੈ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਕਦੀ ਵੀ ਤੁਹਾਡੀ ਮਰਜ਼ੀ ਤੋਂ ਬਾਹਰ ਨਹੀਂ ਗਈ ਬਸ ਇੱਕ ਵਾਰੀ ਮੇਰੀ ਗੱਲ ਸੁਣ ਲਓ ਚੱਲ ਠੀਕ ਹੈ ਦੱਸ ਠੀਕ ਹੈ ਹੈਲੋ ਮੰਮੀ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਕਦੀ ਵੀ ਖੁਸ਼ੀ ਨਹੀਂ ਦੇ ਪਾਇਆ ਕੀ ਗੱਲ ਪੁੱਤਰ ਤੂੰ ਰੋ ਕਿਉਂ ਰਿਹਾ ਮਾਵਾਂ ਲਈ ਤਾਂ ਇੰਨੀ ਖੁਸ਼ੀ ਬਥੇਰੀ ਹੁੰਦੀ ਹੈ ਕਿ ਉਹਨਾਂ ਦੇ ਪੁੱਤਰ ਅੱਖਾਂ ਦੇ ਸਾਹਮਣੇ ਰਹਿਣ ਤੂੰ ਰੋ ਨਾ ਬੱਚਿਆ ਖੂਚ ਗਿਆ ਇਹੋ ਜਿਹਾ ਕੈਨੇਡਾ ਤੇ ਨਾਲ ਹੀ ਗਏ ਡਾਲਰ ਤੂੰ ਬਸ ਛੇਤੀ ਘਰੇ ਵਾਪਸ ਆ ਜਾ ਮੇਰਾ ਬੱਚਾ ਮੇਰ ਕਰੀ ਰੱਬਾ ਕੈਨੇਡਾ ਜਾਣ ਦੀ ਗੱਲ ਕੀਤੀ ਸੀ ਉਹਨੇ ਸਾਨੂੰ ਬੈਂਕਾਕ ਹੀ ਲਾ ਦਿੱਤਾ ਮੰਮੀ ਜੀ ਮੈਨੂੰ ਮਾਫ ਕਰ ਦੋ ਮੈਂ ਤੁਹਾਡਾ 15 ਲੱਖ ਦਾ ਸੈੱਟ ਵੀ ਵਿਕਵਾਤਾ ਉਹ ਪੁੱਤਰ ਦਫਾ ਕਰ ਤੂੰ ਸੈੱਟ ਨੂੰ ਹੋਰ ਬਣ ਜਾਣਗੇ ਸੈੱਟ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਬਸ ਤੂੰ ਰੋ ਰਿਹਾ ਪੁੱਤਰ ਉਹ ਮੈਂ ਮਾਂ ਆ ਤੇਰੀ ਤੇਰਾ ਪਾਣੀ ਚ ਡਿੱਗਿਆ ਹੰਝੂ ਵੀ ਲੱਭ ਲੂੰ ਕਿ ਮੈਂ ਆ ਜਾ ਪੁੱਤਰ ਛੇਤੀ ਘਰ ਆ ਜਾ ਬੜੇ ਦਿਨ ਹੋ ਗਏ ਨਾ ਤੇਰੇ ਸਕੂਟਰ ਦੇ ਪਿੱਛੇ ਵੀ ਨਹੀਂ ਬੈਠੀ ਮੈਂ ਆ ਜਾ ਛੇਤੀ ਆ ਜਾ ਹਾਂਜੀ ਵਾਹਿਗੁਰੂ ਕਿਰਪਾ ਕਰੇ ਮੇਰੇ ਬੱਚਿਆਂ
हेलो मम्मी जी। हाँ पुत्र किदा? मम्मी जी मैं तुहाडे ते डैडी जी दे पेंशन दे सारे पैसे गवा दिते मम्मी जी सारे पैसे गवा दिते। बहुत शर्मिंदा मैं अपने कितने दे मम्मी जी बहुत शर्मिंदा। ओ कोई गल नहीं पुत्र फिर की हो गया? मैनू तेरे सिवा होर कुछ नहीं चाहिए। टेंशन कादी ले रही है तू? तेरी माँ है ना बैठी है ना हाली जिंदा। बस तू वापस आ जा। तू रो ना सब ठीक हो जाएगा। वाहेगुरु सच्चे पाशा। ਦੱਸਾਂ ਦੁੱਖ ਬਣ ਅਥਰੂ ਮੈਂ ਚੋਵਾਂ ਤੂੰ ਹੁੰਦੀ ਤਾਂ ਗਲ ਤੇਰੇ ਲੱਗ ਰੋ ਲੈਂਦਾ ਮੇਰੀ ਮਾਂ ਰੱਬਾ ਤੂੰ ਹੀ ਦੱਸ ਪਹਿਲਾਂ ਤੂੰ ਬਣਿਆ ਜਾ ਮਾਂ ਤੂੰ ਬਣਿਆ ਜਾ ਮਾਂ ਤੂੰ ਬਣਿਆ ਸਭ ਕੁਝ ਜਾਣਦੀ ਤੁਸੀਂ ਸਭ ਕੁਝ ਜਾਣਦੀ ਸੁਪਨਾ ਬਣ ਗਈ ਤੇਰੀਆਂ ਹੱਥਾਂ ਦੀ ਪੱਕੀਆਂ ਖਾਣ ਦੀ ਕਹਿੰਦੇ ਜੰਨਤ ਜਿਹਨੂੰ ਤੇਰੇ ਕਦਮਾਂ ਦੇ ਵਿੱਚ ਮਾਂ ਰੱਬਾ ਤੂੰ ਹੀ ਦੱਸ ਪਹਿਲਾਂ ਤੂੰ ਬਣੇ ਕਿ ਮੈਥੋਂ ਵਾਰਨੀ ਹੱਸ ਕੇ ਮੈਥੋਂ ਵਾਰਨੀ ਦੂਰ ਹਾਂ ਮਜਬੂਰ ਹਾਂ ਲੈ ਸਕੇ ਨਾ ਤੇਰੀ ਸਾਰਨੀ ਲੈ ਸਕੇ ਨਾ ਤੇਰੀ ਸਾਰਨੀ ਚੱਲੇ ਹਾਂ ਜ਼ਿੰਦਗੀ ਹਾਰ ਤੂੰ ਹੀ ਕਰ ਦੁਆ ਮੇਰੀ ਮਾਂ ਰੱਬਾ ਤੂੰ ਹੀ ਦੱਸ ਪਹਿਲਾਂ ਤੂੰ ਬਣੇ ਭਾਜੀ ਸਾਨੂੰ ਪਤਾ ਕਿ ਸਾਡੀ ਗਲਤੀ ਮਾਫ਼ੀ ਦੇ ਕਾਬਿਲ ਨਹੀਂ ਹੈ ਹਾਲਾਂਕਿ ਘਰਦਿਆਂ ਨੇ ਸਾਨੂੰ ਮਾਫ਼ ਕਰਤਾ ਹੈ ਪਰ ਜੇ ਹੋ ਸਕੇ ਤਾਂ ਆਪਣੇ ਛੋਟੇ ਭਰਾ ਸਮਝ ਕੇ ਸਾਨੂੰ ਮਾਫ਼ ਕਰ ਦੇਣਾ ਭਾਜੀ।
ओए ठहरो कंजरो, एक तो मैनू वड्डा भरा आखदे हो ते नाले पैरे हाथ ला के मेरी उम्र वधाई जांदे हो। आओ जफ्फी पाओ यार, आओ आओ, शर्माई क्यों जा रहे हो, आओ। शाबाश, ऐ होई ना गल, एक खुशखबरी होर देनी है। मैं अपनी भैन का विआह लाडी नाल कराना चाहता। मैं तो इनू अजमा के देख रहा सी कि मुंडा चंगा है या नहीं, शायद तुहानू नहीं पता। इन्हें अपनी एक एक गल सच्ची सच्ची सोना नू दसती। यदि एहो सच्चाई ने मैनू मजबूर करता कि मैं इनू जवाई बना दिया, ते जे तुसी दोनों भी सच्चे हो, जाओ उन्हां दोनों कुड़ियां कोलो माफी मंग के आओ ते उन्हां नू एथे लैके आओ। फिर आपां कट्ठे बह के आराम नाल सोचांगे कि जिहड़ी मुसीबत विच तुसी पए हो उहनू किवें हल करिए। तुसी ठीक कह रहे हो बिट्टू भाजी, जे उह कुड़ियां दी गलती हुंदी ਤਾਂ ਸਾਨੂੰ ਆਪਣੇ ਸਕੇ ਭਰਾ ਦਾ ਨੰਬਰ ਹੀ ਕਿਉਂ ਦਿੰਦੀ। ਓਏ ਚੱਲਿਓ, ਜਾਓ ਉਹਨਾਂ ਨੂੰ ਮਨਾ ਕੇ ਲੈ ਕੇ ਆਓ। ਪਿਆਰ ਵਾਲਾ ਖਾਬ ਟੁੱਟਿਆ, ਜੱਗ ਮੇਰਾ ਮੈਥੋਂ ਰੁੱਸਿਆ। ਪਿਆਰ ਜੱਗ ਮੇਰਾ ਮੈਥੋਂ ਰੁੱਸਿਆ। ਜਦੋਂ ਦੀਆਂ ਲਾ ਕੇ ਯਾਰੀਆਂ ਮੈਂ ਗਵਾਈਆਂ, ਕਿੰਨਾ ਪਛਤਾਉਂਦਾ ਕਿੰਨਾ ਦਿਲ ਰੋਂਦਾ, ਜਾਣੇ ਨਾ ਤੂੰ ਮਾਈਆ। ਬੜਾ ਤੜਫਾਉਂਦੀਆਂ ਮੈਨੂੰ ਜੁਦਾਈਆਂ। ਕੀ ਕਰੀਏ ਇਸ ਮੁਸੀਬਤ ਦਾ ਹੱਲ? ਮੇਰੇ ਕੋਲ ਇੱਕ ਆਈਡੀਆ। ਕੀ ਪਾਗਲ ਤੇ ਨਹੀਂ ਹੋ ਗਿਆ ਤੂੰ? ਮਿਸਿਸ ਕਬੀਰ ਦਾ ਕਿਡਨੈਪ, ਮੈਂ ਇਸ ਫੇਵਰ ਵਿੱਚ ਬਿਲਕੁਲ ਨਹੀਂ ਹੈਗਾ ਭਾਜੀ। ਪਰ ਆਈਡੀਆ ਬੁਰਾ ਨਹੀਂ ਹੈ। ਅੱਛਾ, ਮੇਰੇ ਕੋਲ ਬੈਟਰ ਆਈਡੀਆ ਹੈ। ਥੱਪੜ ਮਾਰਨਾ ਮੈਂ ਤੈਨੂੰ, ਮੈਂ ਮਰ ਜਾਵਾਂਗਾ ਪਰ ਇਹੋ ਜਿਹਾ ਕੰਮ ਕਦੀ ਨਹੀਂ ਕਰਾਂਗਾ। ਪਰ ਵੀਰ ਜੀ, ਤੁਹਾਨੂੰ ਇੱਕ ਗਲਤ ਕੰਮ ਕਰਨ ਲਈ ਕਿੰਨੇ ਕਿਹਾ ਹੈ? ਇਹ ਕੰਮ ਤਾਂ ਲਾਡੀ ਕਰ ਸਕਦਾ ਹੈ। ਮੈਂ ਸਮੁੰਦਰ ਚੋਂ ਇੱਕ ਬਾਲਟੀ ਪਾਣੀ ਦੀ ਕੱਢ ਲਓ ਤੇ ਮੈਨੂੰ ਨੀ ਲੱਗਦਾ ਕਿ ਪੂਰੇ ਸਮੁੰਦਰ ਨੂੰ ਕੋਈ ਫਰਕ ਪੈਂਦਾ। ਤੈਨੂੰ ਕੀ ਲੱਗਦਾ ਇਹੋ ਜਿਹੀ ਇਮੋਸ਼ਨਲ ਗੱਲਾਂ ਕਰਕੇ ਤੂੰ ਮੈਨੂੰ ਭੈੜੇ ਕੰਮ ਲਈ ਮਨਾ ਲੇਂਗੀ? ਪਲੀਜ਼ ਵੀਰ ਜੀ, ਅਸੀਂ ਤੁਹਾਨੂੰ ਵਾਅਦਾ ਕਰਦੇ ਆ ਕਿ ਜਿੱਦਾਂ ਹੀ ਅਸੀਂ ਸੈਟਲ ਹੋ ਗਏ ਅਸੀਂ ਉਹਨਾਂ ਦੇ ਸਾਰੇ ਪੈਸੇ ਵਾਪਸ ਕਰ ਦਾਂਗੇ। ਸਾਰੇ ਪੈਸੇ ਵਾਪਸ ਕਰ ਦਾਂਗੇ। ਠੀਕ ਹੈ, ਫਿਰ ਆਪਾਂ ਇਦਾਂ ਕਰਦੇ ਆ, ਉਹਨਾਂ ਨੂੰ ਕਿਡਨੈਪ ਕਿਵੇਂ ਕਰਨਾ ਇਹ ਆਪਾਂ ਸਵੇਰੇ ਸੋਚਾਂਗੇ। ਫਿਲਹਾਲ ਸਾਰੇ ਜਾ ਕੇ ਸੌਂ ਜਾਓ। ਸਰਪ੍ਰਾਈਜ਼! ਆ ਕੀ ਹੈ? ਤੁਸੀਂ ਕਿੰਨਾ
ਕਿਡਨੈਪ ਕਰ ਵੀ ਲਿਆ। ਤਿੰਨ ਬੋਰੀਆਂ ਕੀ ਤੁਸੀਂ ਸਾਰਿਆਂ ਨੇ ਕਿਨੂੰ ਕਿਨੂੰ ਕਿਡਨੈਪ ਕਰ ਲਿੱਤਾ? ਸਾਰਿਆਂ ਨੇ? ਉਹ ਮੈਂ ਤਾਂ ਕੱਲਾ ਗਿਆ ਸੀ ਤੇ ਤੁਹਾਡੀ ਮਾਲਕਿਨ ਨੂੰ ਮੈਂ ਲੈ ਕੇ ਆਇਆ। ਓਏ ਜੇ ਤੂੰ ਮਾਲਕਿਨ ਨੂੰ ਲੈ ਕੇ ਆਇਆ ਤੇ ਅਸੀਂ ਦੋਵੇਂ ਕਿਨੂੰ ਲੈ ਆਏ? ਹਾਂ ਕੌਣ ਹੈ? ਦੇਖ ਦੇਖ ਬੰਗਲੇ ਸਾਡੀ ਮਾਲਕਿਨ। ਗੁਡ ਮਾਰਨਿੰਗ ਡਾਰਲਿੰਗ ਸਵੀਟਹਾਰਟ। ਸਵਿਚ ਆਫ ਹੈ। ਬਾਬੂ ਭਾਜੀ ਕੀ ਹਾਲ ਨੇ? ਓ ਯਾਰ ਤੂੰ ਹਾਲ ਚਾਲ ਨੂੰ ਮਾਰ ਗੋਲੀ, ਤੂੰ ਐ ਦੱਸ ਤੇਰੀ ਭਰਜਾਈ ਆ ਇੱਧਰ ਆਈ ਐ? ਆਪਣੀ ਵਾਈਫ ਨੂੰ ਪੁੱਛੀ ਉਹਦੇ ਕੋਲ ਤਾਂ ਨਹੀਂ? ਇੱਕ ਮਿੰਟ ਭਾਜੀ ਮੈਂ ਹੁਣੇ ਦੇਖਦਾ। ਸਨਾ 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 ਭਾਜੀ ਉਹਦਾ ਫੋਨ ਤੇ ਇੱਥੇ ਪਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਆਪ ਖੁਦ ਇੱਥੇ ਨਹੀਂ ਹੈਗੀ। ਉਹ ਫੋਨ ਤੇ ਬਿਨਾਂ ਤੋਂ ਸਾਹ ਨਹੀਂ ਲੈਂਦੀ ਭਾਜੀ। ਅੱਛਾ ਯਾਰ ਮੇਰੇ ਵਾਲੀ ਦਾ ਵੀ ਇਹੀ ਹਾਲ ਹੈ। ਮੇਰੇ ਵਾਲੀ ਤਾਂ ਫੋਨ ਤੋਂ ਬਿਨਾਂ ਸਾਹ ਨਹੀਂ ਲੈਂਦੀ। ਮੈਨੂੰ ਤਾਂ ਲੱਗਦਾ ਬਸ ਫੋਨ ਤਾਂ ਦਿੰਦਾ ਵੈਂਟੀਲੇਟਰ ਇੱਕ। ਮੈਨੂੰ ਲੱਗਦਾ ਤੇਰੀ ਘਰ ਵਾਲੀ ਨਾਲ ਕਿਤੇ ਗੁੱਡ ਮਾਰਨਿੰਗ ਤੇ ਨਾ ਗਈ ਹੋਵੇ, ਮੇਰਾ ਮਤਲਬ ਮਾਰਨਿੰਗ ਵਾਕ ਤੇ ਨਾ ਗਈ ਹੋਵੇ। ਇਹ ਗੱਲ ਦੱਸਾਂ ਕਬੀਰ, ਕਿਸੇ ਨੂੰ ਦੱਸੀ ਨਾ ਯਾਰ, ਦੁਨੀਆ 'ਚ ਬੱਬੂ ਡੌਨ ਸਿਰਫ ਇੱਕੋ ਹੀ ਪਰਸਨ ਤੋਂ ਡਰਦਾ, ਉਹ ਹੈ ਮੇਰੀ ਵਾਈਫ। ਚੰਗਾ ਯਾਰ ਫੇਰ ਗੱਲ ਕਰਦੇ ਆ ਬਾਅਦ 'ਚ। ਹੈਲੋ ਕੌਣ ਬੋਲ ਰਿਹਾ? ਤੇਰਾ ਪਿਓ ਪੈਰੀ ਪੈਣਾ ਡੈਡ ਜੀ। ਓਏ ਤੇਰਾ ਅਸਲੀ ਪਿਓ ਨਹੀਂ ਨਕਲੀ ਪਿਓ। ਕੀ ਨਕਲੀ ਪਿਓ? ਪਰ ਮੰਮੀ ਨੇ ਤਾਂ ਕਦੀ ਦੱਸਿਆ ਨਹੀਂ ਸੀਗਾ ਜੀ ਨਕਲੀ ਪਿਓ ਬਾਰੇ। ਤੁਸੀਂ ਕੌਣ ਬੋਲਦੇ ਹੋ? ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਮੈਂ ਟੀਟੂ ਬਦਮਾਸ਼ ਬੋਲ ਰਿਹਾ। ਆ ਟੀਟੂ ਨਾਮ ਦੇ ਬਦਮਾਸ਼ ਕਦੋਂ ਲੱਗ ਪਏ ਜੀ? ਹਾਲੇ ਤੱਕ ਤਾਂ ਮੈਂ ਇਲੈਕਟ੍ਰੀਸ਼ਨ ਹੀ ਸੁਣੇ ਸੀ। ਚੁੱਪ ਕਰ, ਤੂੰ ਮੈਨੂੰ ਜਾਣਦਾ ਨਹੀਂ। ਮੈਂ ਲਾਸ਼ ਦੇ ਹੱਥ ਪੈਰ ਕੱਟ ਕੇ ਉਹਦੇ ਟੋਟੇ ਟੋਟੇ ਕਰਕੇ ਉਹਨੂੰ ਅੱਗ ਲਾ ਕੇ ਸਾੜ ਦਿੰਦਾ। ਹਲੇ ਵਾ ਸੁਣ, ਤੁਸੀਂ ਕਿੱਥੇ ਹੋ ਜੇ? ਸਾਨੂੰ ਬਚਾ ਲਿਆ ਜਾਨ। ਜਾਨ ਤੈਨੂੰ ਕਿੰਨੇ ਕਿਡਨੈਪ ਕੀਤਾ ਜਾਨ? ਹੈਲੋ ਸੁਣ ਲਿਆ, ਸੁਣ ਮੇਰੀ ਗੱਲ, ਜੇ ਦੀ ਸਲਾਮਤੀ ਚਾਹੁੰਦਾ ਨਾ ਤਾਂ 2 ਕਰੋੜ ਬਾਟ ਲੈ ਕੇ ਛੇਤੀ ਆ ਜਾ। ਤੁਸੀਂ ਮੇਰੀ ਵਹੁਟੀ ਨੂੰ ਛੱਡਣ ਤੇ 2 ਕਰੋੜ ਬਾਟ ਮੰਗ ਰਹੇ ਹੋ? ਬਹੁਤ ਘਟਿਆ। ਤੁਸੀਂ ਇੱਦਾਂ ਕਰੋ, ਮੇਰੀ ਵਹੁਟੀ ਨੂੰ ਮਾਰ ਦਿਓ, ਤਾਂ ਹੀ ਅਰਬਾਂ ਦੀ ਜਾਇਦਾਦ ਮੇਰੇ ਹਿੱਸੇ ਆਏਗੀ। ਕੀ ਹੋਇਆ ਜਿਗਰ? ਲੈ ਮੈਨੂੰ ਦੇ, ਮੈਨੂੰ ਦੇ। ਹੈਲੋ, ਲੱਗਦਾ ਤੂੰ ਮੈਨੂੰ ਪਛਾਣਿਆ ਨਹੀਂ। ਕਾਕਾ ਛੇਤੀ ਛੇਤੀ 2 ਕਰੋੜ ਬਾਟ ਲੈ ਕੇ ਨਾ ਪਹੁੰਚ ਜਾ ਹੁਣ। ਓ ਭਰਾਵੋ ਮੈਂ ਤੈਨੂੰ ਕਹਿ ਰਿਹਾ ਵਾਂ, ਮੇਰੀ ਵਹੁਟੀ ਨੂੰ ਕੱਟ ਦੋ, ਉਹਨੂੰ ਮਾਰ ਦੋ। ਹੈਲੋ ਭਾਜੀ, ਕਿਸੇ ਦੇ ਚੰਗੇ ਦਿਨ ਆਉਣ ਨਾ ਆਉਣ, ਪਰ ਮੇਰੇ ਚੰਗੇ ਦਿਨ ਆ ਗਏ ਜੀ। ਮੇਰੀ ਵਹੁਟੀ ਨੂੰ ਕਿਸੇ ਨੇ ਕਿਡਨੈਪ ਕਰ ਲਿਆ। ਉਹ ਜੀ ਕਹਿ ਰਿਹਾ ਸੀ, ਮੈਂ ਪਹਿਲੇ ਉਂਗਲੀ ਕੱਟਦਾ ਫਿਰ ਹੱਥ ਕੱਟਦਾ ਤੇ ਫਿਰ ਟੋਟੇ ਟੋਟੇ ਕਰਕੇ ਲਫਾਫੇ 'ਚ ਪਾ ਕੇ ਅੱਗ 'ਚ ਸਾੜ ਦਿੰਦਾ। ਤੇਰੀ ਅੱਛਾ ਅੱਛਾ, ਇੱਕ ਮਿੰਟ ਗੱਲ ਸੁਣ ਮੇਰੀ ਕਬੀਰ, ਤੇਰੀ ਵਾਈਫ ਨਾਲ ਤਾਂ ਯਾਰ ਮੇਰੀ ਵਾਈਫ ਹੀ ਸੀ ਨਾ? ਭਾਜੀ ਇਹ ਤਾਂ ਮੈਨੂੰ ਪਤਾ ਨਹੀਂ। ਕਮਲਿਆ ਪਤਾ ਕਰ, ਪਤਾ ਕਰ। ਠੀਕ ਆ ਭਾਜੀ, ਭਾਜੀ ਤੁਹਾਨੂੰ ਬਸ ਹੁਣੇ ਕਾਲ ਕਰਕੇ ਦੱਸਦਾ। ਇਹ ਤੋਂ ਫੋਨ ਆ ਰਿਹਾ। ਹੈਲੋ ਹੈਲੋ, ਆਪਣਾ ਟੀਟੂ ਭਾਜੀ, ਤੁਸੀਂ ਕਿਤੇ ਗਲਤੀ ਨਾਲ ਬੱਬੂ ਡੌਨ ਦੀ ਵਾਈਫ ਨੂੰ ਕਿਡਨੈਪ ਤਾਂ ਨਹੀਂ ਕਰ ਲਿਆ? ਹਾਂਜੀ ਅਸੀਂ ਡੌਨ ਦੀ ਵਾਈਫ ਨੂੰ ਵੀ ਕਿਡਨੈਪ ਕਰ ਲਿਆ। ਠੀਕ ਹੈ ਭਾਜੀ। ਨਹੀਂ ਹੈਲੋ, ਨਹੀਂ ਨਹੀਂ, ਮੈਂ ਤੁਹਾਨੂੰ ਹੁਣੇ ਕਰਦਾ ਬਾਈ ਫੋਨ। ਹੈਲੋ ਮੇਰੀ ਗੱਲ ਸੁਣ ਯਾਰ। ਹੈਲੋ ਹੈਲੋ ਭਾਜੀ, ਭਾਜੀ ਤੁਹਾਡੀ ਵਾਈਫ ਨੂੰ ਵੀ ਕਿਡਨੈਪ ਕਰ ਲਿਆ ਜੇ? ਅੱਛਾ ਆਏ ਕਰ ਕਬੀਰ, ਉਹਨਾਂ ਨੂੰ ਕਹਿ ਮੇਰੀ ਵਾਈਫ ਦੇ ਬਿਨਾਂ ਟੋਟੇ ਟੋਟੇ ਕਰਕੇ ਅੱਛੇ ਵਾਲੀ ਪੈਕਿੰਗ ਕਰਕੇ ਭੇਜ ਦੇਣ। ਕਹਿੰਦਾ ਭਾਜੀ ਉਹਦੀ ਵਾਈਫ ਦੇ ਵੀ ਟੋਟੇ ਟੋਟੇ ਕਰਕੇ ਅੱਗ ਚਲਾ ਕੇ ਸਾੜ ਦੋ।
ਡੌਨ ਤੁਹਾਨੂੰ 5 ਕਰੋੜ ਬਾਟ ਦੇਵੇਗਾ। ਹਾਂਜੀ ਬਾਜੀ। ਉਹ ਡੌਨ ਕਹਿ ਰਿਹਾ ਹੈ ਉਹਦੀ ਵਾਈਫ ਤੇ ਟੋਟੇ ਟੋਟੇ ਕਰਕੇ ਲਫਾਫੇ ਚ ਪਾ ਕੇ ਅੱਗ ਲਾ ਕੇ ਸਾੜ ਦਿਓ ਤੇ ਅਸੀਂ ਤੁਹਾਨੂੰ 10 ਕਰੋੜ ਬਾਟ ਦੇਵਾਂਗੇ। ਡੀਲ ਪੱਕੀ ਸਮਝੋ ਨਲੱਕੋ। ਯਾਰੀ ਕੀ ਹੈ ਯਾਰੀ ਸੀ ਅੱਪਾ ਕਰੋੜ। ਸੋਨਾ ਜੀ ਤੁਸੀਂ ਤਾਂ ਬਹੁਤ ਚਿਰ ਤੋਂ ਬੈਂਕਾਕ ਰਹਿੰਦੇ ਆ ਨਾ, ਤੁਹਾਨੂੰ ਕੋਈ ਏਦਾਂ ਦੀ ਥਾਂ ਪਤਾ ਇੱਥੇ ਜਿੱਥੇ ਨਾ ਕੋਈ ਆਉਂਦਾ ਜਾਂਦਾ ਹੋਵੇ ਤੇ ਨਾ ਹੀ ਕੋਈ ਪਹੁੰਚ ਸਕੇ? ਇੱਥੋਂ 28 ਕਿਲੋਮੀਟਰ ਦੂਰ ਸਮੁੰਦਰ 'ਚ ਪਿੱਲਰ ਵਾਲਾ ਓਲਡ ਪੋਰਟ ਹੈ ਜੋ ਕਿ ਪੁਲਿਸ ਦੀ ਹੱਦ 'ਚ ਨਹੀਂ ਆਂਦਾ ਤੇ ਉੱਥੇ ਕੋਈ ਜਾਂਦਾ ਵੀ ਨਹੀਂ। ਬਸ ਉਹਨਾਂ ਨੂੰ ਉੱਥੇ ਬੁਲਾਉਂਦੇ ਆ, ਨਾਲੇ ਆਪਾਂ ਇਹਨਾਂ ਤਿੰਨਾਂ ਨੂੰ ਵੀ ਉੱਥੇ ਲੈ ਕੇ ਚੱਲਦੇ ਆ। ਚੱਲ ਕਰ ਕਬੀਰ ਨੂੰ ਫੋਨ। ਚਲੋ ਲਾਉਣਾ। ਬੁਲਾ ਯਾਰ। ਨਾ ਯਾਰ। ਨਾ ਨਾ ਨਾ। ਹੈਲੋ ਹੈਲੋ। ਠੀਕ ਆ, ਅਸੀਂ ਤੁਹਾਡੀ ਬੋਟੀਆਂ ਨੂੰ ਮਾਰ ਦਾਂਗੇ। 10 ਕਰੋੜ ਲੈ ਕੇ ਤੁਸੀਂ ਪੁਰਾਣੇ ਪਿੱਲਰ ਵਾਲੇ ਪੋਰਟ ਤੇ ਆ ਜਾਓ। ਅੱਛਾ, ਨਾਲੇ ਮੇਰੀ ਕੰਨ ਖੋਲ ਕੇ ਇੱਕ ਗੱਲ ਸੁਣ ਲੈ। ਜੋ ਬੋਨੇ ਡਾਊਨ ਨੂੰ ਨਾਲ ਲੈ ਕੇ ਕੋਈ ਸ਼ਤਾਨੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਤੂੰ ਸਾਨੂੰ ਜਾਣਦਾ ਹੈ। ਠੀਕ ਆ? ਠੀਕ ਆ ਭਾਜੀ, ਠੀਕ ਆ, ਓਕੇ ਭਾਜੀ। ਓ ਸੱਚ, ਬਿੱਟੂ ਭਾਜੀ ਨੂੰ ਫੋਨ ਕਰ, ਮੈਂ ਪਹਿਲਾਂ ਮਿਲਾਂਗਾ। ਯਾਰ ਇੱਕ ਮਿੰਟ ਯਾਰ, ਯਾਰ ਅਸੀਂ ਠੀਕ ਕਰ ਰਹੇ? ਮੈਨੂੰ ਲੱਗਦਾ ਪੈਸਿਆਂ ਕਰਕੇ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਯਾਰ, ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ। ਤੁਸੀਂ ਕਿਹਦੀ ਜਾਨ ਲੈਣ ਦੀ ਗੱਲ ਕਰ ਰਹੇ ਹੋ? ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਨਾ, ਤਾਂ ਸੁਣੋ ਫਿਰ। ਤੁਹਾਡੇ ਹਸਬੈਂਡ ਨੇ 5 ਕਰੋੜ ਬਾਟ ਦੀ ਸੁਪਾਰੀ ਦਿੱਤੀ ਹੈ ਮਾਰਨ ਲਈ, ਤੇ ਤੁਹਾਡੇ ਪਤੀ ਬੱਬੂ ਡੌਨ ਨੇ ਵੀ ਸਾਨੂੰ ਇਹੀ ਕਿਹਾ ਜੇ ਅਸੀਂ ਤੁਹਾਨੂੰ ਮਾਰਤਾ ਤਾਂ ਉਹ ਵੀ ਸਾਨੂੰ 5 ਕਰੋੜ ਬਾਟ ਦੇਵੇਗਾ। ਮੰਮੀ ਜੀ ਦੇਖੀ ਆ, ਜਿਸ ਬੰਦੇ ਤੇ ਨਾਲ ਆਪਾਂ ਦੋ ਨੇ ਰੱਬ ਤੋਂ ਜ਼ਿਆਦਾ ਭਰੋਸਾ ਕੀਤਾ ਉਹਨੇ ਸਾਡੇ ਨਾਲ ਇਹ ਕੀਤਾ, ਉਹਨੇ ਮੈਨੂੰ ਮਾਰ ਕੇ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਗੱਲ ਹੈ ਪੁੱਤਰ ਜੀ, ਤੁਸੀਂ ਚੰਗੇ ਘਰ ਦੇ ਬੱਚੇ ਲੱਗਦੇ ਹੋ। ਉਹਨੇ ਸਾਨੂੰ ਮਾਰਨ ਵਾਸਤੇ ਤੁਹਾਨੂੰ ਪੈਸੇ ਦੀ ਆਫਰ ਕੀਤੀ, ਤਾਂ ਵੀ ਸਾਡੇ ਤੇ ਕੋਈ ਖਰੋਚ ਨਹੀਂ ਆਉਣ ਦਿੱਤੀ। ਜ਼ਰੂਰ ਤੁਹਾਡੀ ਕੋਈ ਮਜਬੂਰੀ ਹੋਵੇਗੀ ਜਿਹਦੇ ਕਰਕੇ ਤੁਸੀਂ ਸਾਨੂੰ ਕਿਡਨੈਪ ਕੀਤਾ। ਬੀਜੀ ਤੁਸੀਂ ਸਹੀ ਕਹਿ ਰਹੇ ਹੋ, ਦਰਅਸਲ ਅਸੀਂ ਸਾਰੇ ਕੈਨੇਡਾ ਜਾਣਾ ਚਾਹੁੰਦੇ ਸੀ, ਪਰ ਸਾਡੇ ਟਰੈਵਲ ਏਜੰਟ ਚਾਵਲੇ ਨੇ ਸਾਨੂੰ ਬੈਂਕਾਕ ਵਿੱਚ ਇੰਨੀ ਬੁਰੀ ਤਰ੍ਹਾਂ ਫਸਾ ਦਿੱਤਾ ਕਿ ਸਾਨੂੰ ਇਹ ਭੈੜਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਅਸੀਂ ਤੁਹਾਡੇ ਧੀਆਂ ਪੁੱਤਰਾਂ ਵਰਗੇ ਹਾਂ, ਹੋ ਸਕੇ ਤਾਂ ਸਾਨੂੰ ਮਾਫ਼ ਕਰ ਦਿਓ। ਤੁਹਾਨੂੰ ਪੈਸੇ ਦੀ ਲੋੜ ਹੈ ਨਾ, ਉਹ ਮੈਂ ਤੁਹਾਨੂੰ ਦੇਵਾਂਗੀ, ਪਰ ਕੈਨੇਡਾ ਲਈ ਨਹੀਂ ਪੰਜਾਬ ਲਈ, ਕਿਉਂਕਿ ਮੈਂ ਬਾਹਰ ਰਹਿ ਰਹਿ ਕੇ ਇਹ ਸਮਝ ਗਈ ਹਾਂ ਕਿ ਡਾਲਰਾਂ ਵਿੱਚ ਉਹ ਖੁਸ਼ਬੂ ਨਹੀਂ ਹੈ ਜਿਹੜੀ ਪੰਜਾਬ ਦੀ ਮਿੱਟੀ 'ਚ ਹੈ। ਤੁਸੀਂ ਨਾ ਆਪਣੀ ਮਾਂ ਕੋਲ ਜਾਓ, ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ ਬੱਚਿਓ। ਹਾਂ ਬੀਜੀ, ਤੁਸੀਂ ਇੱਕਦਮ ਸਹੀ ਗੱਲ ਕਹੀ, ਇਸ ਨੇਕਾਂ ਵਿੱਚ ਮੈਂ ਵੀ ਤੁਹਾਡਾ ਸਾਥ ਦੇਵਾਂਗੀ। ਹੁਣ ਸੋਚਣਾ ਇਹ ਹੈ ਕਬੀਰ ਤੇ ਡੌਨ ਦਾ ਕਰਨਾ ਕੀ ਹੈ। ਸੁਣੋ, ਮੇਰੇ ਦਿਮਾਗ 'ਚ ਇੱਕ ਸਕੀਮ ਹੈ। ਪਿੱਲਰ ਵਾਲੇ ਓਲਡ ਪੋਰਟ ਤੇ ਬੁਲਾਇਆ ਭਾਜੀ? ਭਾਜੀ ਬਸ ਤੁਸੀਂ ਕੋਈ ਬੰਦਾ ਆਪਣੇ ਨਾਲ ਲੈ ਕੇ ਨਾ ਆਇਓ, ਕਿਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਆਪਾਂ ਕੋਈ ਗੇਮ ਖੇਡ ਰਹੇ ਹਾਂ ਉਹਨਾਂ ਨਾਲ। ਰੂਪ ਗੁਰਨੂਰ, ਸਰਪ੍ਰਾਈਜ਼। ਸਰਪ੍ਰਾਈਜ਼ ਕਿਹੜਾ ਸਰਪ੍ਰਾਈਜ਼ ਭਾਜੀ? ਓਏ ਮੈਂ ਬੈਂਕਾਕ ਜਾ, ਮੇਰੇ ਭਣਾ ਨੇ ਆਪਣੇ ਵਿਆਹ ਵਾਸਤੇ ਮੁੰਡੇ ਪਸੰਦ ਕੀਤੇ, ਹੁਣ ਤਾਂ ਮੈਂ ਨਾ ਆਵਾਂ? ਜਲਦੀ ਦੇ ਨਾਲ ਦੱਸੋ ਹੁਣ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਵਾਂ। ਤੇ ਤੁਸੀਂ ਕਿੱਥੇ ਹੋ? ਮੈਂ ਵੀ ਤਾਂ ਜੀਜੇ ਦੇਖਾਂ। ਗੁਰਨੂਰ ਕੀ ਹੋਇਆ? ਸਾਡੇ ਵੀਰ ਜੀ ਬੈਂਕਾਕ ਆਏ ਨੇ ਤੇ ਪੁੱਛ ਰਹੇ ਨੇ ਕਿ ਅਸੀਂ ਕਿੱਥੇ ਹਾਂ। ਲੈ ਮੈਨੂੰ ਫੋਨ ਫੜਾ, ਮੈਨੂੰ ਫੋਨ ਫੜਾ। ਹੈਲੋ, ਮੈਂ ਜੀ ਬਿੱਟੂ ਹਲਵਾਈ ਬੋਲਦਾ ਜੀ। ਇੱਥੇ 20 ਕਿਲੋਮੀਟਰ ਸ਼ਾਰਟ ਪੈ ਗਿਆ ਜੀ। ਤੁਸੀਂ ਲੈ ਸਕਦੇ ਜੀ ਦੋ ਅਲੱਗ ਅਲੱਗ ਲਫਾਫੇ 'ਚ ਪੈਕ ਕਰਕੇ? ਹਾਂ, ਪਰ ਆਣਾ ਕਿੱਥੇ ਆ? ਪਿੱਲਰ ਵਾਲੇ ਓਲਡ ਪੋਰਟ ਤੇ। ਪਿੱਲਰ ਵਾਲਾ ਓਲਡ ਪੋਰਟ? ਹਾਂਜੀ। ਹੁਣੇ ਕਿੱਥੋਂ ਲੱਭਾਂ? ਉਹ ਮੈਂ ਤਾਂ 에어ਪੋਰਟ ਤੋਂ ਐਗਜ਼ਿਟ ਬੜੀ ਮੁਸ਼ਕਿਲ ਨਾਲ ਲੱਭਿਆ। ਕਿਸੇ ਤੋਂ ਪੁੱਛ ਲਓ, ਪਤਾ ਲੱਗ ਜੂਗਾ ਤੁਹਾਨੂੰ। ਓ ਓਕੇ ਓਕੇ ਓਕੇ, ਚਲੋ ਮੈਂ ਆਣਾ। ਕਾਮਯਾਬੀ ਦਾ ਦੂਜਾ ਨਾਂ ਕਬੀਰ ਗਿੱਲ। ਤੁਸੀਂ ਉਹੀ ਲੋਕ ਹੋ ਨਾ ਜਿਨ੍ਹਾਂ ਨੇ ਮੇਰੀ ਵਾਟੀ ਨੂੰ ਮਾਰਿਆ? You boys kill my wife with a knife. Now I will enjoy my life. ਰੁਕੋ, ਕਿੱਥੇ ਜਾ ਰਹੇ ਹੋ? ਜਾ ਕਿੱਧਰ ਰਹੇ ਹੋ? ਭੱਜ ਗਏ ਸਾਰੇ।
मूर्खो तुसी मेरे तो डर के क्यों भज रहे हो? तुसी तो बहुत बहादुरी का काम किया है। डरो ना, तुसी तो इतना बहादुरी का काम किया जिहड़ा डॉन सारी उम्र दे विच नहीं कर सकया। डॉन बहुत खुश है, मैं तुहाडी सारयां दी जान बख्शी। तुसी सच कह रहे हो डॉन साहब? खाओ कली माता दी कसम। 110% ट्रू। 10 crore बार ताडे लई। कबीर एक मिनट पैसे तो पहला डिलीवरी। पैकिंग कितने? पैकिंग जिदे विच साडियां वाइफ्स दे कट पीस ने लाशा जी बस आ ही रही हैं जी। की गल, लाशा मेकअप कर रही हैं ने? नहीं जी, मतलब असी तो सिर्फ मारी दिया जी, टोटे टोटे करके लफाफे च पाउण लई तां बंदे रखे आ जी। बहुत वड्डा ग्रुप आ जी। नॉटी, वेरी स्मार्ट। कदों आऊगा ओए? मरवाएगा यार सानू। बड़े घट बंदे सदे इन्होंने विआह ते, मैनू लगता चुनी चढ़ाक लैके चले होने। रूप कुरूर सरप्राइज। हेलो, जल्दी तो पहला पिलर वाले ओल्ड पोर्ट ते आओ। बहुत बड़ी पार्टी होनी है आज। हाँ, आउन तो पहला नाल शर्ली ते मिंटू नू भी लेके आउंदा ही नाल। हेलो, पैसे असी दे रहे हैं, डिलीवरी सानू चेक कराओ। हेलो पाजी, बिल्कुल फ्रेश ताजियां कटियां। यार किद्दां दे बंदे हो तुसी? वेरी डेंजरस। डेंजरस वाली केड़ी गल है पाजी, साडी पूरी फैमिली नू ये कट के खाण दी आदत है, असी सारा टब्बर सवेरे खाने। ओए ओए, तुसी इहनू खाने भी हो? लै पाजी, साडा तां पूरा महल्ला इहे खांदा है, बिल्कुल फ्रेश। टिड्डिया जिहा, तू मेरी सवारी दित्ती सी। कुत्ते कमीने, तेरी लाश नू कुत्ते ना खाण, तू मेरी सवारी दित्ती सी। ए की हो रहा है इत्थे? जान, तुसी साडे नाल नहीं, साडी प्रॉपर्टी दे नाल प्यार कीता? कुत्तिया बदमाशा, मैं तैनू नहीं छड़ना, जान तो मार देने। तू मेरी कुड़ी दी सवारी थी, शर्मिया दी देना। बोडड़ी है, तू तो बाच मारेगी, पहला मैं थोनू कल्ले कल्ले नू खत्म करूंगा। लवली मार दे गोली, मार दे। ਬੈਂਕਾਕ ਦੇ ਬਾਂਦਰਾਂ ਮੈਨੂੰ ਤੇ ਮੇਰੇ ਯਾਰਾਂ ਨੂੰ ਮਾਰਨ ਚੱਲੇ ਸੀ। ਹੈਰੀ ਜਿਗਰ ਬਾਂਦਰਾਂ कहानी अक्स है उन्होंने मुंडिया के तंग हालात का, जेडे अपना घर अपना मुल्क छड़ तुर पे बगाने मुल्कां नूं डॉलर जां पाउंड कमाउण खातिर। पर सच तां इह है कि कई नौजवानां नाल इस तों वी वध बुरा होया।
ਕੀ ਰੀਸਾਂ ਮਾਂ ਦੇ ਹੱਥੀ ਪਕਾਈ ਰੋਟੀਆਂ ਦੀ ਤੇ ਪਿਓ ਦੇ ਗੁੱਸੇ ਵਿੱਚ ਭਿੱਜੇ ਪਿਆਰ ਦੀ। ਇਹ ਸਾਡਾ ਪੰਜਾਬ ਹੀ ਹੈ ਜਿੱਥੇ ਜਿੰਦੜੀ ਵਾਰ ਦਿੱਤੀ ਜਾਂਦੀ ਹੈ ਪਿਆਰ ਦੇ ਦੋ ਮਿੱਠੇ ਬੋਲਾਂ 'ਤੇ। ਇਸ ਲਈ ਤਾਂ ਕਹਿੰਦੇ ਨੇ ਆਪਣੇ ਪਨ ਨਾਲ ਮਹਿਕੀ ਹੋਈ ਧਰਤੀ ਦਾ ਦੂਜਾ ਨਾਂ ਹੈ ਪੰਜਾਬ। ਸਾਡਾ ਪੰਜਾਬ ਸੰਤਾਂ ਪੀਰ ਫਕੀਰਾਂ ਤੇ ਗੁਰੂਆਂ ਦਾ ਪੰਜਾਬ। ਰੋਟੀ ਖਾ ਕੀ ਕਰੀ ਜਾਂਦੀ ਪਾ ਛੇਤੀ ਸਬਜ਼ੀ ਸੂਜੀ ਮੇਰੇ ਵਰਗਾ ਗੋਲ ਜਿਹਾ ਟੈਨਸ਼ਨ ਨਾ ਲੈ। ਬ੍ਰੈਂਡਡ ਚਸ਼ਮੇ ਲਾਵਾਂਗੇ, ਬ੍ਰੈਂਡਡ ਕੱਪੜੇ ਪਾਵਾਂਗੇ, ਓਏ ਬ੍ਰੈਂਡਡ ਚਸ਼ਮੇ ਲਾਵਾਂਗੇ, ਬ੍ਰੈਂਡਡ ਕੱਪੜੇ ਪਾਵਾਂਗੇ। ਸਾਡੀ ਹੋਣੀ ਹੈ ਤਰੱਕੀ, ਗੱਲ ਹੈਗੀ ਹੈ ਤਾਂ ਪੱਕੀ, ਉਹਦਾ ਫਿਊਚਰ ਬ੍ਰਾਈਟ ਮਿੱਤਰ। ਲੇਕਿਨ ਖੂਨ ਪੀਣੇ ਨਹੀਂ ਦੂੰਗਾ। ਪ੍ਰੋਫੈਸਰ ਸੀਨ ਸਮਝਾ ਰਹੇ ਨੇ ਵਿੱਚ ਮੇਂ ਯੇ ਫੋਨ ਹੈ ਜੋ ਡਿਸਟਰਬ ਕਰਨੇ ਆਤਾ ਹੈ। ਕੈਨਕੋਪ ਤੇ ਤੁਸੀਂ ਤੇ ਕੈਨੇਡਾ ਰਹਿੰਦੇ ਹੋ।